ਜਦੋਂ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਲੀਡਰ ਸੁਵਿੰਦੂ ਅਧਿਕਾਰੀ ਸਿੱਖ ਆਈਪੀਐਸ ਅਫੀਸਰ ਨੂੰ ਖਾਲਿਸਤਾਨੀ ਕਹਿ ਦਿੰਦਾ ਹੈ ਉਹ ਹੈ ਗਲਤ ਬਿਆਨ ਬੀਜੇਪੀ ਦਾ ਰਾਜਸਥਾਨ ਦਾ ਲੀਡਰ ਕਹਿ ਦਿੰਦਾ ਜੇ ਬੀਜੇਪੀ ਸਰਕਾਰ ਬਣ ਗਈ ਰਾਜਸਥਾਨ ਦੇ ਵਿੱਚ ਤੇ ਅਸੀਂ ਗੁਰਦੁਆਰੇ ਹਟਾ ਦਾਂਗੇ ਗਲਤ ਬਿਆਨ ਹੈ ਕੰਗਨਾ ਰਣੌਤ ਦਾ ਜਿਨੇ ਸਿੱਖਾ ਨੂੰ ਖਾਲਿਸਤਾਨੀ ਟੈਰਰਿਸਟ ਕਿਹਾ ਰਾਹੁਲ ਜੀ ਨੇ ਜਿਹੜਾ ਇਹ ਬਿਆਨ ਦਿੱਤਾ ਤੁਸੀਂ ਦੇਖ ਹੀ ਲੈ ਕਿ ਸਾਰਿਆਂ ਨੇ ਇਹਦਾ ਸਮਰਥਨ ਕੀਤਾ fight is about whether he as a sikh is going to be allowed to wear his turban in india or he as a sikh is going to be allowed to wear a kada in india or he as a sikh is going to be able to go to gurdwara that's what the fight is about ਤੁਹਾਨੂੰ ਯਾਦ ਹੋਊਗਾ ਡਲੇਵਾਲ ਸਾਹਿਬ ਆਪਣੇ ਸਾਥੀਆਂ ਨਾਲ 에어ਪੋਰਟ ਚਲੇ ਸੀਗੇ ਕਰਪਾਨ ਪਾਉਣ ਕਰਕੇ ਉਹਨਾਂ ਨੂੰ ਜਹਾਜ਼ ਨਹੀਂ ਬੋਰਡ ਕਰ ਦਿੱਤਾ ਗਿਆ ਸੀ ਤੁਹਾਨੂੰ ਯਾਦ ਹੋਊਗਾ ਹਰਿਆਣੇ ਚ ਸਾਡੀ ਭੈਣ ਨੂੰ ਐਗਜ਼ਾਮ ਤੇ ਨਹੀਂ ਬੈਠਣ ਦਿੱਤਾ ਗਿਆ ਸੀਗਾ ਕਿਉਂਕਿ ਕੜਾ ਪਾਇਆ ਹੋਇਆ ਸੀ ਉਹਦਾ ਕੀ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਆਵਾਜ਼ ਨਹੀਂ ਸਾਨੂੰ ਚੱਕਣੀ ਚਾਹੀਦੀ ਜੇ ਤੁਸੀਂ ਨਹੀਂ ਚੱਕੋਗੇ ਜੇ ਤੁਸੀਂ ਧੱਕਾ ਕਰੋਗੇ ਆਵਾਜ਼ ਦੱਬੋਗੇ ਤਾਂ ਇਹਦਾ ਇਹ ਮਤਲਬ ਥੋੜੀ ਵੀ ਅਸੀਂ ਵੀ ਉਹੀ ਲੀਦੇ ਚੱਲਾਂਗੇ ਅਸੀਂ ਜਿਹਦੀ ਆਵਾਜ਼ ਦੱਬ ਰਹੇ ਹਾਂ ਜਿਹਦੇ ਖਿਲਾਫ ਤੁਸੀਂ ਇਹ ਧੱਕਾ ਕਰ ਰਹੇ ਹੋ ਉਹਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇਹਨਾਂ ਨੂੰ ਡਰ ਕਿਸ ਚੀਜ਼ ਦਾ ਹੈ ਨਾ ਅੜਵਾਨੀ ਸਾਹਿਬ ਨੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਿਆ ਸੀਗਾ ਵੀ 84 ਲਈ ਅਸੀਂ ਇਹਨਾਂ ਨੂੰ ਮਜਬੂਰ ਕੀਤਾ ਕੈਪਟਨ ਅਮਰਿੰਦਰ ਸਿੰਘ ਜੀ ਸੀਨੀਅਰ ਲੀਡਰ ਨੇ ਜਿਹੜੇ ਬੀਜੇਪੀ ਦੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਅਡਵਾਨੀ ਸਾਹਿਬ ਨੇ ਇਹਦੇ ਵਿੱਚ ਆਪਰੇਸ਼ਨ ਬਲੂ ਸਟਾਰ ਨੂੰ ਸਪੋਰਟ ਕੀਤਾ ਨਾਲੇ ਕਿਹਾ ਵੀ 49 ਬੀਜੇਪੀ ਦੇ ਤੇ ਆਰਐਸਐਸ ਦੇ ਲੀਡਰਸ ਨੇ ਵਰਕਰਸ ਨੇ ਜਿਨ੍ਹਾਂ ਦੇ ਪਰਚਿਆਂ 'ਚ ਨਾਮ ਨੇ 84 ਦੇ ਫੋਮੀਆਂ ਕਾਲੀ ਦੇ ਲੈ ਇਹਨਾਂ ਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਹੈ ਲੋਕਾਂ ਨੇ ਆਲਰੇਡੀ ਸਾਰਾ ਕੁਝ ਕਹਿਤਾ ਵੀ ਵਿਲ ਆਲਵੇਸ ਕੰਟੀਨਿਊ ਟੂ ਸਟੈਂਡ ਵਿਦ ਦ ਪੀਪਲ ਆਫ ਪੰਜਾਬ ਨੋ ਮੈਟਰ ਵਾਟ ਹੈਪਨਸ ਮੈਂ ਤਾਂ ਸ਼ੋਮਨੀ ਅਕਾਲੀ ਦਲ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਤੁਹਾਨੂੰ ਲੱਗਦਾ ਹੈ ਵੀ ਅਸੀਂ ਕੁਝ ਵੀ ਕਰ ਲਾਂਗੇ ਕੁਝ ਵੀ ਕਹਿ ਦਾਂਗੇ ਤੇ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਕਿਉਂ ਸ਼ੋਮਨੀ ਅਕਾਲੀ ਦਲ ਜਹਾਸ਼ੀ ਤੇ ਆਇਆ ਵਿਵੇਕ ਓਬਰਾਏ ਦਾ ਤੇ ਕੰਗਨਾ ਰਣੌਤ ਦਾ ਤਾਂ ਬਾਲੀਵੁੱਡ ਚ ਕਮਬੈਕ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ਚ ਕੰਮ ਬੈਕ ਨਹੀਂ ਹੋਊਗਾ ਇਹਨਾਂ ਦੇ ਰਾਜ ਚ ਬੇਅਦਬੀਆਂ ਹੋਈਆਂ ਇਨਾਂ ਦੇ ਰਾਜ ਦੇ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਪੀਪਾ ਬਣਾਤਾ ਇਹਨਾਂ ਨੇ ਖਾਲੀ ਕਰਤਾ ਪੰਜਾਬ ਦੇ ਦੁੱਖਾਂ ਤੇ ਸੁੱਖ ਵਿਲਾਸ ਬਣਾਤਾ ਲੋਕਾਂ ਕੋਲੇ ਸਿਰ ਤੇ ਛੱਤ ਨਹੀਂ ਖਾਨ ਨੂੰ ਖਾਣਾ ਨਹੀਂ ਪੀਣ ਨੂੰ ਪਾਣੀ ਨਹੀਂ ਪੋਣ ਨੂੰ ਕੱਪੜੇ ਨਹੀਂ ਤੇ ਇਧਰ ਉਹ ਇਹਨਾਂ ਦੇ ਸੁੱਖ ਵਿਲਾਸ ਬਣ ਰਹੇ ਐ ਕੱਲ ਤੁਸੀਂ ਕੀਤੀ ਮਾਨ ਸਾਹਿਬ ਦੇ ਐ ਗਨੰਦੀ ਪਾਰਲੀਮੈਂਟ ਚ ਕਦੇ ਗਿਣ ਕੇ ਦੇਖ ਲੈਣਾ ਆਮ ਆਦਮੀ ਪਾਰਟੀ ਦੇ ਕਿੰਨੇ ਆਪੀ ਨੇ ਇਹਨਾਂ ਨੇ ਬੋਰੋਇੰਗ ਲਿਮਿਟ ਬਤਾਈ ਹੈ ਬੋਰਿੰਗ ਲਿਮਿਟ ਵਧਾਤੀ ਬੋਰਿੰਗ ਲਿਮਿਟ ਵਧਾਉਣ ਦਾ ਮਤਲਬ ਹੈ ਵੀ ਅਸਾਂ ਨੂੰ ਕਰਜ਼ਾ ਹੋਰ ਚੱਕਣ ਦੀ ਲੋੜ ਹੈ ਅਰਾਊਂਡ 1 ਲੱਖ ਕਰੋੜ ਦੇ ਨੇੜੇ ਤੇੜੇ 2.5 ਸਾਲਾਂ ਚ ਇਹਨਾਂ ਨੇ ਚੱਕ ਲਿਆ ਸਾਡੀ ਸਰਕਾਰ ਚ 5 ਸਾਲਾਂ ਚ ਅਰਾਊਂਡ 81 ਹਜ਼ਾਰ ਕਰੋੜ ਚੱਕਿਆ ਗਿਆ ਸੀਗਾ 5 ਸਾਲਾਂ ਦੇ ਵਿੱਚ ਉਦੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਜਿਹੜਾ ਆਈਆਂ ਸੀਗਾ ਉਹ ਹਾਸ਼ੀ ਤੇ ਆ ਗਿਆ ਹੁਣ ਆਮ ਆਦਮੀ ਪਾਰਟੀ ਤਾਂ ਜਿਹੜਾ ਆ ਰਹੀ ਹੈ ਆਪਰੇਸ਼ਨ ਝਾੜੂ ਇਹਨਾਂ ਤੇ ਚੱਲੂਗਾ ਲੋਕ ਤੇ ਸਾਫ਼ ਕਰ ਦੇਣਗੇ ਇਹਨਾਂ ਨੂੰ ਇਹੀ ਚੀਜ਼ ਕਰਕੇ ਦੇ ਮਾਨ ਸਾਹਿਬ ਇਹ ਵੀ ਦੱਸਣ ਕਿ 4 ਮਹੀਨੇ ਨਸ਼ਾ ਖਤਮ ਕਰਨਾ ਸੀਗਾ ਹੋ ਗਿਆ ਖਤਮ ਤੇ ਫਿਰ ਤੁਹਾਨੂੰ 2.5 ਸਾਲਾਂ ਬਾਅਦ ਯਾਦ ਆਉਂਦਾ ਵੀ ਨੈਕਸਸ ਹੈਗਾ ਨਸ਼ਾ ਤਸਕਰਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ 10000 ਪੁਲਿਸ ਵਾਲੇ ਤੁਸੀਂ ਟਰਾਂਸਫਰ ਕਰਤੇ ਸਕੇਪ ਕੋਰਟ ਬਣਾਇਆ ਉਹਨਾਂ ਨੂੰ ਸਕੇਪ ਕੋਰਟ ਬਣਾਇਆ ਆਪਦੀ ਜ਼ਿੰਮੇਵਾਰੀ ਤੋਂ ਬਚਣ ਲਈ ਫਿਰ ਜੇ ਨੈਕਸਸ ਹੈਗਾ ਫਿਰ ਤਾਂ ਕਾਰਵਾਈ ਕਰੋ ਉਹਨਾਂ ਖਿਲਾਫ ਪਰਚਾ ਦਰਜ ਕਰੋ ਤੁਸੀਂ ਟਰਾਂਸਫਰ ਕਰ ਰਹੇ ਹੋ ਤੇ ਜੇ ਨੈਕਸਸ ਹੈਗਾ ਇਨ ਦਾ ਫਸਟ ਪਲੇਸ 2.5 ਸਾਲ ਤੁਸੀਂ ਕੀ ਕਰਦੇ ਰਹੇ ਤੁਹਾਡੀ ਨੱਕ ਤਲੇ ਸਾਰਾ ਕੁਝ ਹੋਈਗਾ ਤੁਹਾਨੂੰ ਤਾਂ ਰਿਜ਼ਾਈਨ ਕਰ ਦੇਣਾ ਚਾਹੀਦਾ ਫਿਰ ਮਾਨ ਸਾਹਿਬ ਨੇ ਕੀ ਕਿਆ ਸੀਗਾ 골ਡੀ ਬਰਾਡ ਡੇਟੇਨ ਕਰ ਲਿਆ ਪ੍ਰੈਸ ਕਾਨਫਰੈਂਸ ਕਰਕੇ ਕਿੱਥੇ 골ਡੀ ਬਰਾਡ ਕੀ ਉਹ ਛੂਟਨੀ ਹੈ ਬਤੌਰ ਹੋਮ ਮਿਨਿਸਟਰ ਚੀਫ ਮਿਨਿਸਟਰ ਤੁਹਾਡੀ ਜੂਰਿਸਡਿਕਸ਼ਨ ਨਹੀਂ ਹੈ ਕਿ ਤੁਸੀਂ ਉਹ ਕਰੋ ਬਟ ਯੂ ਹੈਵ ਡਨ ਇਟ ਐਂਡ ਯੂ ਹੈਵ ਡਨ ਇਟ ਐਂਡ ਇਟਸ ਟਰਨਡ ਆਊਟ ਟੂ ਬੀ ਐਬਸolutely ਫਾਲਸ ਐਂਡ ਰੌਂਗ ਤੁਹਾਡੀ ਜ਼ਿੰਮੇਵਾਰੀ ਫਿਕਸ ਨਹੀਂ ਹੋਣੀ ਚਾਹੀਦੀ ਬਤੌਰ ਹੋਮ ਮਿਨਿਸਟਰ ਝੂਠ ਬੋਲੇ ਬਤੌਰ ਮੁੱਖ ਮੰਤਰੀ ਮਾਨ ਸਾਹਿਬ ਅਸਤੀਫਾ ਦੇ ਤੀ ਅਸਤੀਫਾ ਜਲ ਤੋਂ ਜਲ ਦੇਣ ਐਨਵੈਲਪ ਨਹੀਂ ਉਹ ਸੋਨਾ ਜਾਉਂਦਾ ਹੁੰਦਾ ਜੀ 10 ਰੁਪਏ ਦਾ सत श्रीकाल जी प्रोग्राम अनकटा तो स्वागत है मैं तो होस्ट बिंदु सिंह लैके हाजिर हाँ अनकट गलबात पिछले दिन असं देखिया कि बहुत सारा हंगामा मचया है ਐਨਨੇ ਕਿ ਹੰਗਾਮਾ ਕਿਉਂ ਹੈ ਵਰ ਵਰਪਾ ਉਹ ਹਾਲਾਤ ਬਣੇ ਹੋਏ ਐ ਸਿਆਸਤ ਦੇ ਵਿੱਚ ਪੋਲਿਟਿਕਸ ਦੇ ਵਿੱਚ ਰਾਹੁਲ ਗਾਂਧੀ ਵੱਡੇ ਨੇਤਾ ਕਾਂਗਰਸ ਦੇ ਅਮਰੀਕਾ ਜਾਂਦੇ ਨੇ ਯੂਐਸ ਜਾ ਕੇ ਉੱਥੇ ਉਹਨਾਂ ਨੇ ਕੁਝ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਉੱਥੋਂ ਦੇ ਡਾਇਸਪੋਰਾ ਇੰਡੀਅਨ ਡਾਇਸਪੋਰਾ ਦੇ ਨਾਲ ਬਵਾਲ ਹੋ ਗਿਆ ਜੀ ਦੇਸ਼ ਤੱਕ ਜਦੋਂ ਉਹ ਖਬਰਾਂ ਆਈਆਂ ਤੇ ਬੀਜੇਪੀ ਆਪੋਜੀਸ਼ਨ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੀਡਰਸ ਸੀਗੇ ਉਹਨਾਂ ਨੇ ਆਪਣੀਆਂ ਤਕਰੀਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਦੇ ਵਿੱਚ ਜੇ ਗੱਲਬਾਤ ਕਰੀਏ ਤਾਂ ਭਾਜਪਾ ਕਹਿੰਦੀ ਹੈ ਕਿ ਨੈਰੇਟਿਵ ਗਲਤ ਸੈੱਟ ਕਰਕੇ ਆ ਰਹੇ ਨੇ ਰਾਹੁਲ ਗਾਂਧੀ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਤੇ ਹੋਰ ਵੀ ਪੋਲਿਟਿਕਸ ਦੇ ਮੁੱਦਿਆਂ ਤੇ ਤੇ ਕੁਝ ਹੱਦ ਤੱਕ ਅਦਾਲਤਾਂ ਦੇ ਹਾਲਾਤਾਂ ਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਪੰਜਾਬ ਕਾਂਗਰਸ ਦੇ ਚੀਫ ਸਪੋਕਸਪਰਸਨ ਨੇ ਅਸ਼ਪ੍ਰੀਤ ਖੜਿਆਲ ਅਸ਼ਪ੍ਰੀਤ ਖੜਿਆਲ ਹੁਣ ਨਾਲ ਅਸੀਂ ਗੱਲਬਾਤ ਕਰਾਂਗੇ ਬਹੁਤ ਹੀ ਸੁਲਝੇ ਹੋਏ ਵਕੀਲ ਨੇ ਔਰ ਬੜੀਆਂ ਪਿਰਤਾਂ ਪਾਉਂਦੇ ਨੇ ਕਾਲੀ ਆਏ ਨੇ ਸੁਪਰੀਮ ਕੋਰਟ ਤੋਂ ਇੱਕ ਕੇਸ ਲੜ ਕੇ ਦੱਸ ਰਹੇ ਸੀ ਮੈਨੂੰ ਔਰ ਖਾਸ ਕਰਕੇ ਕੜੇ ਜ਼ਿਲ੍ਹੇ ਦੇ ਨਾਲ ਸਿੱਖ ਕਮਿਊਨਿਟੀ ਦੇ ਨਾਲ ਕਿਸੇ ਤਰੀਕੇ ਦੀਆਂ ਵਿਵਧੀਆਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਹਿੱਸੇ ਆਈਆਂ ਨੇ ਖਾਸ ਕਰਕੇ ਅਦਾਲਤਾਂ ਦੇ ਵਿੱਚ ਤਕਰੀਰਾਂ ਤੇ ਆਰਗੂਮੈਂਟਸ ਕਰਨ ਨੂੰ ਲੈ ਕੇ ਕੜੇ ਦੀ ਗੱਲ ਹੋ ਰਹੀ ਹੈ ਇਹੀ ਬਵਾਲ ਮਚਿਆ ਹੈ ਵਿਦੇਸ਼ ਦੀ ਉੱਤ ਜਾ ਕੇ ਰਾਹੁਲ ਗਾਂਧੀ ਨੇ ਗੱਲਬਾਤ ਕੀਤੀ ਇੰਡੀਅਨ ਡਾਇਸਪੋਰਾ ਦੇ ਨਾਲ ਪਰ ਉਹਦੀ ਧਮਕ ਇੰਡੀਆ ਦੇ ਵਿੱਚ ਇਸ ਧਰਤੀ ਤੇ ਪਈ ਪੋਲਿਟਿਕਸ ਦੇ ਵਿੱਚ ਇਦਾਂ ਕਿਉਂ ਹੁੰਦਾ ਹੈ ਕੀ ਕੀ ਗੱਲਾਂ ਬਾਤਾਂ ਨੇ ਯੰਗ ਪੋਲਿਟਿਸ਼ੀਅਨਸ ਜਿਹੜੇ ਨੇ ਉਹ ਦੇਸ਼ ਦੇ ਬਾਰੇ ਵਿੱਚ ਤੇ ਇੰਟਰਨੈਸ਼ਨਲ ਜਿਹੜੇ ਗੱਲਾਂ ਬਾਤਾਂ ਨੇ ਟਾਕਸ ਦੇ ਬਾਰੇ ਵਿੱਚ ਜਾਂ ਉਹਨਾਂ ਦੇ ਜਿਹੜੇ ਰਿਲੇਸ਼ਨਸ ਨੇ ਉਹਦੇ ਬਾਰੇ ਵਿੱਚ ਕੀ ਸੋਚਦੇ ਐ ਉਸ ਯੰਗ ਮਾਈਂਡਸ ਨੂੰ ਵੀ ਸੁਣਨ ਵਾਸਤੇ ਅਸੀਂ ਅਸ਼ਪ੍ਰਿਤ ਖੜਿਆਲ ਹੁਣਾ ਕੋ ਲਾਇਆ ਅੱਜ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਖੜਿਆਲ ਜੀ ਪਹਿਲੇ ਤਾਂ ਤੁਹਾਡਾ ਨਾਮ ਅਸ਼ਪ੍ਰਿਤ ਬੜਾ ਵਧੀਆ ਮਨ ਲੱਗਿਆ। ਬੜਾ ਬਹੁਤ ਪਿਆਰਾ ਨਾਮ ਰੱਖਿਆ ਤੁਹਾਡੇ ਮਾਮਾ ਨੇ। ਆ ਆਪਾਂ ਗੱਲ ਕਰੀਏ ਤੇ ਰਾਹੁਲ ਗਾਂਧੀ ਦਾ ਪਿਛਲੇ ਦਿਨਾਂ ਤੇ ਜਿਹੜਾ ਸਟੇਟਮੈਂਟ ਇੱਕ ਆਇਆ ਬੜਾ ਧਮਕ ਪਈ ਇੱਥੇ। ਗੱਲ ਤਾਂ ਉੱਥੇ ਕੀਤੀ ਗਈ ਤੇ ਉਹਦੀ ਜੜੀਆਂ ਰੈਪਕੂਕੇਸ਼ਨਸ ਕਹਿ ਲਈਏ ਜਾਂ ਜਿਸ ਤਿੱਕੇ ਦੇ ਨਾਲ ਰਿਐਕਸ਼ਨਸ ਸੀਗੇ ਪਾਰਟਿਕੂਲਰਲੀ ਆਪੋਜੀਸ਼ਨਸ ਦੇ ਉਹ ਇੱਥੇ ਤੱਕ ਆਏ ਨੇ। ਭਾਜਪਾ ਕਹਿੰਦੀ ਜੀ ਨਰੇਟਿਵ ਬੜਾ ਗਲਤ ਸੈੱਟ ਕਰਕੇ ਆਏ ਨੇ ਉੱਥੇ। ਉੱਥੇ ਉਹਨਾਂ ਨੇ ਸਿੱਖਾਂ ਦੀ ਗੱਲ ਕੀਤੀ। ਖਾਸ ਕਰਕੇ ਜਦੋਂ ਉਹਨਾਂ ਨੇ ਗੱਲ ਕੀਤੀ ਤੇ ਕੜੇ ਦੀ ਗੱਲ ਕੀਤੀ ਗੁਰਦੁਆਰੇ ਦੀ ਗੱਲ ਕੀਤੀ ਕਹਿੰਦੇ ਕਿ ਇੰਡੀਆ ਦੇ ਵਿੱਚ ਤਾਂ ਇਹ ਵੀ ਅਗਲੇ ਦਿਨਾਂ 'ਚ ਦੇਖਣਾ ਪਏਗਾ ਕਿ ਕੜਾ ਜਿਹੜਾ ਕੀ ਸਿੱਖਾਂ ਦਾ ਇੱਕ ਨੇਚਰਲ ਉਹਨਾਂ ਨੂੰ ਧਰਮ ਪ੍ਰਵਾਨ ਕਰਦਾ ਉਹਦੀ ਪ੍ਰਵਾਨਗੀ ਦਿੰਦਾ ਉਹ ਪਾ ਸਕਦੇ ਆ ਕਿ ਨਹੀਂ ਜਾਂ ਗੁਰਦੁਆਰੇ ਦੇ ਵਿੱਚ ਵੀ ਕੱਲ ਨੂੰ ਜਾ ਸਕਦੇ ਆ ਕਿ ਨਹੀਂ ਉਹ ਕਹਿੰਦੇ ਜੀ ਐਵੇਂ ਦੀ ਗਲਤ ਬਿਆਨਬਾਜ਼ੀਆਂ ਜੜੀਆਂ ਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਉੱਥੇ ਜੜੀਆਂ ਗੱਲਾਂ ਬਾਤਾਂ ਕਰ ਰਹੇ ਨੇ ਰਾਹੁਲ ਜੀ ਔਰ ਦੂਸਰੇ ਪਾਸੇ ਖਾਸ ਕਰਕੇ ਜਿਹੜੇ ਮੈਜੋਰਟੀਜ਼ ਨੂੰ ਲੈ ਕੇ ਜਿਹੜਾ ਐਸਸੀ ਐਸਟੀ ਜਾਂ ਐਦਾਂ ਦੇ ਜਿਹੜੇ ਗੱਲਾਂ ਨੇ ਉਹ ਕਹਿੰਦੇ ਜੋ ਖਤਮ ਤਾਂ ਅਸੀਂ ਕਰਾਂਗੇ ਜਦੋਂ ਸਵਾਲ ਉੱਠਦੇ ਐ ਕਿ ਜਦੋਂ ਇੰਡੀਆ ਦੇ ਵਿੱਚ ਹਰ ਚੀਜ਼ ਦਾ ਬੈਲੈਂਸ ਬਣ ਜਾਏਗਾ ਜੀ ਕੀ ਤੁਸੀਂ ਆਪਣਾ ਪੱਖ ਕਿਸ ਤਰੀਕੇ ਦੇ ਨਾਲ ਰੱਖਦੇ ਹੋ ਮੈਂ ਤੁਹਾਨੂੰ ਐਜ਼ ਅ ਗੱਲ ਕਰ ਰਹੀ ਹਾਂ ਇੱਕ ਯੰਗ ਲੀਡਰ ਦੇ ਤੌਰ ਤੇ ਔਰ ਇੱਕ ਵਕੀਲ ਦੇ ਤੌਰ ਤੇ ਵੀ ਮੈਨੂੰ ਲੱਗਦਾ ਤੁਸੀਂ ਅੱਜ ਦੀ ਸਾਡੀ ਗੱਲਬਾਤ ਦਾ ਜਿਹੜਾ ਮੇਨ ਕਰਕਸ ਆਫ ਦਾ ਮੈਟਰ ਰਹੇਗਾ ਉਹ ਇਸੇ ਹਾਲੇਦਾਰ ਹੀ ਰਹੇਗਾ ਜੀ ਦੇਖੋ ਗਲਤ ਬਿਆਨ ਕਿਹੜੇ ਐ ਮੈਂ ਤੁਹਾਨੂੰ ਦੱਸਦਾ ਜਦੋਂ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਲੀਡਰ ਸੁਵਿੰਦੂ ਅਧਿਕਾਰੀ ਸਿੱਖ ਆਈਪੀਐਸ ਅਫੀਸਰ ਨੂੰ ਖਾਲਿਸਤਾਨੀ ਕਹਿ ਦਿੰਦਾ ਉਹ ਹੈ ਗਲਤ ਬਿਆਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਕੋਈ ਐਕਸਪਲਸ਼ਨ ਨਹੀਂ ਕੋਈ ਬੁਲਾ ਕੇ ਰੈਪਰੀਮੈਂਡ ਨਹੀਂ ਕੀਤਾ ਉਹ ਹੈ ਗਲਤ ਬੀਜੇਪੀ ਦਾ ਰਾਜਸਥਾਨ ਦਾ ਲੀਡਰ ਕਹਿ ਦਿੰਦਾ ਜੇ ਬੀਜੇਪੀ ਸਰਕਾਰ ਬਣ ਗਈ ਰਾਜਸਥਾਨ ਦੇ ਵਿੱਚ ਤੇ ਅਸੀਂ ਗੁਰਦੁਆਰੇ ਹਟਾ ਦਾਂਗੇ ਜਦੋਂ ਅਸੀਂ ਪ੍ਰੈਸ਼ਰ ਪਾਇਆ ਫਿਰ ਮਜਬੂਰਨ ਕਾਰਵਾਈ ਕਰਨੀ ਪਈ ਗਲਤ ਬਿਆਨ ਹੈ ਕੰਗਨਾ ਰਣੋਤ ਦਾ ਜਿਨੇ ਸਿੱਖਾਂ ਨੂੰ ਖਾਲਿਸਤਾਨੀ ਟੈਰਰਿਸਟ ਕਿਹਾ ਉਸ ਤੋਂ ਬਾਅਦ ਕਿਹਾ ਕਿਸਾਨਾਂ ਨੂੰ ਖਾਲਿਸਤਾਨੀ ਫਿਰ ਚੰਡੀਗੜ੍ਹ ਜਦੋਂ 에어ਪੋਰਟ ਤੇ ਆਈ ਸੀ ਤੁਹਾਨੂੰ ਯਾਦ ਹੋਊਗਾ 에어ਪੋਰਟ ਤੇ ਆ ਕੇ ਇਹਨੇ ਕੀ ਗੱਲ ਕਹੀ ਪੰਜਾਬ ਦੇ ਵਿੱਚ ਜਦੋਂ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਇਹਨੇ ਪੋਸਟ ਕੀਤਾ ਗੱਲ ਕਹੀ ਵੀ ਪੰਜਾਬ ਦੇ ਵਿੱਚ ਟੈਰਰਿਜ਼ਮ ਵੱਧ ਰਿਹਾ ਹੈ ਐਕਸਟ੍ਰੀਸਮ ਐਕਸਟ੍ਰੀਮਿਜ਼ਮ ਵਧ ਰਿਹਾ ਹੈ ਤੇ ਜਿਹਦੇ ਕਰਕੇ ਸਾਡੇ ਸਿੱਖ ਭਰਾਵਾਂ ਤੇ ਹਮਲੇ ਵੀ ਹੋਏ ਮੈਚਲ ਛੋਇਆ ਹਰਿਆਣੇ ਛੋਇਆ ਹੋਰ ਸੂਬਿਆਂ ਛੋਇਆ ਤੇ ਇੱਕ ਵਿਕਟਮ ਨੇ ਇਹ ਵੀ ਗੱਲ ਦੱਸੀ ਵੀ ਇਹ ਕੰਗਨ ਰਣੋਤ ਦੇ ਬਿਆਨ ਦਾ ਆਊਟਕਮ ਹੋ ਸਕਦਾ ਕਿਉਂਕਿ ਜਦੋਂ ਐਸੇ ਬਿਆਨ ਇੱਕ ਐਮਪੀ ਸੀਨੀਅਰ ਲੀਡਰ ਇੱਕ ਬੀਜੇਪੀ ਵਰਗੀ ਪਾਰਟੀ ਦਾ ਬਿਆਨ ਦਿੰਦਾ ਤਾਂ ਲੋਕਾਂ ਦੇ ਦਿਮਾਗ ਇਨਫਲੂਐਂਸ ਹੁੰਦੇ ਹੈ देयर इज नो ਡਾਊਟ ਅਬਾਊਟ ਥੈਟ ਹੁਣ ਗੱਲ ਇਹ ਹੈ ਵੀ ਜਦੋਂ ਤੁਸੀਂ ਐਸੇ ਬਿਆਨ ਦੇ ਰਹੇ ਹੋ ਤੇ ਕੋਈ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਕਾਉਂਟੇਬਿਲਿਟੀ ਫਿਕਸ ਕਰਨੀ ਚਾਹੀਦੀ ਹੈ ਜੇ ਤੁਸੀਂ ਉਹਦੇ ਖਿਲਾਫ ਹੋ ਪੰਜਾਬ ਬੀਜੇਪੀ ਦੇ ਲੀਡਰ ਨੇ ਕਿਹੜੇ ਨੇ ਕਿਹਾ ਵੀ ਕੰਗਨਰ ਨੌਥ ਦੇ ਖਿਲਾਫ ਕਾਰਵਾਈ ਕਰੋ ਉਸ ਤੋਂ ਬਾਅਦ ਉਹ ਐਮਰਜੈਂਸੀ ਮੂਵੀ ਬਣਾ ਦਿੰਦੀ ਹੈ ਐਕਟਰ ਵੀ ਪ੍ਰੋਡਿਊਸਰ ਵੀ ਡਾਇਰੈਕਟਰ ਵੀ ਕੰਗਨਰ ਰਨੌਤ ਹੈ ਫਿਰ ਇਹਦੇ ਚ ਟ੍ਰੇਲਰ ਚ ਹੀ ਪਤਾ ਲੱਗਦਾ ਵੀ ਸਿੱਖਾਂ ਦੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ ਇਹਨੂੰ ਬੈਨ ਕਰਨ ਲਈ ਸਿਰਫ ਆਸੀ ਨਹੀਂ ਸਿੱਖ ਆਰਗੇਨਾਈਜੇਸ਼ਨਸ ਨੇ ਵੀ ਕਿਹਾ ਮਤਲਬ ਭਾਜਪੀ ਨੂੰ ਇਨੀ ਤਕਲੀਫ ਕਿਉਂ ਹੈ ਸਿੱਖਾਂ ਤੋਂ ਇਨੀ ਪ੍ਰੋਬਲਮ ਕਿਉਂ ਹੈ ਤੇ ਜਦੋਂ ਇਹ ਕਹਿੰਦੇ ਆ ਵੀ ਜੀ ਇੰਡੀਵਿਜੂਅਲ ਲੀਡਰ ਦਾ ਬਿਆਨ ਹੈ ਫਿਰ ਇੰਡੀਵਿਜੂਅਲ ਲੀਡਰ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਉਹਦੇ ਸਿਰਫ ਐਕਸਪਲਸ਼ਨ ਦੀ ਕਾਰਵਾਈ ਨਹੀਂ ਬਾਹਰ ਨਹੀਂ ਕੱਢਣਾ ਸਿਰਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਵਿਦ ਸਟ੍ਰਿੰਜੈਂਟ ਸੈਕਸ਼ਨਸ ਕਿਉਂਕਿ ਲੋਕਾਂ ਦੇ ਦਿਮਾਗਾਂ 'ਚ ਜ਼ਹਿਰ ਭਰ ਹੈ 100% ਜੀ ਦੇ ਕਰਕੇ ਮੈਂ ਤੁਹਾਨੂੰ ਆ ਐਗਜ਼ਾਮਪਲਸ ਦੱਸਿਆ ਫਿਰ ਉਦੋਂ ਬਾਅਦ ਤੁਹਾਨੂੰ ਇਹ ਵੀ ਗੱਲ ਯਾਦ ਹੋਊਗੀ ਕਿ ਇਹਦੀ ਜਿਹੜੀ ਕੰਗਨਰ ਨੌਦ ਦੀ ਭੈਣ ਹੈ ਇਹਨੇ ਕਹਿਆ ਸੀਗਾ ਅਬ ਤੇਰਾ ਕੀ ਹੋਗਾ ਪੰਜਾਬ ਸੋ ਐਸੇ ਬਿਆਨ ਜਿਹੜੇ ਐ ਜੇ ਤੁਸੀਂ ਨਹੀਂ ਐਕਟ ਕਰਦੇ ਤਬ ਐ ਲੱਗਦਾ ਵੀ ਤੁਸੀਂ ਨਾਲ ਖੜੇ ਹੋ ਉਹਨਾਂ ਦੇ ਨਾਲ ਖੜੇ ਜਾਪਦੇ ਹੋ ਵੀ ਤੁਹਾਡੀ ਆਈਡੀਓਲੋਜੀ ਹੈ ਤੁਹਾਡੀ માનਸ਼ਕਤਾ ਹੈ ਇਦਰ ਯੂ ਐਕਟ ਅਗੇਂਸਟ ਹਰ ਐਂਡ 올 ਦੀ ਅਦਰ ਲੀਡਰਸ ਜਿਨ੍ਹਾਂ ਨੇ ਐਂਟੀ ਸਿੱਖ ਬਿਆਨ ਦਿੱਤੇ ਐ ਜੇ ਨਹੀਂ ਕਰ ਸਕਦੇ ਫਿਰ ਜਾਖੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਤੇ ਹੋਰ ਸੀਨੀਅਰ ਲੀਡਰਸ਼ਿਪ ਪੰਜਾਬ ਬੀਜੇਪੀ ਦੀ ਅਸਤੀਫਾ ਦੇਵੇ ਇਫ ਦੇ ਕੈਨਾਟ ਸਟੈਂਡ ਵਿਦ ਸਿਕਸ ਇਨ ਪੰਜਾਬੀਜ਼ ਫਿਰ देयर इज नो ਪੁਆਇੰਟ ਆਫ ਪੋਲਿਟਿਕਸ ਜੇ ਤੁਸੀਂ ਪੰਜਾਬ ਨਾਲ ਹੀ ਨਹੀਂ ਖੜਨਾ ਜਿਹੜੇ ਪੰਜਾਬ ਕਰਕੇ ਤੁਸੀਂ ਲੀਡਰ ਬਣੇ ਨੇਤਾ ਬਣੇ ਇੰਨਾ ਕੁਝ ਦਿੱਤਾ ਪੰਜਾਬ ਨੇ ਤੁਹਾਨੂੰ ਸਿੱਖਾਂ ਨੇ ਪੰਜਾਬੀਆਂ ਨੇ ਉਹਨਾਂ ਨਾਲ ਹੀ ਨਹੀਂ ਖੜਨਾ ਫਿਰ ਫਾਇਦਾ ਕੀ ਹੈ ਸੇ ਤੋਂ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇਹਨਾਂ ਨੂੰ ਡਰ ਕਿਸ ਚੀਜ਼ ਦਾ ਇਹਨਾਂ ਅਡਵਾਨੀ ਸਾਹਿਬ ਨੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਿਆ ਸੀਗਾ ਵੀ 84 ਲਈ ਅਸੀਂ ਇਹਨਾਂ ਨੂੰ ਮਜਬੂਰ ਕੀਤਾ ਕੈਪਟਨ ਅਮਰਿੰਦਰ ਸਿੰਘ ਜੀ ਸੀਨੀਅਰ ਲੀਡਰ ਨੇ ਜਿਹੜੇ ਭਾਜਪਾ ਦੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਅਡਵਾਨੀ ਸਾਹਿਬ ਨੇ ਇਹਦੇ ਵਿੱਚ ਆਪਰੇਸ਼ਨ ਬਲੂ ਸਟਾਰ ਨੂੰ ਸਪੋਰਟ ਕੀਤਾ ਨਾਲੇ ਕਿਹਾ ਵੀ 49 ਭਾਜਪਾ ਦੇ ਤੇ ਆਰਐਸਐਸ ਦੇ ਲੀਡਰਸ ਨੇ ਵਰਕਰਸ ਨੇ ਜਿਨ੍ਹਾਂ ਦੇ ਪਰਚਿਆਂ 'ਚ ਨਾਮ ਨੇ 84 ਦੇ ਉਨ੍ਹਾਂ ਦੇ ਖਿਲਾਫ ਬੀਜਪੀ ਨੇ ਕੀ ਕਾਰਵਾਈ ਕਰਤੀ ਫਿਰ ਇਹ ਸਾਡੇ ਕਿਸਾਨ ਭਰਾਵਾਂ ਨੂੰ ਕੁਚਲ ਕੇ ਉਥੇ ਲਖਨਪੁਰ ਚ ਇਹਦੇ ਬੀਜਪੀ ਦੇ ਲਾੜ ਸਾਹਿਬ ਨੇ ਮਾਰਤਾ ਸੀਗਾ 700 ਕਿਸਾਨ ਇਥੇ ਸ਼ਹੀਦ ਹੋ ਗਏ ਸੀਗੇ ਜਦੋਂ ਜਦੋਂ ਕਿਸਾਨ ਅੰਦੋਲਨ ਚੱਲਿਆ ਸੀਗਾ ਉਸ ਤੋਂ ਬਾਅਦ ਸ਼ੋਭ ਕਰਨ ਸਾਡਾ ਜਵਾਨ ਕਿਸਾਨ ਭਰਾ ਸ਼ਹੀਦ ਹੋ ਗਿਆ ਸੀਗਾ ਦੂਜੇ ਕਿਸਾਨ ਅੰਦੋਲਨ ਵਾਲੇ ਸੋ ਓਵਰਆਲ ਜੇ ਤੁਸੀਂ ਦੇਖੋਗੇ ਕਿ ਬੀਜੇਪੀ ਹੈਜ਼ ਲੇਫਟ ਨੋ ਸਟੋਨ ਅਨਟਰਨਡ not a single stone unturned be ਬਦਲਾ ਪਤਾ ਨਹੀਂ ਕਿਸ ਚੀਜ਼ ਦਾ ਗੁੱਸਾ ਕਿਸ ਚੀਜ਼ ਦਾ ਤੁਸੀਂ ਇਹ ਦੇਖੋ ਕਿ ਸਾਡਾ ਫੰਡ ਰੋਕਤਾ ਆਰਡੀਐਫ ਦਾ ਐਨਐਚਐਮ ਦਾ ਸਰਵ ਸਿੱਖਿਆ ਅਭਿਆਨ ਫੰਡ ਸਾਡੀ ਝਾਕੀ ਸਾਡੀ ਕੁਰਬਾਨੀਆਂ ਸਾਡੇ ਜੋ ਕੰਟਰੀਬਿਊਸ਼ਨਸ ਐ ਦੇਸ਼ ਲਈ ਸਾਤਾ ਪੰਜਾਬੀਆਂ ਦੀਆਂ ਸਿੱਖਿਆ ਦੀਆਂ ਉਹ ਕਦੋਂ ਪਤਾ ਲੱਗਦੀ ਹੁੰਦੀ ਹੈ ਝਾਕੀ ਦੇ ਵਿੱਚ ਰਿਪਬਲਿਕ ਡੇ ਵਾਲੇ ਦਿਨ ਉਹ ਸਾਡੀ ਝਾਕੀ ਦੋ ਦਫਾ ਕਨਸੈਕੂਟਿਵਲੀ ਰਿਜੈਕਟ ਕਰਤੀ ਇਹਨਾਂ ਨੇ ਮਤਲਬ ਭਾਰਤੀ ਜਨਤਾ ਪਾਰਟੀ ਬਜਟ ਸਾਨੂੰ ਕੁਝ ਨਹੀਂ ਦਿੰਦੀ ਪੰਜਾਬੀਆਂ ਨੂੰ ਸਾਨੂੰ ਇੰਟੇਰਮ ਬਜਟ 'ਚ ਕੁਝ ਨਹੀਂ ਦਿੱਤਾ ਸਾਡਾ ਪੈਸਾ ਰੋਕ ਲਿਆ ਪ੍ਰੋਜੈਕਟ ਕੋਈ ਨਹੀਂ ਦਿੱਤਾ NHAI ਦੇ ਪ੍ਰੋਜੈਕਟ ਰੋਕ ਲੇ ਜੀ ਤੈਨੋਂ ਆਲਰੇਡੀ ਰੋਕਤੇ ਤੇ ਅੱਠ ਹੋਰ ਰੋਕਣ ਦੀ ਗੱਲ ਹੋ ਰਹੀ ਹੈ ਇਥੋਂ ਇੱਕ ਗੱਲ ਪਤਾ ਲੱਗ ਜਾਂਦੀ ਹੈ ਕਿ ਨਫ਼ਰਤ ਕਰਦੇ ਆ ਸਾਡੇ ਨਾਲ ਤੇ ਨਫ਼ਰਤ ਦਾ ਜਵਾਬ ਪੰਜਾਬ ਨੇ ਨਫ਼ਰਤ ਦੀ ਦੁਕਾਨ ਨੂੰ ਸ਼ਟਰ ਲਾ ਕੇ ਦਿੱਤਾ ਜ਼ੀਰੋ ਸੀਟਾ ਦੇ ਕੇ ਜ਼ੀਰੋ ਕਰਤਾ ਇਹਨਾਂ ਨੂੰ ਸਪ੍ਰੀਜੀਤ ਤੁਸੀਂ ਜਿੱਦਾਂ ਗੱਲਬਾਤ ਕਰ ਰਹੇ ਹੋ ਹਰਿਆਣਾ ਦੇ ਜਿਸ ਤਰੀਕੇ ਨਾਲ ਇਲੈਕਸ਼ਨ ਵੀ ਆ ਰਹੇ ਨੇ ਇਦਾਂ ਨਹੀਂ ਲੱਗਦਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ-ਨਾਲ ਤੁਰੇ ਚੱਲੇ ਜਾ ਰਹੇ ਹੋ ਮੀਨਸ ਕੀ ਕਾਂਗਰਸ ਪਾਰਟੀ ਕਿਉਂਕਿ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਹੁਣ ਕਹੀਆਂ ਚਾਕੀ ਵਾਲੀ ਗੱਲ ਹੈਗੀ ਆ ਆਰਡੀਐਫ ਡੈਫੀਨਿਟਲੀ ਨੋ ਡਾਊਟ ਕਿਉਂਕਿ ਉਹ ਇੱਕ ਸਟੇਟ ਦਾ ਮੈਟਰ ਹੈਗਾ ਤਾਂ ਹਰ ਪਾਰਟੀ ਨੂੰ ਉਹਦੇ ਨਾਲ ਕੰਸਰਨ ਹੋਣਾ ਚਾਹੀਦਾ ਪਰ ਨਾ ਨਾ ਕਰਦੇ ਜਿਆਦਾਤਰ بار بار ਚੀਕ ਚੀਕ ਕੇ ਜੜਾ ਹੈਗਾ ਉਹ ਆਮ ਆਦਮੀ ਪਾਰਟੀ ਸਰਕਾਰ ਕੈਬਨਟ ਮਨਿਸਟਰ ਮੁੱਖ ਮੰਤਰੀ ਸਾਹਿਬ ਖੁਦ ਮਾਨ ਸਾਹਿਬ ਸਾਰੇ ਜਣੇ ਕਹਿੰਦੇ ਨੇ ਲੇਖੋ ਗੱਲ ਇਸ ਤਰ੍ਹਾਂ ਹੈ ਇੱਕ ਪਾਸੇ ਤਾਂ ਚਲੋ ਕੋਈ ਬਿਆਨ ਦਿੰਦਾ ਹੈ ਦੂਜੇ ਪਾਸੇ ਬੀਜੇਪੀ ਦੇ ਲੀਡਰ ਜਿਹੜੇ ਮਰਵਾਹਾ ਜੀ ਨੇ ਉਹਨਾਂ ਨੇ ਖੁੱਲੇ ਆਮ ਸ਼ਰੇਆਮ ਦੇਸ਼ ਦੇ ਲੀਡਰ ਆਫ অপੋਜੀਸ਼ਨ ਨੂੰ ਧਮਕੀ ਦਿੱਤੀ ਜੋ ਦਾਦੀ ਦਾ ਹਸ਼ਰ ਹੋਇਆ ਸੀਗਾ ਉਹਨੂੰ ਯਾਦ ਕਰ ਲਾ ਆ ਕਰ ਲਾ ਉਹ ਕਰ ਲਾ ਇਹ ਭਾਸ਼ਾ ਹੈ ਬਾਰ ਬਾਰ ਕਿਹਾ ਜਾਂਦਾ ਇਹ ਮਤਲਬ ਤੁਸੀਂ ਇਹ ਦੇਖ ਲਓ ਵੀ ਜੇ ਲੀਡਰ ਆਫ ਆਪੋਜੀਸ਼ਨ ਨੂੰ ਐਸਾ ਬਿਆਨ ਦੇ ਕੇ ਥ੍ਰੈਟਨ ਕੀਤਾ ਜਾ ਸਕਦਾ ਤਾਂ ਜਿਹੜੇ ਘਰ ਚ ਲੋਕ ਬੈਠੇ ਨੇ ਕੈਮਰੇ ਦੇ ਪਿੱਛੇ ਨੇ ਤੁਸੀਂ ਉਹ ਮੈਂ ਆ ਜਿਹੜੇ ਦੇਖ ਰਹੇ ਨੇ ਉਹ ਸੇਫ ਮਹਿਸੂਸ ਕਰ ਸਕਦੇ ਆ ਪੋਸੀਬਲ ਹੈ ਜੇ ਇੱਕ ਲੀਡਰ ਆਫ ਆਪੋਜੀਸ਼ਨ ਨੂੰ ਤੁਸੀਂ ਐ ਮਤਲਬ ਕਿ ਥ੍ਰੈਟਨ ਹੀ ਕਰ ਦੋਂਗੇ ਤੇ ਉਸ ਤੋਂ ਬਾਅਦ ਕਾਰਵਾਈ ਕੀ ਹੋਈ ਜੀ ਐਕਸਪੈਲ ਹੋਇਆ ਨਹੀਂ ਹੋਇਆ ਸੰਮਨ ਕੀਤਾ ਗਿਆ ਪਾਰਟੀ ਦੁਆਰਾ ਨਹੀਂ ਕੀਤਾ ਗਿਆ ਅਮਿਤ ਸ਼ਾਹ ਸਾਹਿਬ ਮੋਦੀ ਸਾਹਿਬ ਜਾਖੜ ਸਾਹਿਬ ਕੈਪਟਨ ਸਾਹਿਬ ਪਲੀਜ਼ ਜਾਗੋ ਇਹ ਲੀਡਰ ਦੇ ਖਿਲਾਫ ਕਾਰਵਾਈ ਕਰੋ ਪਾਰਟੀ ਚੋਂ ਐਕਸਪੈਲ ਕਰਕੇ ਪਰਚਾ ਦਰਜ ਕਰੋ ਹੋਮ ਮਿਨਿਸਟਰੀ ਤੁਹਾਡੇ ਕੋਲੇ ਹੈ ਲੇਕਿਨ that has also not happened ਮਤਲਬ ਇਹਦਾ ਕੀ ਹੈ ਇਹ ਨਾਲ ਖੜੇ ਜਾਪਦੇ ਆ ਇਹ ਮਾਨਸਿਕਤਾ ਦਿਖਦੀ ਹੈ ਇਸ ਨਾਟ ਵਨ ਮੁਸਲਮਾਨ ਮਾਇਨੋਰਟੀ ਨੇ ਬਲਡੋਜ਼ਰ ਪੋਲਿਟਿਕਸ ਲਈ ਕੌਣ ਜਾਣਿਆ ਜਾਂਦਾ ਹੈ ਬੁਲਡੋਜ਼ਰ ਬਾਬਾ ਕੌਣ ਕਲਾਉਂਦਾ ਹੈ ਇਹ ਸਭ ਨੂੰ ਪਤਾ ਹੈ ਤੁਸੀਂ ਦੇਖੋ ਜਦੋਂ ਬੰਦਾ ਅੰਡਰ ਟ్రਾਇਲ ਹੈ ਤੁਸੀਂ ਉਹਦੇ ਘਰ ਤੇ ਬੁਲਡੋਜ਼ਰ ਚਲਾ ਕੇ ਘਾਟ ਆਤਾ ਉਹਦਾ ਇਹ ਘਰ ਚ ਆਪਾਂ ਇੰਟਰਵਿਊ ਕਰ ਰਹੇ ਆ ਇਹ ਚ ਮੇਰੇ ਮਦਰ ਮੇਰੀ ਸਿਸਟਰ ਹਨਾ ਮੇਰੇ ਗ੍ਰੈਂਡ ਮਦਰ ਸਾਰਾ ਪਰਿਵਾਰ ਜੇ ਘਟਾ ਦੋਗੇ ਅੰਡਰ ਟ੍ਰਾਇਲ ਦਾ ਕਿਸੇ ਦਾ ਕਿਸੇ ਬੰਦੇ ਦਾ ਅੰਡਰ ਟ੍ਰਾਇਲ ਹੈ ਉਹਦਾ ਕੇਸ ਚੱਲਦਾ ਤੁਸੀਂ ਘਟਾਤਾ ਉਹਦੇ ਸਾਰੇ ਪਰਿਵਾਰ ਨੂੰ ਤੁਸੀਂ ਸੜਕ ਤੇ ਲਿਆ ਕੇ ਖੜਾ ਕਰ ਰਹੇ ਹੋ ਸਾਰੇ ਪਰਿਵਾਰ ਨੂੰ ਤੁਸੀਂ ਸਜ਼ਾ ਦੇ ਰਹੇ ਹੋ ਤੇ ਤੋ ਕੀ ਪਤਾ ਲੱਗਦਾ ਕਿ ਇਹ ਇਨਹਿਊਮਨ ਅਨਜਸਟ ਅਨਡੈਮੋਕ੍ਰੈਟਿਕ ਤਾਨਾਸ਼ਾ ਤਰੀਕੇ ਨਾਲ ਚਲਾਉਣ ਵਾਲੇ ਕੰਮ ਨੇ ਸਰਕਾਰ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਬੀਜੇਪੀ ਸਭ ਦਾ ਸਾਥ ਸਭ ਦਾ ਵਿਕਾਸ ਕਹਿੰਦੀ ਹੈ ਦੂਜੇ ਪਾਸੇ ਮੋਦੀ ਜੀ ਨੇ ਇਲੈਕਸ਼ਨ ਕੈਂਪੇਨ ਵਾਲੇ ਕੀ ਕਿਹਾ ਸੀਗਾ ਗੁਸਪੈਟੀ ਗੁਸੇ ਹੋਏ ਹਨ ਜਿਨਕੇ ਬੱਚੇ ਜ਼ਿਆਦਾ ਹੁੰਦੇ ਹਨ ਕੀ ਕਾਰਵਾਈ ਹੋਈ ਜੀ ਮੋਦੀ ਸਾਹਿਬ ਤੇ ਹਰਿਆਣੇ ਦੇ ਵਿੱਚ ਇੱਕ ਵਿਅਕਤੀ ਤੇ ਹਮਲਾ ਹੋਇਆ ਉਸ ਤੋਂ ਬਾਅਦ ਬੀਜੇਪੀ ਦੇ ਵਰਕਰ ਕਹਿੰਦੇ ਜੀ ਸਾਨੂੰ ਭੁਲੇਖਾ ਪੈ ਗਿਆ ਵੀ ਇਹ ਮੁਸਲਮਾਨ ਹੈ ਤੁਸੀਂ ਵੀ ਸੁਣਾ ਹੋਊਗਾ ਇਨਸੀਡੈਂਟ ਸੋ ਮਤਲਬ ਸ਼ਰਮ ਹੋਣੀ ਚਾਹੀਦੀ ਹੈ ਕਿ ਐਸੀਆਂ ਚੀਜ਼ਾਂ ਇਹ ਕਰ ਰਹੇ ਹੈ ਤੇ दे आर ऑल गोइंग अनअकनॉलेज्ड नो अकाउंटेबिलिटी हैज बीन फिक्स्ड ते राहुल जी ने जेड़ा बयान ਦਿੱਤਾ ਤੁਸੀਂ ਦੇਖ ਹੀ ਲੈ ਕਿ ਸਾਰਿਆਂ ਨੇ ਇਹਦਾ ਸਮਰਥਨ ਕੀਤਾ ਹੁਣ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਕਿ ਪਾਰਟੀਆਂ ਨੇ ਵੀ ਕੀਤਾ ਲੀਡਰਾਂ ਨੇ ਵੀ ਕੀਤਾ ਤੇ ਆਰਗੇਨਾਈਜੇਸ਼ਨਸ ਨੇ ਵੀ ਕੀਤਾ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਮਰਥਨ ਮਿਲਿਆ ਤੇ ਸਮਰਥਨ ਮਿਲਣ ਦਾ ਕਾਰਨ ਇਹ ਹੈ ਕਿ ਤੁਹਾਨੂੰ ਯਾਦ ਹੋਊਗਾ ਡਲੇਵਾਲ ਸਾਹਿਬ ਆਪਦੇ ਸਾਥੀਆਂ ਨਾਲ 에어ਪੋਰਟ ਚਲੇ ਸੀਗੇ ਕਰਪਾਨ ਪੌਣ ਕਰਕੇ ਉਹਨਾਂ ਨੂੰ ਜਹਾਜ਼ ਨਹੀਂ ਬੋਰਡ ਕਰਨ ਦਿੱਤਾ ਗਿਆ ਸੀਗਾ ਤੁਹਾਨੂੰ ਯਾਦ ਹੋਊਗਾ ਹਰਿਆਣੇ 'ਚ ਸਾਡੀ ਭੈਣ ਨੂੰ ਐਗਜ਼ਾਮ 'ਚ ਨਹੀਂ ਬੈਠਣ ਦਿੱਤਾ ਗਿਆ ਸੀਗਾ ਕਿਉਂਕਿ ਕੜਾ ਪਾਇਆ ਹੋਇਆ ਸੀ ਉਹਦੇ ਫਿਰ ਤੁਹਾਨੂੰ ਯਾਦ ਹੋਊਗਾ ਕਿ ਐਸੇ ਟਰੈਵਲ ਰਿਲੇਟਿਡ ਰਿਸਟ੍ਰਿਕਸ਼ਨਸ ਇਸ਼ੂਜ਼ ਵੈਰੀ ਕਾਮਨ ਬਿਲਕੁਲ ਆਉਂਦੇ ਰਹਿੰਦੇ ਆ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਬੀਜਪੀ ਦੇ ਲੀਡਰਾਂ ਨੇ ਕੀ ਕੀ ਕਿਹਾ ਤੇ ਇਹ ਤਾਂ ਟਿਪ ਆਫ ਦੀ ਆਈਸਬਰਗ ਹੈ ਰਿਪੋਰਟਡ ਕੁਸੀਂ ਸੋਚੋ ਕਿੰਨੇ ਅਨ ਰਿਪੋਰਟਡ ਇਨਸੀਡੈਂਟਸ ਐਸੇ ਆ ਕੋਈ ਬੰਦਾ ਨਹੀਂ ਰੌਲਾ ਪਾਉਂਦਾ ਕੋਈ ਨਹੀਂ ਇਸ਼ੂ ਬਣਾ ਕੇ ਰਾਜ਼ੀ ਚੁੱਪ ਕਰ ਜਾਂਦਾ ਬੰਦਾ ਬ੍ਰਸ਼ ਇਸ ਅਟ ਅੰਡਰ ਦਾ ਕਾਰਪਟ ਵੀ ਕਾਣੂ ਇਸ਼ੂ ਬਣਾਉਣਾ ਕਾਣੂ ਖਬਰ ਚਾਉਣਾ ਸੋ ਕੀ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਆਵਾਜ਼ ਨਹੀਂ ਸਾਨੂੰ ਚੱਕਣੀ ਚਾਹੀਦੀ ਜੇ ਤੁਸੀਂ ਨਹੀਂ ਚੱਕੋਗੇ ਜੇ ਤੁਸੀਂ ਧੱਕਾ ਕਰੋਗੇ ਆਵਾਜ਼ ਦੱਬੋਗੇ ਤਾਂ ਇਹਦਾ ਇਹ ਮਤਲਬ ਥੋੜੀ ਵੀ ਅਸੀਂ ਵੀ ਉਹੀ ਲੀਦੇ ਚੱਲਾਂਗੇ ਅਸੀਂ ਜਿਹਦੇ ਦੀ ਆਵਾਜ਼ ਦੱਬ ਰਹੇ ਹਾਂ ਜਿਹਦੇ ਖਿਲਾਫ ਤੁਸੀਂ ਇਹ ਧੱਕਾ ਕਰ ਰਹੇ ਹੋ ਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ ਇਟ ਡਟ ਕੇ ਜਵਾਬ ਦਵਾਂਗੇ ਜੀ ਹਰਸ਼ਵਰ ਸਿੰਘ ਜਿੱਥੋਂ ਤੱਕ ਆਪਾਂ ਗੱਲ ਕਰੀਏ ਪੰਜਾਬ ਚ ਵਾਪਸ ਆਉਨੇ ਆ ਪਿਛਲੇ ਦਿਨਾਂ ਚ ਕਾਫੀ ਸਾਰੀਆਂ ਚੀਜ਼ਾਂ ਡਵੈਲਪਮੈਂਟਸ ਪੰਜਾਬ ਚ ਵੀ ਦੇਖਣ ਨੂੰ ਮਿਲੀਆਂ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤੇ ਸਿੱਖ ਧਰਮ ਦੀ ਗੱਲ ਨਾ ਹੋਵੇ ਹੋ ਨਹੀਂ ਸਕਦਾ ਜੇ ਸਿੱਖੀ ਦੀ ਗੱਲ ਕਰੀਏ ਤੇ ਅਕਾਲ ਤਖਤ ਸਾਹਿਬ ਦੀ ਜਾਂ ਫਿਰ ਦਰਬਾਰ ਸਾਹਿਬ ਦੀ ਗੱਲ ਅੰਮ੍ਰਿਤਸਰ ਦੀ ਗੱਲ ਨਾ ਹੋਵੇ ਇਹ ਹੋ ਨਹੀਂ ਸਕਦਾ ਤੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵਿਚ ਇੱਕ ਡਿਫਰੈਂਟ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲਿਆ ਉਹਨਾਂ ਦਾ ਇੱਕ ਬਾਗੀ ਧੜਾ ਬਣ ਗਿਆ ਉਹਦੇ ਬਾਅਦ ਉਹਨਾਂ ਦੀ ਸ਼ਿਕਾਇਤ ਕੀਤੀ ਗਈ ਹੈ ਅਕਾਲੀ ਜਿੱਦਾ ਉਥੋਂ ਦਾ ਸੁਪਰੀਮ ਕੋਰਟ ਅਕਾਲੀ ਕਾਲ ਤੱਕ ਜਿਹੜਾ ਉਹ ਮੰਨਿਆ ਜਾਂਦਾ ਹੈ ਔਰ ਅਕਾਲੀ ਦਲ ਦਾ ਦੂਜਾ ਧੜਾ ਜਿਹੜਾ ਟੁੱਟ ਕੇ ਗਿਆ ਸੀ ਉਹਨਾਂ ਨੇ ਉੱਥੇ ਕੰਪਲੇਂਟਸ ਕੀਤੀਆਂ ਅਕਾਲੀ ਲੀਡਰਸ ਤਾਂ ਉੱਥੇ ਚਲੇ ਗਏ ਪਰ ਪਿੱਛੇ ਜੇ ਕਿ ਚਿੱਠੀ ਤੁਸੀਂ ਵੀ ਪੜ੍ਹੀ ਹੋਣੀ ਹੈ ਜਿਹਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਕਾਂਗਰਸ ਦੇ ਜਿਹੜੇ ਲੀਡਰਸ ਸੀਗੇ ਆਲ ਇੰਡੀਆ ਸਿੱਖ ਫੈਡਰੇਸ਼ਨ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਜਿਹੜੇ ਲੀਡਰਸ ਹੈਗੇ ਨੇ ਉਹ ਵੀ ਸਿੱਖ ਨੇ ਉਹਨਾਂ ਨੇ ਵੀ ਉਗਟਾਈਆਂ ਕੀਤੀਆਂ ਨੇ ਗਲਤੀਆਂ ਉਹਨਾਂ ਤੋਂ ਵੀ ਹੋਈਆਂ ਨੇ ਕਿਸ ਤਰ੍ਹਾਂ ਦੀ ਗਲਤੀਆਂ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਡੇਰੇ ਤੇ ਵੋਟਾਂ ਮੰਗਣ ਉਹ ਵੀ ਗਏ ਜਿਹੜੇ ਡੇਰੇ ਦੀ ਗੱਲ ਕੀਤੀ ਜਾਂਦੀ ਹੈ ਵੀ ਮੁਖੀ ਨੂੰ ਮaaf ਕਰ ਦਿੱਤਾ ਗਿਆ ਔਰ ਅਕਾਲੀ ਦਰ ਨੂੰ ਲੈ ਕੇ ਵੱਡਾ ਇੱਕ ਬਵਾਲ ਉਹਦੇ ਵਿੱਚ ਲਗਾਤਾਰ ਰਿਹਾ ਔਰ ਅਕਾਲੀਆਂ ਦੀ ਨੇ ਉਸ ਨੂੰ ਲੈ ਕੇ ਲੌਸਸਿਸ ਵੀ ਜਿਹੜੇ ਨੇ ਉਹ ਕੀਤੇ ਨੇ ਕਿਉਂਕਿ ਉਹਨਾਂ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਉਹਨਾਂ ਨੂੰ ਸੰਗਤ ਨੇ ਨਕਾਰ ਦਿੱਤਾ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਚਾਹੇ ਹੁਣ ਉਹ ਬੀਜੇਪੀ 'ਚ ਚਲੇ ਗਏ ਪਰ ਉਹ ਕਾਂਗਰਸ ਤੇ ਕਿਉਂਕਿ ਚੀਫ ਮਿਨਿਸਟਰ ਸੀ ਉਸ ਟਾਈਮ ਦੇ ਅਮਰਿੰਦਰ ਸਿੰਘ ਤੁਹਾਡੇ ਜਿਹੜੇ ਐਸਟੇਪ ਐਮਪੀ ਨੇ ਲੁਧਿਆਣਾ ਤੋਂ ਰਾਜਾ ਜਿਹੜੇ ਅਮਰਿੰਦਰ ਸਿੰਘ ਵਰਡ ਵਰਿੰਗਰਾਜ ਹੈਗੇ ਨੇ ਉਹਨਾਂ ਨੂੰ ਪਠੱਲ ਸਾਰਿਆਂ ਨੂੰ ਉਹਨਾਂ ਨੇ ਕਿਹਾ ਹੈ ਕਿ ਉਹ ਵੀ ਆ ਕੇ ਉੱਥੇ ਜਿਹੜੀ ਹੈ ਆਪਣੀ ਸਪਸ਼ਟੀਕਰਨ ਦੇਣ ਕੀ ਸੋਚਦੇ ਹਨ ਸਾਰੀ ਚੀਜ਼ ਜਿਹੜੀ ਡਿਵੈਲਪਮੈਂਟਸ ਹੋ ਰਹੀਆਂ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਅਸੀਂ ਸ਼ੁਰੂ ਤੋਂ ਕਹਿ ਕਿ ਵੀ ਸਟੈਂਡ ਵਿਦ ਦਾ ਰਾਈਟ ਵੀ ਸਟੈਂਡ ਵਿਦ ਦਾ ਟਰਥ ਤੇ ਬੀਜਪੀ ਤੇ ਹੋਰ ਕੁਝ ਜਿਹੜੀਆਂ ਪਾਰਟੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਇਆ ਇਹਨਾਂ ਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਹੈ ਲੋਕਾਂ ਨੇ ਆਲਰੇਡੀ ਸਾਰਾ ਕੁਝ ਕਹਿਤਾ ਵੀ ਵਿਲ ਆਲਵੇਜ਼ ਕੰਟੀਨਿਊ ਟੂ ਸਟੈਂਡ ਵਿਦ ਦ ਪੀਪਲ ਆਫ ਪੰਜਾਬ ਨੋ ਮੈਟਰ ਵਾਟ ਹੈਪਨਸ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹਿਣਾ ਚਾਹਣਾ ਹੈ ਕਿ ਤੁਹਾਨੂੰ ਲੱਗਦਾ ਹੈ ਵੀ ਅਸੀਂ ਕੁਝ ਵੀ ਕਰ ਲਾਂਗੇ ਕੁਝ ਵੀ ਕਹਿ ਦਾਂਗੇ ਤੇ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਕਿਉਂ ਸ਼੍ਰੋਮਣੀ ਅਕਾਲੀ ਦਲ ਆਜਾਸ਼ੀ ਤੇ ਆਇਆ ਹੈ ਵਿਵੇਕ ਓਬਰੋਏ ਦਾ ਤੇ ਕੰਗਨਾਰ ਰਣੋਤ ਦਾ ਤਾਂ ਬਾਲੀਵੁੱਡ ਚ ਕਮਬੈਕ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ 'ਚ ਕਮਬੈਕ ਨਹੀਂ ਹੋਊਗਾ। ਉਹਦਾ ਕਾਰਨ ਇਹ ਹੈ ਇਹਨਾਂ ਦੇ ਰਾਜ 'ਚ ਬੇਅਦਬੀਆਂ ਹੋਈਆਂ। ਇਹਨਾਂ ਦੇ ਰਾਜ ਦੇ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਪੀਪਾ ਬਣਾਤਾ ਇਹਨਾਂ ਨੇ ਖਾਲੀ ਕਰਤਾ। ਪੰਜਾਬ ਦੇ ਦੁੱਖਾਂ ਤੇ ਸੁੱਖ ਵਿਲਾਸ ਬਣਾਤਾ। ਲੋਕਾਂ ਕੋਲੇ ਸਿਰ ਤੇ ਛੱਤ ਨਹੀਂ ਖਾਣ ਨੂੰ, ਖਾਣਾ ਨਹੀਂ, ਪੀਣ ਨੂੰ ਪਾਣੀ ਨਹੀਂ, ਪੌਣ ਨੂੰ ਕੱਪੜੇ ਨਹੀਂ। ਤੇ ਇਧਰ ਉਹ ਇਹਨਾਂ ਦੇ ਸੁੱਖ ਵਿਲਾਸ ਬਣ ਰਹੇ ਐ। ਬਿਜ਼ਨੈਸੇਸ ਬੂਮ ਕਰ ਰਹੇ ਐ। ਬਤੌਰ ਡਿਪਟੀ ਸੀਐਮ ਸੀਐਮ ਤਾਂ ਇਹਨਾਂ ਨੇ ਨਹੀਂ ਕੁਝ ਕੀਤਾ ਲੇਕਿਨ ਬਿਜ਼ਨੈਸੇਸ ਉਹਤੇ ਤਾਂ ਗਏ ਜੇ ਉਹਦਾ 10% ਫੋਕਸ ਪੰਜਾਬ ਤੇ ਲਾ ਦਿੰਦੇ ਤਾਂ ਮੈਨੂੰ ਲੱਗਦਾ ਪੰਜਾਬ ਦਾ ਵਿਕਾਸ ਹੋ ਜਾਂਦਾ ਤੇ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਅੱਜ ਹਾਸ਼ੀਏ ਤੇ ਨਾ ਆਉਂਦੇ ਤੇ ਲੋਕ ਸਭਾ ਦੇ ਵਿੱਚ ਤੁਸੀਂ ਦੇਖੋ ਕੀ ਪਰਫਾਰਮੈਂਸ ਰਹੀ ਇੱਕ ਐਮਪੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਕੀ ਹੋਇਆ ਐਸਾ ਬਲੰਡਰ ਪਹਿਲੀ ਗੱਲ ਤਾਂ ਦੋ ਦਾ ਹੱਕ ਹੈ ਤੋਂ ਇਹਨਾਂ ਨੇ ਕਦੇ ਆਪ ਦਾ ਕੈਂਡੀਡੇਟ ਖੜਾ ਨਹੀਂ ਕੀਤਾ ਸੀ ਐਤ ਕੀ ਪਹਿਲਾ ਕੈਂਡੀਡੇਟ ਖੜਾ ਕਰਤਾ ਫਿਰ ਕਹਿੰਦੇ ਜੀ ਨਹੀਂ ਜੀ ਹਾਥੀ ਨੂੰ ਵੋਟ ਪਾਓ ਤੁਸੀਂ ਐਸਾ ਬਲੈਂਡਰ ਦੇਖਿਆ ਕਦੇ ਹੁੰਦਾ ਵੀ ਤੁਸੀਂ ਕੈਂਡੀਡੇਟ ਹੀ ਨਾ ਖੜਾ ਕਰੋ ਜੇ ਤੁਸੀਂ ਚਾਹੁੰਦੇ ਨਹੀਂ ਉਹਨੂੰ ਵੋਟ ਪਾਵੇ ਜੇ ਖੜਾ ਕਰਤਾ ਫਿਰ ਉਹਨੂੰ ਸਪੋਰਟ ਕਰੋ ਇਹ ਕਨਫਿਊਜ਼ਨ ਇਹ ਹਾਸ਼ੀ ਤੇ ਅੱਜ ਕਿਉਂ ਹੈ ਕਿਉਂਕਿ ਇਹਨਾਂ ਦੇ ਲੀਡਰਾਂ ਨੇ ਕਿਹਾ ਸੀਗਾ ਵੀ ਜਿਨੇ ਕੁਝ ਗਲਤ ਕੀਤਾ ਉਹਦਾ ਕੱਖ ਨਾ ਰਵੇ ਅੱਜ ਸ਼੍ਰੋਮਣੀ ਅਕਾਲੀ ਦਲ ਨਜ਼ਰ ਨਹੀਂ ਆਉਂਦਾ ਡਾਇਨਾਸੌਰ ਤਾਂ ਮੁੜ ਕੇ ਆ ਜਾਣ ਭਾਵੇਂ ਇਹ ਕਦੇ ਵੀ ਨਹੀਂ ਮੁੜ ਕੇ ਆਉਣਗੇ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਜਵਾਬ ਦਿੱਤਾ ਆਈ ਡੋਨਟ ਹੈਵ ਟੂ ਸੇ ਨੀਥਿੰਗ ਅਬਾਊਟ ਥੈਟ ਮਾਸ਼ਪ੍ਰੀਤੀ ਅਸਵਰ ਜਿਸ ਤਰੀਕੇ ਦੇ ਨਾਲ ਜਿਹੜਾ ਸੈਸ਼ਨ ਹੋਇਆ ਮੌਨਸੂਨ ਅ ਟ੍ਰੈਜਰੀ ਬੈਂਚਸ ਦੇ ਵੱਲ ਖੜੇ ਮੁੱਖ ਮੰਤਰੀ ਮਾਨ ਬੋਲ ਰਹੇ ਸੀ ਉਹਨਾਂ ਨੇ ਵੀ ਜਿਹੜਾ ਹੈਗਾ ਇੱਧਰ ਬੈਠੇ ਜਿਹੜੇ ਖਾਸ ਕਰਕੇ ਆਪੋਜੀਸ਼ਨ ਚ ਹੁੰਦੇ ਐ ਉਹਨਾਂ ਵੱਲ ਕਾਫੀ ਤਲਖੀ ਦੇ ਨਾਲ ਗੱਲ ਕੀਤੀ ਉਹਨਾਂ ਨੇ ਗਿਣਤੀ ਦੱਸੀ ਖਾਸ ਕਰਕੇ ਕਿ ਆ ਵੀ ਇੱਧਰ ਦੇਖੋ ਸਿਰਫ 10 ਲੋਕ ਬੈਠੇ ਹੋਏ ਨੇ ਗਿਣਤੀ ਕੀਤੀ ਉਹਨਾਂ ਨੇ ਔਰ ਉਹਦੇ ਬਾਅਦ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕਾਫੀ ਗੁੱਥਮ ਗੁੱਥਾ ਐਲੋਪੀ ਸਾਹਿਬ ਬਾਜਵਾ ਸਾਹਿਬ ਦੇ ਨਾਲ ਵੀ ਇੱਕ ਤਰ੍ਹਾਂ ਦੀ ਹੋਈਆਂ ਗੱਲਾਂ ਉਹਦੇ ਵਿੱਚ ਹੋਈਆਂ ਕਿ ਲੋਗਾਂ ਦਾ ਮੰਨ ਹੈ ਮੁੱਖ ਮੰਤਰੀ ਬਣੰਦਾ ਬਹੁਤ ਕੁਝ ਹੋਰ ਵੀ ਕਿਹਾ ਮੈਂ ਦੁਹਰਾਣਾ ਨਹੀਂ ਚਾਹਾਂਗੀ ਤੁਹਾਨੂੰ ਨਹੀਂ ਲੱਗਦਾ ਕਿ ਪੋਲਿਟਿਕਸ ਪਾਰਟੀਆਂ ਜਿਹੜੀਆਂ ਵੈ ਨੇ ਚਾਹੇ ਕੋਈ ਪਾਰਟੀ ਹੋਵੇ ਨਵੀਂ ਹੋਵੇ ਪੁਰਾਣੀ ਹੋਵੇ ਲੋਕਾਂ ਨੇ ਬਦਲ ਕਰਕੇ ਦੇਖਿਆ ਵੀ ਪਾਰਟੀ ਸ਼ਾਇਦ ਕੋਈ ਨਵਕਲੇ ਨਵੇਂ ਜੜੇ ਨੇ ਉਹ ਫਿਰ ਤਾਂ ਪਾਣਗੇ ਪਰ ਉਹ ਸਾਰੀਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਅਸੀਂ ਜਾਂ ਜਿਹੜੇ ਬੁੱਧੀਜੀਵੀ ਨੇ ਉਹ ਦੇਖਦੇ ਨੇ ਵੀ ਕੋਈ ਖਾਸ ਫਰਕ ਨਹੀਂ ਲਾਈਨ ਐਂਡ ਲੈਂਥ ਚ ਪਤਾ ਲੱਗਦਾ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਦੁਸ਼ਵਾਰੀਆਂ ਨੇ ਉੱਥੇ ਖੜੀਆਂ ਨੇ ਤੇ ਪਾਰਟੀਆਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਬੁਨਿਆਦੀ ਢਾਂਚਿਆਂ 'ਚ ਸ਼ਾਇਦ ਕੋਈ ਪ੍ਰੋਬਲਮ ਹੈਗੀ ਹੈ ਜਾਂ ਫਿਰ ਪਾਲਿਸੀ ਮੈਟਰ ਚੇਂਜ ਕਰਨ ਦੀ ਲੋੜ ਹੈ ਜਾਂ ਪਾਰਟੀਆਂ ਦੇ ਕਨਸਟੀਟਿਊਸ਼ਨ ਨੂੰ ਕੁਝ ਚੇਂਜ ਕਰਨ ਦੀ ਜ਼ਰੂਰਤ ਹੈ ਦੇਖੋ ਜਿੱਥੋਂ ਦਾ ਗੱਲ ਤੁਸੀਂ ਕੀਤੀ ਮਾਨ ਸਾਹਿਬ ਦੇ ਐ ਗਨਨ ਦੀ ਪਾਰਲੀਮੈਂਟ 'ਚ ਕਦੇ ਗਿਣ ਕੇ ਦੇਖ ਲੈਣਾ ਹੈ ਆਮ ਆਦਮੀ ਪਾਰਟੀ ਦੇ ਕਿੰਨੇ ਐਮਪੀ ਨੇ ਇਹਦੋਂ ਪਹਿਲਾਂ ਕਿੰਨੇ ਸੀਗੇ 0 ਫਿਰ ਇੱਕ ਆਇਆ ਉਹ ਵੀ ਮੰਗਵਾ ਤੇ ਅੱਜ ਕੀ ਸਟਰੈਂਥ ਹੈ ਤਿੰਨ ਕਿੰਨੇ ਐਮਪੀ ਇਫ ਆਮ ਨਾਟ ਰੌਂਗ ਸੋ ਆਮ ਆਦਮੀ ਪਾਰਟੀ ਮਾਨ ਸਾਹਿਬ ਜਰਾ ਗਰੇਵਾਂ ਚਾਖ ਲਿਆ ਕਰਨ ਫੇਰ ਸਾਡੀ ਗਿਣਤੀ ਕਰ ਲੈਣਾ ਸੀ ਤਾਂ ਪ੍ਰਿੰਸੀਪਲ اپੋਜੀਸ਼ਨ ਦਾ ਦੇਸ਼ ਚ ਹੋਰ ਸੂਬਿਆਂ ਚ ਸਾਡੀ ਸਰਕਾਰ ਹੈ ਬਹੁਤ ਸੂਬਿਆਂ ਚ ਆਸੀਂ ਪ੍ਰਿੰਸੀਪਲ اپੋਜੀਸ਼ਨ ਹੈ ਤੁਹਾਡਾ ਤਾਂ ਜਿਹੜੇ ਵੱਡੇ ਵੱਡੇ ਨਿਊਜ਼ਪੇਪਰਸ ਚ ਇਸ਼ਤਿਹਾਰ ਦਿੰਦੇ ਨਾ ਪਹਿਲੇ ਪੰਨੇ ਤੇ ਫੋਟੋ ਲੱਗੀ ਹੁੰਦੀ ਹੈ ਮਾਨ ਸਾਹਿਬ ਦੀ ਉਹਨਾਂ ਨੂੰ ਪੁੱਛੋ ਵੀ ਜਿਹੜੇ ਸੂਬੇ ਚ ਖਬਰ ਦੇ ਰਹੇ ਹੋ ਉੱਥੇ ਇੱਕ ਵਰਕਰ ਹੈ ਇੱਕ ਵਰਕਰ ਐਮਐਲਏ ਛੱਡੋ ਵਰਕਰ ਪਾਰਟੀ ਦਾ ਸਟਰਕਚਰ ਹੈ ਨਾ ਆਰਗੇਨਾਈਜੇਸ਼ਨ ਹੈ ਨਾ ਪਾਰਟੀ ਦਾ ਝੰਡਾ ਫੜਨ ਨੂੰ ਝਾੜੂ ਫੜਨ ਨੂੰ ਕੋਈ ਉਥੇ ਵਰਕਰ ਹੈਗਾ ਉਹਦੇ باوجود ਤੁਸੀਂ ਉਥੇ ਇਸ਼ਤਿਹਾਰ ਦਿੰਦੇ ਹੋ ਤੇ ਫਿਰ ਉਦੋਂ ਬਾਅਦ ਹੁਣ ਇਹਨਾਂ ਨੇ ਬੋਰੋਇੰਗ ਲਿਮਿਟ ਵਧਾਈ ਹੈ ਬੋਰੋਇੰਗ ਲਿਮਿਟ ਬਤਾਤੀ ਬੋਰੋਇੰਗ ਲਿਮਿਟ ਵਧਾਉਣ ਦਾ ਮਤਲਬ ਹੈ ਵੀ ਅਸਾਂ ਨੂੰ ਕਰਜ਼ਾ ਹੋਰ ਚੱਕਣ ਦੀ ਲੋੜ ਹੈ ਅਰਾਊਂਡ 1 ਲੱਖ ਕਰੋੜ ਦੇ ਨੇੜੇ ਤੇੜੇ 2.5 ਸਾਲਾਂ ਚ ਇਹਨਾਂ ਨੇ ਚੱਕ ਲਿਆ ਸਾਡੀ ਸਰਕਾਰ ਚ 5 ਸਾਲਾਂ ਚ ਅਰਾਊਂਡ 81000 ਕਰੋੜ ਚੱਕਿਆ ਗਿਆ ਸੀਗਾ 5 ਸਾਲਾਂ ਦੇ ਵਿੱਚ ਉਦੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਜੜਾਈਆਂ ਸੀਗੀਆਂ ਉਹ ਹਾਸ਼ੀ ਤੇ ਆ ਗਿਆ ਉਹ ਆਮ ਆਦਮੀ ਪਾਰਟੀ ਤਾਂ ਜੇੜਾ ਆ ਰਹੀ ਹੈ ਆਪਰੇਸ਼ਨ ਝਾੜੂ ਇਹਨਾਂ ਤੇ ਚੱਲੂਗਾ ਲੋਕ ਤੇ ਸਾਫ਼ ਕਰ ਦੇਣਗੇ ਇਹਨਾਂ ਨੂੰ ਇਹੀ ਚੀਜ਼ ਕਰਕੇ ਤੁਸੀਂ ਅਹਿਮ ਗੱਲ ਇਹ ਦੇਖੋ ਕਹਿੰਦੇ ਸੀਗੇ 30000 ਕਰੋੜ ਰੁਪਇਆ ਲਿਕਰ ਚੋਂ ਮਾਈਨਿੰਗ ਚੋਂ ਕੱਢ ਕੇ ਤੇ ਪੰਜਾਬ ਤੇ ਲਾਵਾਂਗੇ ਕੱਢਣਾ ਤਾਂ ਦੂਰ ਦੀ ਗੱਲ ਹੈ ਤੁਸੀਂ ਇੰਨੇ ਖਰਚੇ ਕੀਤੇ ਐਡਵਰਟਾਈਜ਼ਿੰਗ ਤੇ ਮਾਰਕੀਟਿੰਗ ਤੇ ਬ੍ਰਾਂਡਿੰਗ ਤੇ ਜਹਾਜ਼ ਕਦੇ ਲੈ ਕੇ ਇੱਧਰ ਨੂੰ ਕਦੇ ਉੱਧਰ ਨੂੰ ਨਿਕਲਦਾ ਫਿਰ ਵੀ ਕੁਝ ਨਹੀਂ ਰਾਜਸਥਾਨ ਨੇ ਵੀ ਜ਼ੀਰੋ ਕਰਤਾ ਮੱਧਿਆ ਪ੍ਰਦੇਸ਼ ਨੇ ਵੀ ਜ਼ੀਰੋ ਛੱਤੀਸਗੜ੍ਹ ਨੇ ਵੀ ਜ਼ੀਰੋ ਫਿਰ ਉਹ ਤੋਂ ਬਾਅਦ ਲੋਕ ਸਭਾ ਇਲੈਕਸ਼ਨ ਚ ਵੀ ਥੋੜਾ ਕੁ ਜ਼ਿਆਦਾ ਬਣਿਆ ਨਹੀਂ ਸੋ ਅਸੀਂ ਤਾਂ ਇਹ ਕਹਿੰਦੇ ਆ ਆਮ ਆਦਮੀ ਪਾਰਟੀ ਨੂੰ ਬੇਕਰਿਆ ਆਪਣੀ ਗਰੇਵਾਂ ਚ ਆਖ ਲਿਆ ਕਰੋ ਵਾਦੇ ਕੀ ਕੀਤੇ ਸੀ ਕਹਿੰਦੇ ਸੀ ਆ ਆਮ ਆਦਮੀ ਹੈ ਜੀ ਹੁਣ 11 ਕਿਲਿਆਂ ਚ ਕੋਠੀ ਤਿਆਰ ਹੋ ਰਹੀ ਹੈ ਮਾਨ ਸਾਹਿਬ ਦੀ ਜਲੰਧਰ ਚ ਸੋ ਦੇਖੋ ਗੱਲ ਇਹ ਹੈ ਕਿ ਕਹਿਣਾ ਤੇ ਕਥਨੀ ਦੇ ਵਿੱਚ ਜਿਹੜਾ ਫਰਕ ਹੈ ਨਾ ਜੀ ਜਿਹੜਾ ਅੰਤਰ ਹੈ ਕਿਉਂ ਇਹਨਾਂ ਨੇ ਕਿਹਾ ਸੀਗਾ 13 ਜ਼ੀਰੋ ਕਰਾਂਗੇ ਕਹਿੰਦੇ ਸੀਗੇ ਤੇ ਤਿੰਨ ਦੇ ਸਿਮਟ ਗਏ ਸੀਗੇ ਤੇ 7 1 ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੁਣ ਜਦੋਂ ਮਾਨਸਾ ਵਿਧਾਨ ਸਭਾ ਦੇ ਵਿੱਚ ਟਿੱਕਾ ਟਿੱਪਣੀ ਕਰਦੇ ਨੇ ਬਾਜਵਾ ਸਾਹਿਬ ਨਾਲ ਉਹਨਾਂ ਦੀ ਬਹਿਸ ਹੋ ਰਹੀ ਸੀ ਤੁਸੀਂ ਦੇਖੋ ਕਿ ਬਾਜਵਾ ਸਾਹਿਬ ਨੇ ਇੱਕ ਪਟੀਸ਼ਨ ਪਾਈ ਸੀ ਜੀ ਜਿਹੜੀ ਉਹ ਰੈਟ ਪਟੀਸ਼ਨ ਸੀ ਉਹ ਮੈਂ ਹੀ ਦਰਕੀਤੀ ਸੀ ਮੈਂ ਹੀ ਡਾਇਰੈਕਸ਼ਨ ਕਰਾਈ ਆ ਤੇ ਉਹਦੇ ਚ ਔਨਰੇਬਲ ਹਾਈ ਕੋਰਟ ਨੇ ਸਪੀਕਰ ਸਾਹਿਬ ਨੂੰ ਕਿਹਾ ਸੀਗਾ ਵੀ ਐਕਸਪੈਡੀਸ਼ਸਲੀ ਬਾਜਵਾ ਸਾਹਿਬ ਦੀ ਪਟੀਸ਼ਨ ਡਿਸਾਈਡ ਕਰੋ ਜੀ ਜੀ ਬਿਫੋਰ ਦਿਸ ਸੈਸ਼ਨ ਵਾਸ ਕਾਲਡ ਇਨ ਇਹ ਆਰਡਰ ਆ ਗਿਆ ਸੀਗਾ ਹਾਈ ਕੋਰਟ ਦਾ ਬ੍ਰਾਡਕਾਸਟਿੰਗ ਲੈ ਕੇ ਲੋਕਾਂ ਲਈ ਮੈਂ ਦੱਸ ਦਿੰਨਾ ਵੀ ਇਹ ਬ੍ਰਾਡਕਾਸਟਿੰਗ ਦਾ ਇਸ਼ੂ ਸੀਗਾ ਮੈਟਰ ਸੀਗਾ ਵੀ ਜਦੋਂ ਆਪੋਜੀਸ਼ਨ ਦੇ ਐਮਐਲਏ ਬੋਲਦੇ ਹੈ ਕੈਮਰਾ ਜ਼ੂਮ ਆਊਟ ਕਰ ਲੈਂਦੇ ਹੈ ਦਿਖਾਉਂਦੇ ਨਹੀਂ ਹੈ ਜਦੋਂ ਸਰਕਾਰ ਦੇ ਐਮਐਲਏ ਬੋਲਦੇ ਹੈ ਕੈਮਰਾ ਜ਼ੂਮ ਇਨ ਕਰ ਲੈਂਦੇ ਹੈ ਵਿਧਕਰਾ ਆਰਟੀਕਲ 14 ਦੀ ਧੱਜੇੜਾ ਨਾ ਫੰਡਮੈਂਟਲ ਰਾਈਟ ਹੈ ਰਾਈਟ ਟੂ ਇਕੁਐਲਟੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਆਰਟੀਕਲ 19 1 ਐ ਦੀ ਧੱਜੇੜਾ ਆਤੀਆਂ ਅਸੀਂ ਪਿਟੀਸ਼ਨ ਪਾਈ ਹਾਈ ਕੋਰਟ ਨੇ ਇੱਕ ਆਰਡਰ ਕਰਤਾ ਆਰਡਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਹੋਇਆ ਹੈ ਸੈਸ਼ਨ ਮੁਕੰਮਲ ਹੋ ਗਿਆ ਲੇਕ ਆਰਡਰ ਨਹੀਂ ਕੰਪਲਾਈ ਕੀਤਾ ਇਹ ਕੀ ਕੋਰਟ ਨੂੰ ਵੀ ਅੰਡਰਮਾਈਨ ਕਰਨਗੇ ਕੋਰਟ ਦੇ ਆਰਡਰ ਨੂੰ ਅੰਡਰਮਾਈਨ ਕਰਨਗੇ ਲੋਕਤੰਤਰ ਨੂੰ ਅੰਡਰਮਾਈਨ ਕਰਨਗੇ ਦੂਜੀ ਜਿਹੜੀ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ ਨਾ ਜੀ 15 ਦਿਨ ਦਾ ਇੱਕ ਸੈਸ਼ਨ ਹੋਣਾ ਚਾਹੀਦਾ 20-20 ਦਿਨਾਂ ਦਾ ਇੱਕ ਸੈਸ਼ਨ ਕਰਾਇਆ ਕਰੋ ਜਦੋਂ ਆਪੋਜੀਸ਼ਨ ਤੋਂ ਹੁੰਦੇ ਸੀਗੇ ਹੁਣ ਜਦੋਂ ਸਰਕਾਰ ਚ ਆਗੇ 3 ਦਿਨ ਦਾ ਸੈਸ਼ਨ ਫਿਰ 3-3 ਦਿਨਾਂ ਚ ਦੋਏ ਬਿਲ ਤੇ ਪਾਸ ਦੇ ਬਿਲ ਤੇ ਬਿਲ ਦੇ ਬਿਲ ਤੇ ਬਿਲ ਪਾਸ ਥੋਡੇ ਐਮਐਲਏ ਮੰਤਰੀ ਨੂੰ ਨਹੀਂ ਪਤਾ ਉਹ ਬਿੱਲ ਚ ਹੈ ਕੀ ਇਹਨਾਂ ਦੇ ਕਿਸੇ ਐਮਐਲਏ ਨੂੰ ਪੁੱਛ ਲਿਓ ਵੀ ਜਦੋਂ ਬਿੱਲਾਂ ਦੀ ਮਸ਼ੀਨ ਚਲਾ ਰਹੇ ਉਹਨੇ ਇੱਕ ਤੋਂ ਬਾਅਦ ਇੱਕ ਬਿੱਲ ਪਾਸ ਹੋ ਰਿਹਾ ਹੁੰਦਾ ਥੋਡੇ ਮੰਤਰੀ ਨੂੰ ਪਤਾ ਪਾਪਰ ਐਕਟ ਬਾਰੇ ਉਹਦੀ ਇੱਕ ਧਾਰਾ ਪੁੱਛ ਲਿਓ ਇੱਕ ਕਲੋਜ਼ ਪੁੱਛ ਲਿਓ ਇਹਨਾਂ ਨੂੰ ਪਤਾ ਹੋਵੇ ਮੈਂ ਕਹਿੰਦਾ ਪਾਪਰ ਐਕਟ ਤੁਸੀਂ ਲੈ ਮੈਂ ਉਹਦੇ ਤੁਹਾਨੂੰ ਦੱਸ ਦੇਣਾ ਥੋੜਾ ਜਿਹਾ ਹੁਣ अनਔਥਰਾਇਜ਼ਡ ਕਲੋਨੀ ਦੇ ਵਿੱਚ ਜੇ ਤੁਸੀਂ ਕਹਿ ਰਹੇ ਹੋ ਵੀ ਐਨਓਸੀ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਉਥੇ ਰਜਿਸਟਰੀ ਹੋ ਜਾ ਸਾਰਾ ਕੁਝ ਹੋ ਜਾ ਫਿਰ ਉਹ अनਔਥਰਾਇਜ਼ਡ ਕਿਵੇਂ ਰਹੇਗੀ ਕਲੋਨੀ ਫਿਰ ਤਾਂ ਔਥਰਾਇਜ਼ਡ ਹੋਗੀ ਤੁਹਾਨੂੰ ਤਾਂ ਅ ਡੈਟਰੈਂਸ ਲਈ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਕੋਈ ਅਨ ਅਥੋਰਾਈਜ਼ਡ ਕਲਨੀ ਬਣਾ ਹੀ ਨਾ ਸਕੇ ਇਨ ਦਾ ਫਰਸਟ ਪਲੇਸ ਕੰਫਿਊਜ਼ਨ ਹੋ ਰਹੀ ਹੈ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਲੋਕ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਤੁਹਾਡੇ ਕੋਲ ਬਾਇੰਗ ਸੈਲਿੰਗ ਦੀ ਕੋਈ ਕਿਸੇ ਤਰੀਕੇ ਦਾ ਰਸੀਡ ਕੋਈ ਅਕਾਊਂਟ ਦੇ ਵਿੱਚ ਪੈਸੇ ਜਿਸ ਤਰੀਕੇ ਦੇ ਨਾਲ ਪਾਏ ਗਏ ਹੁਣ ਉਹ ਹੋਣਾ ਚਾਹੀਦਾ ਹੈ ਇੱਕ ਪ੍ਰੂਫ ਦੇ ਤੌਰ ਤੇ ਤਾਂ ਕਿ ਉਸ ਦੇ ਅਕੋਰਡਿੰਗ ਉਹਨੂੰ ਹੀ ਆਧਾਰ ਬਣਾ ਕੇ ਤੁਹਾਨੂੰ ਐਨਓਸੀ ਨਾਲ ਲੈ ਕੇ ਰਜਿਸਟਰ ਕੀਤੀ ਜਾਏਗੀ ਪਰ ਉਸ ਟਾਈਮ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਵੱਡਾ ਛੋਟਾ ਕਿਸੇ ਨੇ ਲਿਆ ਹੋ ਸਕਦਾ ਆਮ ਦੇ ਵਿੱਚ ਸ਼ਾਇਦ 12 15000 20000 ਤੱਕ ਦੀ ਰਜਿਸਟਰੀ ਹੁੰਦੀ ਹੋਏ ਪਰ ਜੇ ਉਹਦਾ ਪਿੱਛੇ ਸਾਰਾ ਜਿਹੜੀ ਅਮਾਉਂਟ ਦਿਖ ਰਹੀ ਹੈ ਕਿਤੇ ਲੱਖਾਂ ਦੇ ਵਿੱਚ ਦਿਖ ਰਹੀ ਹੈ ਜਾਂ ਵੱਡੀ ਅਮਾਉਂਟ ਦਿਖ ਰਹੀ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਉਹ ਵੀ ਕਿਤੇ ਪੇਚ ਨਹੀਂ ਹੈ ਦੇ ਵਿੱਚ ਦੇਖੋ ਬਹੁਤ ਕੰਟਰੈਡਿਕਟਰੀ ਜਿਹਾ ਐਕਟ ਹੈ ਕਿਉਂਕਿ ਚਰਚਾ ਜ਼ੀਰੋ ਇਹਨਾਂ ਨੂੰ ਤਜਰਬਾ ਹੈ ਨਹੀਂ ਨਵੇਂ ਆਏ ਜੀ Na experience, hai, na competence. Hai. So the best thing to do would have been to talk with the opposition. ਆਪੋਜੀਸ਼ਨ ਇੱਥੇ ਇਹਨਾਂ ਦੇ ਸਾਹਮਣੇ ਸੀਜ਼ਨਡ ਲੀਡਰਸ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਤੇ ਉਹਨਾਂ ਨਾਲ ਡਿਬੇਟ ਡਿਸਕਸ਼ਨ ਕਰੋਗੇ ਨਾਲੇ ਤੁਹਾਡੇ ਐਮਐਲਏ ਨੂੰ ਪਤਾ ਲੱਗੂ ਨਾਲੇ ਪੰਜਾਬ ਨੂੰ ਪਤਾ ਲੱਗੂ ਹੋ ਕੀ ਰਿਹਾ ਬਟ ਬੀਜੇਪੀ ਨੂੰ ਕ੍ਰਿਟਿਸਾਈਜ਼ ਕਰਦੇ ਆ ਜੀ ਡਿਬੇਟ ਡਿਸਕਸ਼ਨ ਨਹੀਂ ਕਰਦੇ ਪਾਰਲੀਮੈਂਟ ਚ ਦੇ ਡੂ ਐਗਜ਼ੈਕਟਲੀ ਦਾ ਸੇਮ ਥਿੰਗ ਹੇਅਰ ਇਨ ਪੰਜਾਬ ਇਨ ਵਿਧਾਨ ਸਭਾ ਸੋ ਇਹਨਾਂ ਚ ਬੜਾ ਫਰਕ ਨਹੀਂ ਹੈ ਜਿਹੜਾ ਸਾਡਾ ਪੈਸਾ ਰੁਕਦਾ ਨਾ ਜੀ ਐਨਐਚਐਮ ਆਰਡੀਐਫ ਐਮਡੀਐਫ ਐਟਸੈਟਰਾ ਉਹ ਤਾਂ ਰੁਕਦਾ ਹੈ ਵਿਤਕਰਾ ਬੀਜੇਪੀ ਤਾਂ ਕਰ ਪਾਉਂਦੀ ਹੈ ਕਿਉਂਕਿ ਦੇ ਗਿਵ ਦਾ ਚਾਂਸ ਟੂ ਦਾ ਭਾਰਤੀ ਜਨਤਾ ਪਾਰਟੀ ਔਨ ਅ ਸਲਵਾ ਪਲੇਟਾ ਇਹ ਮੌਕਾ ਦਿੰਦੇ ਗਲਤੀ ਕਰਕੇ ਐਨ ਐਚ ਐਮ ਦਾ ਐਮਓਯੂ ਸੀਗਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਉਹ ਵੈਲੀਡ ਕਰਤਾ ਫੋਟੋ ਲਾਉਣੀ ਜ਼ਰੂਰੀ ਹੋ ਗਈ ਸੀਗੀ ਜੀ ਮਾਨ ਸਾਹਿਬ ਦੀ ਰੰਗ ਬਦਲਨੇ ਜ਼ਰੂਰੀ ਹੋ ਗਏ ਸੀਗੇ ਇਸ ਚੀਜ਼ ਕਰਕੇ 500 ਕਰੋੜ ਰੁਪਏ ਦਾ ਖਾਮਿਆਜ਼ਾ ਸਾਨੂੰ ਮੁਕਤ ਨਾ ਪਿਆ ਗਿਆ ਤੇ ਜਦੋਂ ਆਪਾਂ 500 ਕਰੋੜ ਦੀ ਗੱਲ ਕਰਦੇ ਨਾ ਜੀ 16-16 ਲੱਖ ਦੇ ਬੁਲੇਟ ਪ੍ਰੂਫ ਉਹ ਸ਼ੀਸ਼ੇ ਜਿ ਲੱਗ ਰਹੇ ਸੀਗੇ ਮਾਨ ਸਾਹਿਬ ਜਦੋਂ ਇੱਕ ਓਕੇਸ਼ਨ ਤੇ ਸੀਗੇ ਸੋ ਇਹ ਖਰਚਾ ਜਿਹੜਾ ਹੈ ਇਹ ਤੁਸੀਂ ਕਰੀ ਤਾਂ ਜਾਣਦੇ ਹੋ ਹੁਣ ਜਿਵੇਂ ਬਿਜਲੀ ਦਾ 300 ਯੂਨਿਟ ਦੇ ਤੁਸੀਂ ਵੈਸੇ ਤਾਂ ਦੇਖੋ ਉਤਲੀ ਜੇਬ ਚ ਕਹਿੰਦੇ ਅਸੀਂ ਪੈਸਾ ਪਾ ਰਹੇ ਹਾਂ ਜੀ ਤੁਹਾਨੂੰ ਬਿਜਲੀ ਦਾ ਬਿੱਲ ਭੇ ਕਰਨ ਦੀ ਲੋੜ ਨਹੀਂ ਥਰਡੀ ਜੇਬ ਚੋਂ ਪੈਸਾ ਕੱਢ ਵੀ ਤਾਂ ਰਹੇ ਹਾਂ ਡੀਜ਼ਲ ਦਾ ਰੇਟ ਵਧਾਤਾ ਪੈਟਰੋਲ ਦਾ ਰੇਟ ਵਧਾਤਾ ਬਿਜਲੀ ਦੇ ਹੋਰ ਐਸਪੈਕਟਸ ਦੇ ਵਿੱਚ ਰੇਟ ਵਧਾਤੇ ਹੋਰ ਚੀਜ਼ਾਂ ਦੇ ਵੈਟ ਵਧਾਤਾ ਕੁਝ ਹੋਰ ਕਰਤਾ ਮਤਲਬ ਤੁਸੀਂ ਦੇਖੋ ਕਿ ਜਿਹੜਾ ਬੱਸਾਂ ਚ ਮਹਿਲਾਵਾਂ ਲਈ ਟਰਾਂਸਪੋਰਟ ਫੈਸਿਲਿਟੀ ਸੀਗੀ ਉਹਦੇ ਵਿੱਚ ਵੀ ਮੈਂ ਆਮ ਆਦਮੀ ਪਾਰਟੀ ਨੂੰ ਪੁੱਛੂੰਗਾ ਕਿ ਵਾਅਦਾ ਹੋਇਆ ਕਿ ਨਹੀਂ ਵਾਅਦਾ ਹੋਇਆ ਤੇ ਐਸੀ ਚੀਜ਼ਾਂ ਇਹਨਾਂ ਨੇ ਕੀ ਕੀਤਾ ਉਹ ਵਧਾਤੀਆਂ ਹੌਲੀ ਹੌਲੀ ਕਰਕੇ ਵਧਾਉਂਦੇ ਆ ਇੱਕੋ ਸੱਟੇ ਨਹੀਂ ਵਧਾਉਣਗੇ ਕਿਉਂਕਿ ਇੱਕ ਵਾਰੀ ਜੀ ਵਧਾਤਾ ਲੋਕਾਂ ਨੂੰ ਜਾਦੇ ਪਿੰਚ ਕਰੂ ਲੋਕ ਜਾਦੇ ਸਵਾਲ ਕਰਨਗੇ 50 ਪੈਸੇ ਕਰਤਾ 80 ਪੈਸੇ ਕਰਤਾ ਹੌਲੀ ਹੌਲੀ ਕਰਕੇ ਤੇ ਇਹਦੇ ਨਾਲ ਹੀ ਕਿੰਨਾ ਫਰਕ ਪਾਉਂਦੀ ਉਹ ਕੋਸ਼ਿਸ਼ ਕਰਦੇ ਨੇ ਇਹ ਕਿਉਂ ਹੈ ਕਿਉਂਕਿ ਆਵਾਦਮੀ ਪਾਰਟੀ ਦੀ ਸਰਕਾਰ ਫੇਲ ਹੋਈ ਹੈ ਇਹ ਚੰਗੀ ਸਰਕਾਰ ਹੁੰਦੀ ਤਾਂ ਪੰਜਾਬ ਚ ਇਨਵੈਸਟਮੈਂਟ ਲਿਆਉਂਦੇ ਇੰਡਸਟਰੀਜ਼ ਆਨ ਯਰ ਫੈਕਟਰੀਜ਼ ਆਨ ਯਰ ਏਮਪਲॉयਮੈਂਟ ਜਨਰੇਟ ਹੁੰਦੀ ਪੈਸਾ ਜਨਰੇਟ ਹੁੰਦਾ ਉਹ ਪੈਸਾ ਤੁਸੀਂ ਪੰਜਾਬ ਤੇ ਲਾਓ ਪੰਜਾਬ ਦੇ ਵੈਲਫੇਅਰ ਤੇ ਲਾਓ ਆ ਜਿਹੜੀ 300 ਯੂਨਿਟ ਫ੍ਰੀ ਦਿੰਨੇ ਹੋ 20000 ਕਰੋੜ ਰੁਪਏ ਦਾ ਬਿੱਲ ਪਰ ਹੈ ਇਹਨਾਂ ਨੇ 20000 ਕਰੋੜ ਉਹ ਕਿੱਥੋਂ ਭਰ ਰਹੇ ਹੋ ਆਪਦੀ ਜੇਬ ਚੋਂ ਦਾ ਭਰ ਨਹੀਂ ਰਹੇ ਕਰਜ਼ਾ ਲੈ ਕੇ ਤੇ ਤੁਸੀਂ ਭਰੀਆਂ ਨੇ ਉਹ ਕਰਜ਼ਾ ਲੈ ਕੇ ਕਰਜ਼ਈਆ ਸੀ ਹੋਈ ਜਾਂਨੇ ਤੁਸੀਂ ਤਾਂ ਚਲੇ ਜਾਣਾ ਦੋਸਾਂ ਜਿੱਥੇ ਤੁਸੀਂ ਕਰਜ਼ਈ ਦੀ ਗੱਲ ਕਰਦੇ ਹੋ ਤੁਸੀਂ ਅ ਕਹਿਆ ਵੀ ਸਾਡੇ ਵੇਲੇ ਕੋਈ 81000 ਕਰੋੜ ਦੇ ਨੇੜੇ ਤੇੜੇ ਕਰਜ਼ਾ ਅਸੀਂ ਲਿਆ ਸੀ ਸਾਡੀ ਸਰਕਾਰ ਨੇ ਲਿਆ ਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਔਰ ਹੁਣ ਉਹ ਵੱਧ ਕੇ ਬਹੁਤ ਲੰਮਾ ਚੌੜਾ ਹੋ ਗਿਆ ਪਰ ਉਸ ਦੀ ਗੱਲ ਕੀਤੀ ਜਾਏ ਤਾਂ ਉਹ ਵੀ ਤਾਂ ਬਾਰ ਬਾਰ ਇਹ ਕਹਿੰਦੇ ਕਿ ਪਿਛਲੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਕਰਜ਼ੇ ਛੱਡ ਕੇ ਗਏ ਨੇ ਸਾਡੇ ਉੱਪਰ ਉਹ ਵੀ ਤਾਂ ਵਿੱਚ ਐਡ ਹੈਗਾ ਉਹਦੇ ਬਾਅਦ ਚੱਲਿਆ ਜਾਏ ਕਦਮ ਤੇ ਅਸੀਂ ਤਾਂ ਘੱਟ ਹੀ ਲਿਆ ਫਿਰ ਉਹ ਵੀ ਤਾਂ ਉਤਾਰ ਰਹੇ ਹਾਂ ਅਸੀਂ ਉਹਨਾਂ ਨੂੰ ਵੀ ਤਾਂ ਪਾਸੇ ਕਰੇ ਉਹਨਾਂ ਦੀਆਂ ਤਕਰੀਰਾਂ ਨੇ ਸਰਕਾਰ ਵੱਲੋਂ ਆਪਣੀ ਚੀਜ਼ ਰੱਖੀ ਜਾਂਦੀ ਹੈ ਹੁਣ ਦੇਖੋ 5 ਸਾਲਾਂ 'ਚ ਅਸੀਂ 61 ਹਜ਼ਾਰ ਕਰੋੜ ਚੱਕਿਆ ਅਸੀਂ ਵੀ ਤਾਂ ਇੰਟਰਸਟ ਮੋੜ ਰਹੇ ਸੀਗੇ ਅਸੀਂ ਵੀ ਤਾਂ ਉਹਦਾ ਜਿਹੜਾ ਸੇਕ ਹੈ ਚੱਲ ਰਹੇ ਸੀਗੇ ਉਹੀ ਸੇਕ ਹੁਣ ਇਹ ਚੱਲ ਰਹੇ ਨੇ ਪਰ ਪ੍ਰੋਬਲਮ ਇਹ ਹੈ ਕਿ 2.5 ਸਾਲਾਂ 'ਚ 1 ਲੱਖ ਕਰੋੜ ਦੇ ਨੇੜੇ ਪਹੁੰਚ ਗਏ ਮੋਰ ਥੈਨ ਡਬਲ ਆਫ ਆਵਰਸ ਇਨ ਸਾਢੇ ਤੋਂ ਅੱਧੇ ਟਾਈਮ ਦੇ ਵਿੱਚ ਇਥੋਂ ਇੱਕ ਚੀਜ਼ ਪਤਾ ਲੱਗ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਿਸ ਇਹ ਮਿਸ ਗਾਈਡਡ ਮਿਸਾਈਲ ਹੁੰਦੀ ਹੈ ਨਾ ਜੀ ਉਹ ਹੈ ਤੇ ਇਹਨਾਂ ਨੂੰ ਮੈਂ ਅਹਿਮ ਗੱਲ ਇਹ ਕਹੂੰਗਾ ਕਿ ਮਾਨ ਸਾਹਿਬ ਜਦੋਂ ਉੱਥੇ ਟਿੱਕਾ ਟਿਪ ਨਹੀਂ ਕਰਦੇ ਨੇ ਕਦੇ ਮਾਨ ਸਾਹਿਬ ਇਹ ਵੀ ਦੱਸਣ ਕਿ 4 ਮਹੀਨੇ 'ਚ ਨਸ਼ਾ ਖਤਮ ਕਰਨਾ ਸੀਗਾ ਹੋ ਗਿਆ ਖਤਮ ਜੀ ਫਿਰ ਤੁਹਾਨੂੰ 2.5 ਸਾਲਾਂ ਬਾਅਦ ਯਾਦ ਆਉਂਦਾ ਵੀ ਨੈਕਸਸ ਹੈਗਾ ਨਸ਼ਾ ਤਸਕਰਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ 10000 ਪੁਲਿਸ ਵਾਲੇ ਤੁਸੀਂ ਟਰਾਂਸਫਰ ਕਰਤੇ ਸਕੇਪ ਗੋਟ ਬਣਾਇਆ ਉਹਨਾਂ ਨੂੰ ਸਕੇਪ ਕੋਡ ਬਣਾਇਆ ਆ ਆਪਣੀ ਜ਼ਿੰਮੇਵਾਰੀ ਤੋਂ ਬਚਣ ਲਈ ਫੇਰ ਜੇ ਨੈਕਸਸ ਹੈਗਾ ਫਿਰ ਤਾਂ ਕਾਰਵਾਈ ਕਰੋ ਉਹਨਾਂ ਖਿਲਾਫ ਪਰਚਾ ਦਰਜ ਕਰੋ ਤੁਸੀਂ ਟਰਾਂਸਫਰ ਕਰ ਰਹੇ ਹੋ ਤੇ ਜੇ ਨੈਕਸਸ ਹੈਗਾ ਇਨ ਦਾ ਫਰਸਟ ਪਲੇਸ 2.5 ਸਾਲ ਤੁਸੀਂ ਕੀ ਕਰਦੇ ਰਹੇ ਤੁਹਾਡੀ ਨੱਕ ਤਲੇ ਸਾਰਾ ਕੁਝ ਹੋਈਗਾ ਤੁਹਾਨੂੰ ਤਾਂ ਰਿਜ਼ਾਈਨ ਕਰ ਦੇਣਾ ਚਾਹੀਦਾ ਫਿਰ ਯੂ ਕੈਨ ਨਾਟ ਇਨਸ਼ੋਰ ਕਿ ਇਹ ਜ ਨੈਕਸਸ ਹੀ ਨਾ ਅੱਥਰ ਤੋਂ ਜੇ ਬ੍ਰੇਕ ਹੋਇਆ ਫਿਰ ਦੂਜੀ ਅਹਿਮ ਗੱਲ ਇਹ ਹੈ ਕਿ ਭਾਰਤੀ ਆਮ ਆਦਮੀ ਪਾਰਟੀ ਨੇ ਜਦੋਂ ਪੰਚਾਇਤ ਡਿਸਾਲਵ ਕੀਤੀ ਉਦੋਂ ਬਾਅਦ ਆਈਐਸ ਆਫੀਸਰਸ ਨੂੰ ਸਕੇਪਗੋਰ ਬਣਾਇਆ ਇਹਨਾਂ ਨੇ ਆਮ ਆਦਮੀ ਪਾਰਟੀ ਇਜ਼ ਯੂਸ ਟੂ ਡੂਇੰਗ ਥਿਸ ਪਹਿਲਾ ਗਲਤੀ ਕਰਦੇ ਆ ਫੇਲਿਅਰ ਬਲੰਡਰ ਕਰਦੇ ਆ ਉਦੋਂ ਬਾਅਦ ਉਹ ਮੜ ਦਿੰਦੇ ਆ ਕਿਸੇ ਹੋਰ ਦੇ ਸਿਰ ਤਾਂ ਕਿ ਆਪਦੀ ਜ਼ਿੰਮੇਵਾਰੀ ਤੋਂ ਬਚ ਸਕਣ ਐਂਡ ਥਿਸ ਇਜ਼ ਜਸਟ ਅ ਫਿਊ ਆਫ ਦੀ ਐਗਜ਼ਾਮਪਲਸ ਹਰ ਵਾਰ ਇਹ ਕਰਦੇ ਆ ਇਹ ਇਹਨਾਂ ਨੇ ਕਿਹਾ ਸੀ 24 ਘੰਟਿਆਂ ਚ ਬੇਅਦਬੀ ਮਾਮਲੇ ਚ ਇਨਸਾਫ ਕਰਾਂਗੇ ਆਪਦੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਦੇ ਐਮਐਲਏ ਕੋਵਰ ਵਿਜੇ ਪ੍ਰਤਾਪ ਜੀ ਨੇ ਇਹਨਾਂ ਨੂੰ ਐਕਸਪੋਜ਼ ਕੀਤਾ ਤੇ ਇਹ ਦੱਸਿਆ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬੇਅਦਬੀ ਮਾਮਲੇ ਤੇ ਇਨਸਾਫ ਕਰਨ ਚ ਪੂਰੇ ਤਰੀਕੇ ਨਾਲ ਫੇਲ ਹੋਈ ਹੈ ਉਹ ਕਹਿੰਦੇ ਨੇ ਵਿਧਾਨ ਸਭਾ ਦੇ ਫਲੋਰ ਦਾ ਹਾਊਸ ਤੇ ਵੀ ਤੁਸੀਂ ਚਰਚਾ ਰੱਖ ਲਓ ਡੇਬੇਟ ਡਿਸਕਸ਼ਨ ਰੱਖ ਲੋ ਸਵਾਲ ਜਵਾਬ ਹੋਣ ਤੇ ਲੋਕਾਂ ਨੂੰ ਪਤਾ ਲੱਗੇ ਵੀ ਕੀ ਹੋਇਆ ਕੀ ਨਹੀਂ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਡਰਦੀ ਹੈ ਇਹ ਤਾਂ ਆਪਦਾ ਬਲਾਰਾ ਨਹੀਂ ਭੇਜਦੇ ਜੀ ਤੁਸੀਂ ਵੀ ਡਿਬੇਟਸ ਕਰਦੇ ਰਹੇ ਹੋ ਡੀ 5 ਤੇ ਕਿੰਨੀ ਦਫਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਆਪਦਾ ਬਲਾਰਾ ਨਹੀਂ ਭੇਜਦੀ ਇਹ ਆ ਤਾਂ ਚਾਹੁੰਦੇ ਵੀ ਸਾਡੇ ਹਿਸਾਬ ਦਾ ਟੌਪਿਕ ਹੋਵੇ ਜਿੱਥੇ ਸਾਡਾ ਫਾਇਦਾ ਹੁੰਦਾ ਹੋਵੇ ਜਿੱਥੇ ਆਮ ਆਦਮੀ ਪਾਰਟੀ ਦੇ ਹਿਸਾਬ ਦਾ ਨਹੀਂ ਵੀ ਹੈ ਟੌਪਿਕ ਫਰਜ਼ ਕਰੋ ਰਿਲੇਟਡ ਟੂ ਕਾਂਗਰਸ ਹੈ ਜਾਂ ਰਿਲੇਟਡ ਟੂ ਐਸਐਡੀ ਹੈ ਜਾਂ ਭਾਜਪਾ ਹੈ ਉੱਥੇ ਵੀ ਕਦੇ-ਕਦੇ ਬਲਾਰਾ ਨਹੀਂ ਆਉਂਦਾ ਤੇ ਜੇ ਖਿਲਾਫ ਹੋਵੇ ਫਿਰ ਤਾਂ ਜਮਾ ਹੀ ਨਹੀਂ ਆਉਂਦਾ ਸੋ ਮੀਡੀਆ ਨੂੰ ਆਰਮ ਟਵਿਸਟ ਕਰਨਾ ਕਿਰਪਾ ਕਰਕੇ ਬੰਦ ਕਰੋ ਇਹ ਲੋਕਤੰਤਰ ਨੂੰ ਬਚਾਉਣ ਦੇ ਨਹੀਂ ਖਤਮ ਕਰਨ ਦੇ ਉਦਾਰਨ ਤੁਸੀਂ ਸੈੱਟ ਕਰ ਰਹੇ ਹੋ ਵਿਚ ਆ ਵਰy ਡੇਂਜਰਸ ਪੀਲਰ ਆਫ ਡੈਮੋਕ੍ਰੇਸੀ ਹੈ ਮੀਡੀਆ ਇਜ਼ ਵਨ ਆਫ ਦ ਪੀਲਰਸ ਆਫ ਆਰ ਡੈਮੋਕ੍ਰੇਸੀ ਤੇ ਦੂਜੀ ਚੀਜ਼ ਜਿਹੜੀ ਹੈਗੀ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ 10000 ਮਹਿਲਾਵਾਂ ਨੂੰ ਮੈਡਮ ਤੁਸੀਂ ਇੱਕ ਐਂਕਰ ਹੋ ਜਰਨਲਿਸਟ ਹੋ ਮਹਿਲਾਵਾਂ ਨੂੰ ਇੱਡਾ ਵੱਡਾ ਵਾਅਦਾ ਕਰਕੇ ਤੇ ਉਦੋਂ ਬਾਅਦ ਮੁੱਕਰ ਜਾਣਾ 2.5 ਪੌਣੇ 3 ਸਾਲ ਟਪਾਤੇ 1000 ਰੁਪਿਆ ਮਹੀਨੇ ਦਾ ਤੁਸੀਂ ਲਾ ਲਓ ਹੁਣ ਕਿੰਨਾ ਇਹਨਾਂ ਵੱਲ ਬਕਾਇਆ ਤੇ ਜੇ ਨਹੀਂ ਡਿਲੀਵਰ ਕਰਦੇ ਤੁਹਾਡੀ ਅਕਾਉਂਟੇਬਿਲਟੀ ਕਿਵੇਂ ਫਿਕਸ ਕਰੀਏ ਮਾਨ ਸਾਹਿਬ ਨੇ ਇੱਕ ਵਾਰੀ ਕਿਹਾ ਸੀਗਾ ਕਿ ਲੀਗਲ ਮਾਨਤਾ ਹੋਣੀ ਚਾਹੀਦੀ ਹੈ ਮੈਨੀਫੈਸਟੋ ਦੀ ਉਹਨਾਂ ਨੂੰ ਫਿਰ ਕਿਸੇ ਨੇ ਸਵਾਲ ਕੀਤਾ ਵੀ ਜੇ ਨਾ ਡਿਲੀਵਰ ਕੀਤਾ ਉਹਨਾਂ ਨੇ ਫੇਰ ਕਹਿੰਦੇ ਪਾਰਟੀ ਦੀ ਮਾਨਤਾ ਹੀ ਰੱਦ ਕਰ ਦਿਓ ਆਮ ਆਦਮੀ ਪਾਰਟੀ ਦੀ ਤਾਂ ਪਾਰਟੀ ਦੀ ਮਾਨਤਾ ਰੱਦ ਹੋ ਜਾਣੀ ਚਾਹੀਦੀ ਹੈ ਖਤਮ ਹੋ ਜਾਣੀ ਚਾਹੀਦੀ ਹੈ ਮਾਨ ਸਾਹਿਬ ਨੇ ਆਪ ਕਿਆ ਜੀ ਮਤਲਬ ਤੁਸੀਂ ਦੇਖੋ ਕੀ ਵਾਦਾ ਏਡਾ ਵੱਡਾ ਕਰਕੇ ਫਿਰ ਕਹਿੰਦੇ ਦਲੇ ਤੇ ਡੈਪਟੀ ਸੀਐਮ ਬਣਾਵਾਂਗੇ ਬਣਾਤਾ ਇਹਨਾਂ ਨੇ ਸੋ ਇਹ ਸਾਰਾ ਕੁਝ ਜਿਹੜੇ ਤੁਸੀਂ ਵਾਦੇ ਕੀਤੇ ਖੁਲੇ ਆਮ ਸ਼ਰੇਮ ਕਰਕੇ ਮੁਕਰੇ ਲੋਕਾਂ ਨੇ ਉਹਦੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਜਵਾਬ ਦਿੱਤਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੇ ਹੁਣ ਬਾਏ ਇਲੈਕਸ਼ਨਸ ਦੇ ਵਿੱਚ ਜ਼ਮਾਨਤ ਜ਼ਬਤ ਹੁੰਦੀ ਨਜ਼ਰ ਆਊਗੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਕੋਲੇ ਵਿਜ਼ਨ ਦੀ ਕਮੀ ਹੈ ਇਹਨਾਂ ਕੋਲੇ ਤਜਰਬੇ ਦੀ ਕਮੀ ਅਸੀਂ ਕਿਉਂ ਕਹਿੰਨੇ ਆ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਮੈਂ ਤੁਹਾਨੂੰ ਪਾਪਰਾਇਕਤ ਉਦਾਹਰਨ ਦਿੱਤਾ ਜਦੋਂ ਨਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਹੁੰਦਾ ਕਦੇ ਕਦੇ ਤੁਸੀਂ ਆਈਟਨਡੀ ਚੈੱਕ ਕਰਕੇ ਦੇਖੋ ਪਹਿਲਾ ਵਾਲੀਆਂ ਹਿਸਟਰੀ ਚ ਜਿਹੜੀਆਂ ਆਮ ਆਦਮੀ ਪਾਰਟੀ ਨੇ ਸੈਸ਼ਨਸ ਕਾਲ ਕੀਤੇ ਹੈ ਆਈਟਨਰੀ ਦੇ ਵਿੱਚ ਲਿਖਿਆ ਹੀ ਨਹੀਂ ਹੁੰਦਾ ਵੀ ਬਿਜ਼ਨਸ ਕੀ ਹੈ ਵੀ ਹੋਊਗਾ ਕਿ ਹੁਣ ਜੇ ਬਿਜ਼ਨਸ ਹੀ ਨਹੀਂ ਲਿਖਿਆ ਤੁਹਾਡੇ ਐਮਐਲਏ ਨੂੰ ਕੀ ਪਤਾ ਵੀ ਕੀ ਚਰਚਾ ਹੋਊਗੀ ਜੇ ਉਹਨੂੰ ਪਤਾ ਨਹੀਂ ਵੀ ਮੁੱਦਾ ਕੀ ਆ ਉਹ ਤਿਆਰੀ ਕੀ ਕਰਕੇ ਆਊਗਾ ਜੇ ਉਹਨੂੰ ਤਿਆਰੀ ਨਹੀਂ ਉਹਦੀ ਹੈਗੀ ਉਹ ਲੋਕਾਂ ਦੀ ਮਦਦ ਕਿਵੇਂ ਕਰੂਗਾ ਸੋ ਇਹ ਜਿਹੜਾ ਸਾਰਾ ਵਿਸ਼ੇਸ ਸਾਈਕਲ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਲਈ ਕ੍ਰੀਏਟ ਕਰ ਰਹੀ ਹੈ ਵਿਚ ਇਜ਼ ਵੈਰੀ ਡੇਂਜਰਸ ਫॉर ਆ ਫਿਊਚਰ ਤੇ ਤਾਂ ਕਰਕੇ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਆ ਆਪਰੇਸ਼ਨ ਝਾੜੂ ਚਲਾਊਗਾ ਪੰਜਾਬ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਤੇ ਤੁਹਾਨੂੰ ਸਾਫ਼ ਕਰ ਦਊਗਾ ਅਸ਼ਪੀਰ ਜੀ ਜਿਥੋਂ ਤੱਕ ਗੱਲ ਕੀਤੀ ਲੋਕ ਕੀ ਕਰਨ ਪੋਲਿਟਿਕਸ ਦਾ ਇਨਾ ਮਾੜਾ ਹਾਲ ਹੈ ਪਿਛਲੇ ਦਿਨੀ ਅਸੀਂ ਜ਼ਿਆਦਾਤਰ ਇਹ ਦੇਖਿਆ ਕਿ ਪੋਲਿਟਿਸ਼ੀਅਨਸ ਇੱਕ ਦੂਜੇ ਨੂੰ ਸ਼ਬਦੀ ਜੰਗ ਵਿੱਚ ਲੱਗੇ ਹੋਏ ਆ ਔਰ ਉਹਦੀ ਜਿਹੜੀ ਨਿਗਾਰਾ ਹੈ ਨਾ ਆਇਆ ਬੋਲਚਾਲ ਦੀ ਪਾਸ਼ਾ ਦੇ ਵਿੱਚ ਪਾਸ਼ਾ ਦੇ ਵਿੱਚ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਕਰਨ ਦੇ ਵਿੱਚ ਸੰਵਾਦ ਨਹੀਂ ਰਚਾਇਆ ਜਾਂਦਾ ਵਜਾਏ ਕਿ ਜੰਗ ਲੱਗੀ ਹੁੰਦੀ ਹੈ ਔਰ ਉਹਦੇ ਵਿੱਚ ਵੀ ਕਿਸੇ ਵੀ ਹੱਦ ਤੱਕ ਕਿਸੇ ਵੀ ਪੱਧਰ ਤੱਕ ਗਿਰਾਵਟ ਜਿਹੜੀ ਹੈ ਬੋਲਚਾਲ ਚ ਦੇਖੀ ਗਈ ਹੈ ਆਮਨੇ ਸਾਹਮਣੇ ਔਰ ਉਹ ਚੀਜ਼ ਖਾਸ ਕਰਕੇ ਫਲੋਰ ਆਫ ਦਾ ਹਾਊਸ ਵਿਧਾਨ ਸਭਾ ਚ ਵੀ ਦੇਖੀ ਗਈ ਹੈ ਔਰ ਵਿਧਾਨ ਸਭਾ ਚ ਜਿਹੜੀ ਖਾਸ ਕਰਕੇ ਗੱਲ ਆਈ ਹੈ ਜਿਵੇਂ ਤੁਸੀਂ ਹੁਣ ਜ਼ਿਕਰ ਹੀ ਕੀਤਾ ਸਿਰਫ ਉਥੇ ਦਿਖਣ ਵਾਸਤੇ ਬ੍ਰਾਡਕਾਸਟਿੰਗ ਜਿਹੜੀ ਕਰਨੀ ਹੈਗੀ ਲਾਈਵ ਬ੍ਰਾਡਕਾਸਟਿੰਗ ਕਰਨੀ ਟੈਲੀਕਾਸਟ ਹੋਣਾ ਉਹਨੂੰ ਲੈ ਕੇ ਕੋਟ ਤੱਕ ਗੱਲਾਂ ਜਾਣ ਗਈਆਂ ਤੇ ਲੋਕਾਂ ਦੇ ਮੁੱਦੇ ਜਿਹੜੇ ਕਿ ਕੋਟਾਂ ਦੇ ਵਿੱਚ ਵੀ ਕੋਟਾਂ ਦਾ ਵੀ ਸਮਾਂ ਬਹੁਤ ਜ਼ਿਆਦਾ ਬਹੁਮੁੱਲਿਆ ਹੁੰਦਾ ਇਸ ਪ੍ਰਾਈਸੀ ਬੇਸਿਕਲੀ ਔਰ ਖਾਸ ਕਰਕੇ ਜਿਹੜੇ ਵਿਚਾਰੇ ਜਿਨ੍ਹਾਂ ਦੇ ਜੈਨੂਇਨ ਜੇ ਕੇਸ ਨੇ ਔਰ ਉਹ ਕੋਟਾਂ ਦੇ ਵਿੱਚ ਆਉਂਦੇ ਆ ਵਕੀਲ ਚਾਹੇ ਮਹਿੰਗਾ ਸਸਤਾ ਪਰ ਆਪਣੀ ਪਾਕਟ ਦੇ ਵਿੱਚ ਹੋਲ ਕਰ ਰਿਹਾ ਔਰ ਉਹ ਸਾਰੀਆਂ ਚੀਜ਼ਾਂ ਡੈਫੀਨੇਟਲੀ ਉਹਨਾਂ ਦੀ ਹਿਅਰਿੰਗਸ ਵੀ ਪਿੱਛੇ ਪੈਂਦੀਆਂ ਨੇ ਕਿਉਂਕਿ ਆ ਹਾਈ ਪ੍ਰੋਫਾਈਲ ਕੇਸਸ ਹੁੰਦੇ ਆ ਕਈ ਵਾਰੀ ਉਹਨਾਂ ਦੇ ਅੱਗੇ ਵੀ ਹੋ ਜਾਂਦੀਆਂ ਸੌ ਚੀਜ਼ਾਂ ਨੇ ਲੋਕ ਕੀ ਕਰਨ ਲੋਕਾਂ ਨੇ ਇਹ ਸਭ ਕੁਝ ਦੇਖਣ ਵਾਸਤੇ ਤੇ ਨਹੀਂ ਵੋਟਾਂ ਦਿੱਤੀਆਂ ਆਪਣੇ ਰਿਪ੍ਰੈਜ਼ੈਂਟੇਟਿਵ ਚੁਣੇ ਜਾਂ ਗਵਰਨਮੈਂਟਸ ਬਣਾਈਆਂ ਲੋਕਾਂ ਨੇ ਗਵਰਨਮੈਂਟਸ ਬਣਾਈਆਂ ਆਪਣੇ ਰਿਪ੍ਰੈਜ਼ੈਂਟੇਟਿਵ ਦਿੱਤੇ ਆਪਣੇ ਵੈਲਫੇਅਰ ਲਈ ਕਿਉਂਕਿ ਆਮ ਹਰ ਇਨਸਾਨ ਆਪਣੀ ਜਗ੍ਹਾ ਹਰ ਗਲਤਾਂ ਨਹੀਂ کہہ ਸਕਦਾ ਨਾ ਉਹ ਲੀਡਰ ਤਾਂ ਹੀ ਚੁਣ ਕੇ ਭੇਜਦੇ ਤੁਸੀਂ ਦੇਖੋ ਕੀ ਆਮ ਆਦਮੀ ਪਾਰਟੀ ਦੀ ਨਾ ਕਹਿਣੀ ਤੇ ਕਤਨੀ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਹੁਣ ਜਿਹੜੇ ਹਿਸਾਬ ਨਾਲ ਇਹ ਪੰਜਾਬ ਨੂੰ ਗਵਰਨ ਕਰ ਰਹੀ ਹੈ ਤੁਸੀਂ ਦੇਖੋ ਕਿ ਬੀਜੇਪੀ ਦੀ ਅਕਸਰ ਆਲੋਚਨਾ ਕਰਦੀ ਆ ਆਮ ਆਦਮੀ ਪਾਰਟੀ ਕਹਿੰਦੇ ਆਈਟੀ ਈਡੀ ਸੀਬੀਆ ਦਾ ਦੁਰਉਪਯੋਗ ਕਰਦੇ ਹੋ ਕੇਜਰੀਵਾਲ ਸਾਹਿਬ ਕੱਲ੍ਹ ਬਾਹਰ ਆਏ ਮੁਬਾਰਕਾ ਆਮ ਆਦਮੀ ਪਾਰਟੀ ਨੂੰ ਬਾਹਰ ਆਏ ਤੇ 6 ਮਹੀਨੇ ਅੰਦਰ ਉਹਨਾਂ ਨੇ ਲਾਏ ਤੇ ਆਮ ਆਦਮੀ ਪਾਰਟੀ ਅਕਸਰ ਕਹਿੰਦੀ ਹੈ ਵੀ ਜੀ ਭਾਜਪਾ ਮਿਸਯੂਜ਼ ਕਰਦੀ ਹੈ ਏਜੰਸੀ ਨੂੰ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਏਜੰਸੀਜ਼ ਦਾ ਦੁਰਉਪਯੋਗ ਨਹੀਂ ਕਰਦੀ ਵਿਜੀਲੈਂਸ ਦਾ ਪੁਲਿਸ ਦਾ ਪੋਲੀਟੀਕਲ ਵੈਂਡੇਟਾ ਦੇ ਤਹਿਤ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਫਰੇਮ ਕੀਤਾ ਹੈ ਕਿ ਨਹੀਂ ਕੀਤਾ ਪ੍ਰਾਈਮ ਐਗਜ਼ਾਮਪਲ ਮੈਂ ਤੁਹਾਨੂੰ 25 ਐਗਜ਼ਾਮਪਲ ਗਿਣਾ ਸਕਦਾ ਬਟ ਆਈ ਵਿਲ ਗਿਵ ਯੂ 1 ਪ੍ਰਾਈਮ ਐਗਜ਼ਾਮਪਲ ਖੇਰਾ ਸਾਹਿਬ ਦਾ ਜਿੱਦ ਦਿਨ ਬੇਲ ਉਹਨਾਂ ਦਾ ਹੀ ਪ੍ਰੋਨਾਨਸਮੈਂਟ ਸੀ ਪ੍ਰੋਨਾਨਸਮੈਂਟ ਐਜ਼ ਇਨ ਬੀਫ ਬੈਸ ਹੋਈ ਹੋਈ ਹੈ ਫੈਸਲੇ ਤੇ ਰੱਖਿਆ ਹੋਇਆ ਜੱਜ ਸਾਹਿਬ ਨੇ ਜਦੋਂ ਫੈਸਲਾ ਹੋਣਾ ਸੀਗਾ ਰਾਤ ਨੂੰ 2 ਵਜੇ ਉਹਨਾਂ ਤੇ ਇੱਕ ਹੋਰ ਪਰਚਾ ਹੋ ਗਿਆ ਵੀ ਉਹ ਅੰਦਰ ਰਹਿਣ ਸੋ ਇਹ ਪੈਟੀ ਪੋਲਿਟਿਕਸ ਇਹ ਛੋਟੇ ਸਤਰ ਦੀ ਰਾਜਨੀਤੀ ਬਦਲਾਖੋਰੀ ਦੀ ਰਾਜਨੀਤੀ ਦਿਸ ਕੋਜ਼ 온 ਟੂ ਸਜੈਸਟ ਯੂ ਡੋ ਨੋਟ ਵਰਕ ਫਾਰ ਦਾ ਵੈਲਫੇਅਰ ਆਫ ਪੰਜਾਬ ਯੂ ਵਰਕ ਫਾਰ ਯਰ ਓਨ ਵੈਲਫੇਅਰ ਇਹੀ ਖੈਰਾ ਸਾਹਿਬ ਨੂੰ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਇਹਨਾਂ ਦੇ ਕੇਸ ਫਾਲਸ ਇੰਪਲੀਕੇਸ਼ਨ ਹੈ ਤੱਕਾ ਕਰ ਰਹੇ ਹੈ ਗਲਤ ਫਸਾਇਆ ਜਾ ਰਿਹਾ ਹੈ ਵਿੰਡੈਟਾ ਹੈ ਹੁਣ ਜੋ ਸਰਕਾਰ ਚ ਆ ਕੇ ਤੇ ਬੋਲ ਬਦਲ ਗਏ ਦੂਜਾ ਤੁਸੀਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਦੇ ਰਾਜ ਚ ਕੀ ਨਹੀਂ ਹੋਇਆ ਪਟਿਆਲਾ ਕਲਾਸ਼ ਲਾਅ ਐਂਡ ਆਰਡਰ ਦੀ ਗੱਲ ਕਰੀਏ ਪੰਜਾਬ ਇਜ਼ ਅ ਬਾਰਡਰ ਸਟੇਟ ਅ ਸੈਂਸਿਟਿਵ ਸਟੇਟ ਪਟਿਆਲਾ ਕਲਾਸ਼ ਆਈਡੀ ਬੰਬ ਮਿਲੇ ਆਰਪੀਜੀ ਇੰਟੈਲੀਜੈਂਸ ਹੱਡਕ quartes ਤੇ ਫਾਇਰ ਹੋਇਆ ਸਿੱਧੂ ਮੂਸੇ ਵਾਲੇ ਸਾਡੇ ਭਰਾ ਦਾ ਕਤਲ ਹੋਇਆ ਕਬੱਡੀ ਪਲੇਅਰਾਂ ਦਾ ਕਤਲ ਹੋਇਆ ਸ਼ਿਵ ਸੇਨਾ ਲੀਡਰ ਤੇ ਹਮਲਾ ਹੋਇਆ ਹੋਰ ਸੈਲਬ੍ਰਿਟੀਜ਼ ਦੇ ਕਤਲ ਕਤਲ ਹੋਏ ਇਨਸੀਡੈਂਟਸ ਹੋਏ ਲੁੱਟ ਖੋਹ ਨਸ਼ੇ ਕਰਕੇ 14 14 ਦਿਨਾਂ 14 14 ਮੌਤਾਂ ਹੋਈਆਂ ਰਿਪੋਰਟਡ ਅਨਰਿਪੋਰਟਡ ਤਾਂ ਪਤਾ ਹੀ ਨਹੀਂ ਕਿੰਨੀਆਂ ਹੋਗੀਆਂ ਐਨਸੀਆਰਬੀ ਦੀ ਰਿਪੋਰਟ ਹੈ ਸਭ ਤੋਂ ਵੱਧ ਨਸ਼ੇ ਕਰਕੇ ਮੌਤਾਂ ਪੰਜਾਬ 'ਚ ਹੋ ਰਹੀਆਂ ਥਿਸ ਇਜ਼ ਜਸਟ ਦੀ ਟਿਪ ਆਫ ਦੀ ਆਈਸਬਰਗ ਉਹ ਤਾਂ ਰੂੜੀਆਂ ਤੇ ਰੁੱਲਦੇ ਅਸੀਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਵੱਡੀਆਂ-ਵੱਡੀਆਂ ਵੀਡੀਓਜ਼ ਜਾਂ ਫਿਰ ਤੁਸੀਂ ਦੇਖ ਸਕਦੇ ਸੀ ਨਸ਼ੇ ਦਾ ਤਾਂ ਬਹੁਤ ਟਾਈਮ ਤੋਂ ਔਰ ਜਿੱਥੋਂ ਤੱਕ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈ ਲਾਅ ਐਂਡ ਆਰਡਰ ਵੀ ਬਹੁਤ ਲੰਮੇ ਸਮੇਂ ਤੋਂ ਜੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਬਾਰ-ਬਾਰ ਜਿੱਦਾਂ ਇੰਡਸਟਰੀ ਨਹੀਂ ਆ ਰਹੀ ਬਾਹਰੋਂ ਕਿਹੜੀ ਇਨਵੈਸਟਮੈਂਟ ਨਹੀਂ ਆ ਰਹੀ ਇਹ ਤਾਂ ਲੰਮਾ ਇੱਕ ਜਿਹੜਾ ਹੈਗਾ ਸੈਸ਼ਨ ਇਹਦਾ ਹੋ ਗਿਆ ਹੁਣ ਇਸ ਤੋਂ ਡੈਫੀਨਿਟਲੀ ਯੈਸ ਪੰਜਾਬ ਇਸ ਵਾਰੀ ਨਹੀਂ ਆ ਪਾਰਿਆ ਆਪਾਂ ਜੇ ਆਮ ਆਦਮੀ ਪਾਰਟੀ ਦੀ ਕਈ-ਕਈ ਗੱਲ ਦੇ ਇਲਾਵਾ ਆਪਾਂ ਫੈਕਟ ਦੀ ਗੱਲ ਕਰੀਏ ਰਿਪੋਰਟ ਚੱਕ ਲਓ ਐਨਸੀਆਰਬੀ ਦੀ ਤੇ ਆંકੜੇ ਕੰਪੇਅਰ ਕਰਕੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਲਾਅ ਐਂਡ ਆਰਡਰ ਇਨਸੀਡੈਂਟਸ ਵੀ ਹੋਏ ਆ ਦੂਜਾ ਨਸ਼ੇ ਕਰਕੇ ਮੌਤਾ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਹੋਈਆਂ ਜੋ ਐਨਸੀਆਰਬੀ ਦੀ ਰਿਪੋਰਟ ਕਹਿੰਦੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਹਿ ਕੇ ਆਈ ਸੀ ਬਦਲਾਵ ਬਦਲਾਵ ਦੀ ਰਾਜਨੀਤੀ ਕਰਾਂਗੇ ਆ ਕਰਾਂਗੇ ਉਹ ਕਰਾਂਗੇ ਬਦਲਾਵ ਕਿੱਥੇ ਹੈ ਬਦਲ ਹੁਣ ਤੁਹਾਨੂੰ ਦੇਣਗੇ ਲੋਕ ਇਸ ਚੀਜ਼ ਕਰਕੇ ਹੁਣ ਤੁਸੀਂ ਇਹ ਦੇਖੋ ਕਿ ਰਿਪੋਰਟਸ ਸਟੈਟਿਸਟਿਕਸ ਫੈਕਟ ਸਜੈਸਟ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਥਿੰਗਸ ਹੈਵ ਗਾਟਨ ਵਰਸ ਨਾਲੇ ਦੂਜੀ ਜਿਹੜੀ ਗੱਲ ਹੈ ਹਮ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਤੁਹਾਨੂੰ ਯਾਦ ਹੋਊਗਾ ਵਾਅਦੇ ਕੀਤੇ ਜਿਹੜੇ ਜਿਹੜਾ ਇੱਕ ਲੌਂਗ ਲਿਸਟ ਆਫ ਜੁਮਲੇ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਸੀਗੇ ਹੁਣ ਜਦੋਂ ਤੁਸੀਂ ਨਹੀਂ ਡਿਲੀਵਰ ਕਰੋਗੇ ਤੇ ਤੁਹਾਡੇ ਆਪਦੇ ਐਮਐਲਏ ਵੀ ਤੁਹਾਨੂੰ ਸਵਾਲ ਕਰਨਗੇ ਤੇ ਜਦੋਂ ਐਮਐਲਏ ਸਵਾਲ ਕਰਦੇ ਆ ਤੁਹਾਨੂੰ ਯਾਦੂ ਮਾਨ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ ਬਿਫੋਰ ਵਿਧਾਨ ਸਭਾ ਸੈਸ਼ਨ ਬੈਕ ਇਨ ਦਿ ਡੇ ਵੀ ਆਪਦੀ ਸਰਕਾਰ ਨੂੰ ਸਵਾਲ ਨਾ ਕਰਿਆ ਕਰੋ ਜੀ ਜੀ ਮਤਲਬ ਤੁਸੀਂ ਦੇਖ ਰਹੇ ਹੋ ਕਿ ਕਿੱਥੇ ਦਾ ਲੋਕਤੰਤਰ ਇਨਕਰੇਜ ਕਰਨ ਲਈ ਇਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਜੀ ਸਰਕਾਰ ਸਰਕਾਰ ਤੁਹਾਡੀ ਹੈ ਸਵਾਲ ਕਰੋ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਮਾਨ ਸਾਹਿਬ ਅੱਗੇ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਲੋਕਾਂ ਕੋਲੇ ਜਾਣਾ ਲੋਕਾਂ ਨੂੰ ਤੁਹਾਡੇ ਕੋਲੇ ਆਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਹੁਣ ਬਿਲਕੁਲ ਆਪੋਜ਼ਿਟ ਆ ਉਹਦਾ ਕਿ ਲੋਕ ਜਿਹੜੇ ਐ ਤੰਗ ਨੇ ਵੀ ਸਾਨੂੰ ਤਾਂ ਜੀ 10 10 20 20 ਦਿਨ ਹੋ ਗਏ ਟਾਈਮ ਮੰਗਦੇ ਐ ਸਾਨੂੰ ਤਾਂ ਨਾ ਸਾਡਾ ਫੋਨ ਚੱਕਦੇ ਐ ਨਾ ਸਾਡਾ ਮੁਲਾਕਾਤ ਕਰਦੇ ਐ ਜਦੋਂ ਇਹਨਾਂ ਨੂੰ ਝਟਕਾ ਲੱਗਿਆ ਲੋਕ ਸਭਾ ਇਲੈਕਸ਼ਨ ਦੇ ਵਿੱਚ ਫੇਰ ਮਜਬੂਰਨ ਜਲੰਧਰ ਦੇ ਵਿੱਚ ਮੰਤਰੀਆਂ ਨੂੰ ਵੀ 7 7 8 8 ਰੀ ਲੋਕਾਂ ਦੇ ਘਰੇ ਜਾਣਾ ਪਿਆ ਉਹ ਜਿੱਤ ਲੋਕਾਂ ਦੀ ਹੋਈ ਅਹੰਕਾਰ ਦੀ ਹਾਰ ਹੋਈ ਰੱਸੀ ਜਲ ਗਈ ਮਗਰ ਬਲ ਨਹੀਂ ਗਿਆ ਉਹ ਹੈ ਨਾ ਜੀ ਫਿਰ ਇਹਨਾਂ ਨੂੰ ਸਮਝ ਆਇਆ ਵੀ ਸਾਨੂੰ ਲੋਕਾਂ ਨੂੰ ਮਿਲਣਾ ਪੈਣਾ ਹੈ ਟਾਈਮ ਕੱਢਣਾ ਪੈਣਾ ਹੈ ਨਹੀਂ ਤਾਂ ਹਾਸ਼ੀਏ ਤੇ ਆ ਜਾਾਂਗੇ ਤੇ ਤੁਸੀਂ ਅੱਜ ਦਾ ਟਾਈਮ ਤੁਸੀਂ ਐ ਕਰੋ ਤੁਸੀਂ 10 ਜਣੇ ਨੂੰ ਪੁੱਛ ਲਿਓ ਓਵਰ ਆਲ ਪੰਜਾਬ ਦੇ ਵਿੱਚ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਕੋਈ ਨਹੀਂ ਕਹਿੰਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਰੀਪੀਟ ਕਰੋ ਕੋਈ ਨਹੀਂ ਕਹਿੰਦਾ ਐਸਡੀ ਆ ਬੀਜਪੀ ਆਓ ਸਾਰੇ ਕਹਿਣਗੇ ਮੈਜੋਰਿਟੀ ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ ਉਹਦਾ ਕਾਰਨ ਬੜਾ ਸਰਲ ਹੈ ਕਾਂਗਰਸ ਪਾਰਟੀ election ਦਾ ਦੂਰ ਹੈ ਪਰ ਆਮ ਆਦਮੀ ਪਾਰਟੀ ਦੇ ਵਿੱਚ ਲੋਕਾਂ ਦਾ ਕੌਨਫੀਡੈਂਸ ਬਹੁਤ ਥੋੜਾ ਰਹਿ ਗਿਆ ਬਹੁਤ ਜਲਦੀ ਡਿੱਗ ਰਿਹਾ ਹੈ ਇਹਨਾਂ ਦੇ ਆਪਣੇ ਲੀਡਰਾਂ ਦਾ ਕੌਨਫੀਡੈਂਸ ਬਹੁਤ ਜਲਦੀ ਡਿੱਗ ਰਿਹਾ ਹੈ ਤੇ ਇਫ ਯੂ ਟਾਕ ਟੂ ਐਨੀ ਆਫ ਦੇ ਲੀਡਰਸ ਆਫ ਰਿਕਾਰਡ ਉਹ ਤੁਹਾਨੂੰ ਦੱਸ ਦੇਣਗੇ ਵੀ ਕਿਹੜੇ ਡੰਡਾ ਤੰਤਰ ਦੇ ਹਿਸਾਬ ਨਾਲ ਇਹਨਾਂ ਦੀ ਪਾਰਟੀ ਅੰਦਰੋਂ ਚੱਲਦੀ ਹੈ ਨੂ ਵਨ ਇਸ ਅਲਾਉਡ ਟੂ ਸਪੀਕ ਵਿਦਾਊਟ ਦਾ ਪਰਮਿਸ਼ਨ ਆਫ ਦੀ ਆਫ ਦੀ ਟੌਪ ਕ੍ਰਾਸ ਸਪ ਦੇ ਬਾਵਜੂਦ ਤੁਹਾਡੀ ਪਾਰਟੀ ਦੇ ਚੱਬੇਵਾਲ ਬਹੁਤ ਸਾਰੇ ਲੀਡਰ ਜਿਹੜੇ ਨੇ ਦੂਸਰੀਆਂ ਪਾਰਟੀਆਂ ਤੀਸਰੀਆਂ ਪਾਰਟੀਆਂ ਚੋਂ ਵੀ ਉਹਦਰ ਜੁਆਇਨ ਕਰ ਰਹੇ ਨੇ ਔਰ ਖਾਸ ਕਰਕੇ ਜੇ ਗੱਲ ਕਰੀਏ ਤਾਂ ਇਵਨ ਚਲੋ ਦੂਸਰੀ ਅਕਾਲੀ ਦਲ ਚੋਂ ਵੀ ਗਏ ਨੇ ਪਰ ਤੁਹਾਡੀ ਪਾਰਟੀ ਚੋਂ ਵੀ ਉਧਰ ਫਿਰ ਕਿਉਂ ਉਹਨਾਂ ਦਾ ਚੁਕਾਓ ਉਧਰ ਨੂੰ ਕਿਉਂ ਹੋਇਆ ਦੇਖੋ ਗੱਲ ਇਸ ਤਰ੍ਹਾਂ ਜੀ ਹੁਣ ਜਦੋਂ ਸਰਕਾਰ ਹੁੰਦੀ ਹੈ ਤੁਹਾਡੇ ਕੋਲੇ ਸਾਰੀ ਪਾਵਰ ਹੈ ਤੇ ਅੰਡਰਸਟੂਡ ਗੱਲ ਹੈ ਕਿ ਜਦੋਂ ਸ਼ਾਇਦ ਤੇ ਤਾਂ ਬੇਸਿਕਲੀ ਪ੍ਰਿੰਡ ਜਿਹੜੀ ਪ੍ਰਿੰਡ ਹੈ ਪ੍ਰਿੰਡ ਹਾਂ ਛੱਤਾ ਭਰਿਆ ਹੋਊਗਾ ਤਾਂ ਉਹ ਆਫ ਕੌਰਸ ਇਟ ਵਿਲ ਬੀ ਅਟਰੈਕਟਡ ਕਹਿੰਦਾ ਉਦਾਹਰਣ ਹੁਣ ਜਦੋਂ ਪਾਵਰ ਹੈ ਤੇ ਲੀਡਰ ਤਾਂ ਹੁਣ ਕੋਈ ਜਾਣਾ ਚਾਹੂਗਾ ਹੀ ਰਾਈਟ ਇਹ ਕੰਟਰਾਸਟ ਇੱਕ ਕਨੈਲਜੀ ਹੈ ਕਿ ਸ਼ਾਇਦ ਨੂੰ ਤਾਂ ਹੁਣ ਭਿੰਡਾ ਤੇ ਮੱਖੀਆਂ ਨੇੜੇ ਆਉਣਗੀਆਂ ਉਵੇਂ ਜਿੱਥੇ ਪਾਵਰ ਹੈ ਉੱਥੇ ਪੋਲੀਟੀਸ਼ੀਅਨਸ ਲੀਡਰਸ ਜਾਣਗੇ ਕਹਿਣ ਦਾ ਭਾਵ ਇਹ ਹੈ ਕਿ ਇਹ ਵਨ ਐਗਜ਼ਾਮਪਲ ਹੈ ਲੇਕਿਨ ਸਭ ਤੋਂ ਵੱਧ ਲੀਡਰਸ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਦਾ ਇਹ ਫਿਪਕਤ ਲਾਸਟ 3 ইয়ারਸ ਜਦ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਫਾਰਮਰ ਡੈਪਟੀ ਸਪੀਕਰ ਫਾਰਮਰ ਮਿਨਿਸਟਰਸ ਫਾਰਮਰ ਐਮ ਐਲ ਏਸ ਇਤਸੈਟਰਾ ਹੋਰ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਸ਼ਾਮਿਲ ਹੋਏ ਤੇ ਇਹ ਟ੍ਰੈਂਡ ਦੇ ਅਗੇਂਸਟ ਹੈ ਜੋ ਟ੍ਰੈਂਡ ਹੁੰਦਾ ਕਿ ਆਪੋਜੀਸ਼ਨ ਛੱਡ ਕੇ ਸਰਕਾਰ ਚਲੇ ਗਏ ਹੋਰ ਕੱਲ ਮੇਰੇ ਮਨਚਾਰੀਏ ਆਸ਼ਟੇਵ ਜੀ ਮਨ ਕਿਵੇਂ ਬਦਲ ਜਾਂਦਾ ਹੈ ਤੁਹਾਡਾ ਇੱਕ ਸੁਭਾਅ ਹੁੰਦਾ ਹੈ ਤੁਸੀਂ ਬਹੁਤ ਟਾਈਮ ਤੋਂ ਇੱਕ profession ਜਿਹਨ ਤੁਸੀਂ ਐਡਵੋਕੇਟ ਹੋ ਅੱਜ ਤੋਂ ਨੂੰ ਅਸੀਂ ਕਹੀਏ ਜੀ ਹੁਣ ਤੁਸੀਂ ਡਾਕਟਰੀ ਸ਼ੁਰੂ ਕਰ ਦੋ ਤੁਸੀਂ ਪੜਾਉਣਾ ਸ਼ੁਰੂ ਕਰ ਦੋ ਸ਼ਾਇਦ ਪੜਾਤਾ ਸਕਦਾ ਹੈ ਹਰ ਕੋਈ ਅਧਿਆਪਕ ਤਾਂ ਬਣ ਸਕਦਾ ਹੈ ਕਿਉਂਕਿ ਕੋਈ ਵੀ profession ਹੋਵੇ ਤਾਂ ਤੁਸੀਂ ਅਧਿਆਪਕ ਤਾਂ ਹੋ ਸਕਦੇ ਹੋ ਤੇ ਜਾਂ ਉਹਦੇ professionਲ ਹੋ ਸਕਦੇ ਹੋ ਜਾਂ ਅਧਿਆਪਕ ਪਰ ਤੁਹਾਨੂੰ ਕਹੀਏ ਜੀ ਹੁਣ ਛੱਡ ਕੇ ਡਾਕਟਰੀ ਕਰਨੀ ਸ਼ੁਰੂ ਕਰ ਦੋ ਜਾਂ ਤੁਸੀਂ ਜਰਨਲਿਸਟ ਬਣ ਜਾਓ ਮੈਨੂੰ ਨਹੀਂ ਲੱਗਦਾ ਇਟਸ ਰੀਲੀ ਇੰਨਾ ਛੇਤੀ ਬੰਦਾ ਮੂਵ ਔਨ ਕਰਦਾ ਹੈ ਔਰ ਜਿੱਥੇ ਆਈਡੀਓਲੋਜੀ ਦੀ ਗੱਲ ਹੋਵੇ ਖਾਸ ਕਰਕੇ ਪਾਰਟੀ ਦੀ ਕਿਹ ਆਈਡੀਓਲੋਜੀ ਹੁੰਦੀ ਹੈ ਤੁਸੀਂ ਗਰੂਮ ਹੋ ਜਾਂਦੇ ਹੋ ਉਸ ਤਰੀਕੇ ਦੇ ਨਾਲ ਤੁਸੀਂ ਰਾਤੋਂ ਰਾਤ ਕਿਵੇਂ ਕਾਂਗਰਸ ਨੂੰ ਛੱਡ ਕੇ ਭਾਜਪਾ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਤਾਂ ਪੱਲਾ ਇਹਨਾਂ ਸੌਖਾ ਕਿਵੇਂ ਹੋ ਜਾਂਦਾ ਹੈ ਮੈਂ ਤੁਹਾਨੂੰ ਦੱਸਿਆ ਤਾਂ ਜੀ ਸ਼ਾਇਦ ਵਾਲਾ ਐਗਜ਼ਾਮਪਲ ਆਈਡੀਓਲੋਜੀ ਜਿਹੜੇ ਓਵਰਨਾਈਟ ਚੇਂਜ ਕਰ ਲੈਂਦੇ ਆ ਓਵਰਨਾਈਟ ਆਈਡੀਓਲੋਜੀ ਬਦਲਣਾ ਮਤਲਬ ਕਿ ਜੇ ਉਹ ਪਹਿਲਾਂ فرض ਕਰੋ ਕਿ ਲੋਕਾਂ ਨਾਲ ਖੜਦੇ ਰਹੇ ਆ ਜਿਹੜੀ ਪਾਰਟੀ ਲੋਕਾਂ ਨਾਲ ਖੜਦੀ ਫੋਰ ਐਗਜ਼ਾਮਪਲ ਕਾਂਗਰਸ ਸਟood ਵਿਦ ਦਾ ਫਾਰਮਰਸ ਜਦੋਂ ਕਾਲੀ ਖੇਤੀ ਕਾਨੂੰਨ ਦਾ ਟਾਈਮ ਸੀਗਾ ਅਸੀਂ ਪਹਿਲੀ ਸਰਕਾਰ ਸੀ ਪੂਰੇ ਦੇਸ਼ 'ਚ ਜਿਨ੍ਹਾਂ ਨੇ ਰੱਦ ਕਰਨ ਲਈ ਬਿੱਲ ਪਾਸ ਕੀਤੇ ਅਸੀਂ ਸੀਗੇ ਜਿਨ੍ਹਾਂ ਨੇ ਸ਼ਹੀਦ ਜਿਹੜੇ ਸਾਡੇ ਭਰਾ ਹੋਏ ਸੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਜੌਬਸ ਦਿੱਤੀਆਂ ਇੱਕ ਵਾਰ ਸਿਆ ਇਹ ਪਾਰਟੀ ਨੂੰ ਛੱਡ ਕੇ ਤੁਸੀਂ ਉਹ ਬੀਜੇਪੀ 'ਚ ਜਾ ਰਹੇ ਹੋ ਜਿੰਨਾ ਕਰਕੇ ਉਹ ਸਭ ਕੁਝ ਹੋਇਆ ਜਿੰਨਾ ਕਰਕੇ ਸਾਡਾ 700 ਕਿਸਾਨ ਭਰਾ ਸ਼ਹੀਦ ਹੋ ਗਿਆ ਸ਼ੁਭਕਰਨ ਆਰਕੇ ਸਾਡੇ ਭਰਾ ਸ਼ਹੀਦ ਹੋ ਗਏ ਪ੍ਰਤਪਾਲ ਆਰਕੇ ਕਿਸਾਨ ਭਰਾ ਫੱਟੜ ਹੋ ਗਏ ਉਹ ਪਾਰਟੀ ਤੁਸੀਂ ਜਾ ਰਹੇ ਹੋ ਉਹਨੂੰ ਤੁਸੀਂ ਮੰਦਾ ਚੰਗਾ ਕਹਿੰਦੇ ਸੀਗੇ ਉਹਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਸੀਗੇ ਕਹਿੰਦੇ ਮਤਲਬ ਐਸੀ ਐਸੀ ਚੀਜ਼ਾਂ ਹੁਣ ਮੈਂ ਤੁਹਾਨੂੰ ਕੈਪਟਨ ਅਵਿਨਿੰਦਰ ਸਿੰਘ ਜੀ ਦਾ ਉਦਾਹਰਣ ਦਿੰਦਾ ਕੈਪਟਨ ਸਾਹਿਬ ਨੇ ਤਾਂ ਦੱਸਿਆ ਵੀ ਭਾਜੀਪੀ ਆਰਐਸਐਸ ਦੇ ਲੀਡਰਾਂ ਦੇ ਨਾਲ ਸੀਗੇ 84 ਦੇ ਵਿੱਚ ਤੇ ਹੁਣ ਫਿਰ ਕੈਪਟਨ ਸਾਹਿਬ ਦੱਸਣ ਫਿਰ ਭਾਜੀਪੀ ਚ ਕਿਉਂ ਚਲੇ ਗਏ ਕੈਪਟਨ ਸਾਹਿਬ ਨੇ ਐਡਵਾਨੀ ਸਾਹਿਬ ਤੇ ਇਲਜ਼ਾਮ ਲਾਇਆ ਸੀਗਾ ਮਾਈ ਕੰਟਰੀ ਮਾਈ ਲਾਈਫ ਦਾ ਵੀ ਇਹਨਾਂ ਨੇ ਕਿਹਾ 84 ਲਈ ਮਜਬੂਰ ਕੀਤਾ ਫਿਰ ਕੈਪਟਨ ਸਾਹਿਬ ਉਧਰ ਭਾਜੀਪੀ ਚ ਚਲੇ ਗਏ ਸੋ ਯੂ ਹੈਵ ਨੋ ਸਟੈਂਡ ਯੂ changed your ideology overnight because maybe totally ideology zaruri nahi si totally power zaruri si gi te power jehdi hai eh lokan de hath ch hai je kise nu bhlekhna vi je assi ehde gaddi te beh gaye te kursi te beh gaye te hun 5 saal mauja karange lok jehde hai oh feedback mechanism taiyar rakhde hai kade mc election kade panchayat election kade mla election kade bye election kade mp election kuch na kuch chalda rehnda hai a lokan ne sanket deta hai nano ਵੀ ਇੱਕ ਆਂਦੀ ਜਿਹੜੀ ਐ ਤੂਫਾਨ ਉਹ ਆ ਰਿਹਾ ਤੁਹਾਡੇ ਵੱਲ ਉਹ ਤੂਫਾਨ ਦਾ ਨਾਮ ਹੈ ਕਾਂਗਰਸ ਪਾਰਟੀ ਜਿਹੜੀ ਉਜਾੜ ਕੇ ਤਬਾਹ ਕਰ ਦੂਗੀ ਜੇ ਤੁਸੀਂ ਲੋਕਾਂ ਨੂੰ ਦਬਾਓਗੇ ਲੋਕਾਂ ਦੀਆਂ ਮੁਸੀਬਤਾਂ ਵਧਾਓਗੇ ਫਾਰ ਇਗਜ਼ਾਮਪਲ ਕਿਸਾਨਾਂ ਲਈ ਤੁਹਾਨੂੰ ਯਾਦ ਹੋਊਗਾ ਇਹਨਾਂ ਨੇ ਕਹਿਆ ਸੀਗਾ ਮੁਆਵਜ਼ਾ ਦਵਾਂਗੇ ਜੀ ਬੱਕਰੀ ਦਾ ਮੁਰਗਿਆਂ ਦਾ ਹੜਾ ਦਾ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ ਚੁਟਕੀਆਂ ਮਾਰ ਕੇ ਮੰਤਰੀ ਨੇ ਕੀ ਕਿਹਾ ਸੀਗਾ ਜੀ ਸਾਰੀਆਂ ਫਸਲਾ ਤੇ ਐਮਐਸਪੀ ਦਵਾਂਗੇ ਚੁਟਕੀਆਂ ਮਾਰ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਜਿਹੜੇ ਸਾਇਬਾਨ ਨੇ ਮੈਡਮ ਨੇ ਉਹਨਾਂ ਨੇ ਕਿਹਾ ਸੀਗਾ ਫੇਰ ਹਾਂ ਬਿਲਕੁਲ ਜੀ ਸੋ ਗੱਲ ਇਹ ਹੈ ਕਿ ਤੁਸੀਂ ਏਡੇ ਵੱਡੇ ਵੱਡੇ ਇਹਨਾਂ ਦੇ ਤਾਂ ਇੱਕ ਮੰਤਰੀ ਨੇ ਕਹਿਦਾ ਸੀਗਾ ਸੁਖ ਵਿਲਾਸ ਕਿਰਾਏ ਤੇ ਚੜਾ ਕੇ ਤੇ ਸਕੂਲਸ ਘਰ ਬਣਾ ਦਾਂਗੇ ਕੋਈ ਕਹਿੰਦਾ ਜੀ ਪਤਾ ਨਹੀਂ ਕੀ ਕਰ ਦਾਂਗੇ ਉਹ ਕਰ ਦਾਂਗੇ ਸੋ ਕਰਕੇ ਤਾਂ ਦਿਖਾਓ ਮਾਨ ਸਾਹਿਬ ਨੇ ਕੀ ਕਿਹਾ ਸੀਗਾ 골ਡੀ ਬਰਾਡ ਡਿਟੇਨ ਕਰ ਲਿਆ ਪ੍ਰੈਸ ਕਾਨਫਰੈਂਸ ਕਰਕੇ ਕਿਥੇ ਗੋਲਡੀ ਬਰਾੜ ਕੀ ਉਹ ਝੂਠ ਨਹੀਂ ਹੈ ਬਤੌਰ ਹੋਮ ਮਿਨਿਸਟਰ ਚੀਫ ਮਿਨਿਸਟਰ ਤੁਹਾਡੀ ਜੂਰਿਸਡਿਕਸ਼ਨ ਨਹੀਂ ਹੈ ਕਿ ਤੁਸੀਂ ਉਹ ਕਰੋ ਬਟ ਯੂ ਹੈਵ ਡਨ ਇਟ ਐਂਡ ਯੂ ਹੈਵ ਡਨ ਇਟ ਐਂਡ ਇਟਸ ਟਰਨਡ ਆਊਟ ਟੂ ਬੀ ਐਬਸolutely ਫਾਲਸ ਐਂਡ ਰੌਂਗ ਤੁਹਾਡੀ ਜ਼ਿੰਮੇਵਾਰੀ ਫਿਕਸ ਨਹੀਂ ਹੋਣੀ ਚਾਹੀਦੀ ਬਤੌਰ ਹੋਮ ਮਿਨਿਸਟਰ ਝੂਠ ਬੋਲਿਆ ਬਤੌਰ ਮੁੱਖ ਮੰਤਰੀ ਨਾਟ ਜਸ ਦੈਟ ਬੀਐਮਡਬਲ ਦਾ ਕਹਿੰਦੇ ਯੂਨਿਟ ਆ ਰਿਹਾ ਕਿਥੇ ਹੈ ਜੀ ਬੀਐਮਡਬਲ ਦਾ ਯੂਨਿਟ ਪੰਜਾਬ ਚ ਫੇਰ ਪੰਜਾਬ ਚ ਜਦੋਂ ਇੰਟਰਵਿਊ ਹੋਇਆ ਲਾਰੈਂਸ ਬਿਸ਼ਨੋਈ ਦਾ ਖਰੜ ਦੀ ਜੇਲ੍ਹ ਦੇ ਵਿੱਚ ਹੋਇਆ ਇਹਨਾਂ ਨੇ ਕੀ ਕਹਿਤਾ ਸੀਗਾ ਜੀ ਪ੍ਰੈਸ ਕਾਨਫਰੈਂਸਾਂ ਕਰਕੇ ਕੀ ਕਿਹਾ ਗਿਆ ਸੀਗਾ ਪੰਜਾਬs ਦਾ ਇੰਟਰਵਿਊ ਹੋਇਆ ਹੀ ਨਹੀਂ ਹੈ ਜੀ ਡੀਜੀਪੀ ਸਾਹਿਬ ਦਾ ਵੀ ਇੱਕ ਬਿਆਨ ਹੈਗਾ ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਰਿਪੋਰਟ ਆਉਂਦੀ ਹੈ ਵੀ ਇੰਟਰਵਿਊ ਤਾਂ ਜੀ ਪੰਜਾਬ 'ਚ ਹੋਇਆ ਖਰੜ ਦੀ ਜੇਲ੍ਹ ਦੇ ਵਿੱਚ ਹੋਇਆ ਸੋ ਹੁਣ ਇਹ ਦੱਸਿਆ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਤੁਸੀਂ ਝੂਠ ਬੋਲਿਆ ਪਹਿਲੀ ਗੱਲ ਤਾਂ ਇੰਟਰਵਿਊ ਹੋਣ ਦਿੱਤਾ ਇਨ ਦਾ ਫਰਸਟ ਪਲੇਸ ਕਿਉਂਕਿ ਜੇਲਾ 'ਚ ਨਸ਼ਾ ਵੀ ਜਾ ਰਿਹਾ ਬਹੁਤ ਵਾਰ ਹਾਈ ਕੋਰਟ ਨੇ ਫਟਕਾਰ ਲਾਈ ਹੈ ਨਸ਼ਾ ਵੀ ਜਾ ਰਿਹਾ ਹੈ ਨਸ਼ਾ ਵਿਕ ਵੀ ਰਿਹਾ ਹੈ ਇਹ ਪ੍ਰੋਬਲਮ ਜੇ ਇੱਕ ਹਾਈ ਸਿਕਿਉਰਿਟੀ ਜੇਲ ਦੇ ਵਿੱਚ ਹੈ ਜਿੱਥੇ ਸਭ ਤੋਂ ਵੱਧ ਸਿਕਿਉਰਿਟੀ ਹੈ ਕੈਮਰਾ ਹੈ ਮੋਨਿਟਰਿੰਗ ਹੈ ਕੀ ਕੁਛ ਹੈ ਤਾਂ ਬਾਹਰ ਤੁਸੀਂ ਲਾਲੂ ਕੀ ਹਾਲਾਤ ਹੋਣਗੇ ਫਿਰ ਉਦੋਂ ਬਾਅਦ ਜਦੋਂ ਤੁਹਾਨੂੰ ਫਟਕਾਰ ਲੱਗੀ ਹਾਈ ਕੋਰਟ ਨੇ ਫਟਕਾਰਾ ਕਿੰਨੀ ਵਾਰੀ ਲਾਤੀਆਂ ਵੀ ਆ ਇਨਸੀਡੈਂਟ ਆ ਇਨਸੀਡੈਂਟ ਆ ਕਰਾਇਮ ਹੋ ਰਿਹਾ ਹੈ ਫੋਨਸ ਮਿਲ ਰਹੇ ਆ ਸਿਮਸ ਮਿਲ ਰਹੇ ਆ ਅੰਦਰੋਂ ਕੋਆਰਡੀਨੇਸ਼ਨ ਹੋ ਰਹੀ ਹੈ ਤੇ ਫੋਨ ਤੇ ਹੋਰ ਕਰਾਇਮਸ ਐਗਜ਼ੀਕਿਊਟ ਹੋ ਰਿਹਾ ਹੋਰ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਤੁਸੀਂ ਕਰ ਕੀ ਰਹੇ ਹੋ ਝੂਠ ਬੋਲ ਰਹੇ ਹੋ ਤੁਸੀਂ ਤੇ ਝੂਠ ਬੋਲ ਕੇ ਮਤਲਬ ਆਪਦੀ ਹੁਣ ਦੇਖੋ ਜਦੋਂ ਇਹਨਾਂ ਨੇ ਝੂਠ ਬੋਲਿਆ ਪਹਿਲੀ ਗਲਤੀ ਤੇ ਲੈਟ ਦੀ ਇੰਟਰਵਿਊ ਹੈਪਨ ਪਹਿਲੀ ਗਲਤੀ ਦੂਜੀ ਗਲਤੀ ਕਿ ਇਹਨਾਂ ਨੇ ਝੂਠ ਬੋਲਿਆ ਉਹਨੂੰ ਲੁਕੋਣ ਲਈ ਵੀ ਪੰਜਾਬਸ ਦਾ ਇੰਟਰਵਿਊ ਹੋਇਆ ਨਹੀਂ ਮਾਨ ਸਾਹਿਬ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਸੰਬਡੀ ਐਟ ਅ ਵੈਰੀ 빅 ਪੋਸਟ ਐਟ ਅ ਵੈਰੀ 빅 ਅਥਾਰਟੀ ਜੇ ਮਾਨ ਸਾਹਿਬ ਨੇ ਬਤੌਰ ਮੁੱਖ ਮੰਤਰੀ ਏਡਾ ਵੱਡਾ ਮਤਲਬ ਆਮ ਆਦਮੀ ਪਾਰਟੀ ਨੇ ਤੇ ਸਾਰਿਆਂ ਨੇ ਇਹਨਾਂ ਨੇ ਇੱਕ ਸਟੈਂਡ ਲਿਆ ਵੀ ਇੰਟਰਵਿਊ ਨਹੀਂ ਹੋਇਆ ਤੇ ਫਿਰ ਜਦੋਂ ਸੱਚ ਆ ਗਿਆ ਅੱਗੇ ਵੀ ਹੋਇਆ ਸੀਗਾ ਹੁਣ ਜ਼ਿੰਮੇਵਾਰੀ ਫਿਕਸ ਹੋ ਗਈ ਮਾਨ ਸਾਹਿਬ ਅਸਤੀਫਾ ਦੇਣ ਤੇ ਅਸਤੀਫਾ ਜਲ ਤੋਂ ਜਲ ਦੇਣ ਐਨਵੈਲਪ ਨਹੀਂ ਉਹ ਸੋਨਾ ਜਾਉਂਦਾ ਹੁੰਦਾ ਜੀ 10 ਰੁਪਏ ਦਾ ਉਹਨੂੰ ਯੂਜ਼ ਕਰਨਾ ਹੋਣਾ ਕਿਉਂਕਿ ਅੱਗੇ ਮਾਨ ਸਾਹਿਬ ਬੜੀਆਂ ਟਿੱਪਣੀਆਂ ਕਰਦੇ ਹੁੰਦੇ ਸੀਗੇ ਜੀ ਲੋਕਾਂ ਨੂੰ ਮੁਰਗੀ ਖਾਨੇ ਖੋਲ ਲੈਣੇ ਚਾਹੀਦੇ ਨੇ ਇਹ ਤਾਂ ਜੀ ਆਪਣਾ ਡਰਦੇ ਨੇ ਜੀ ਪੋਲਿਟਿਕਸ ਕਰਨ ਤੋਂ ਇਹ ਤਾਂ ਖਾਸ ਨੇ ਜੀ ਇਹ ਤਾਂ ਵੱਡੇ ਆ ਘਰਾਂ ਦੇ ਨੇ ਜੀ ਉਦੋਂ ਮਜ਼ਾਕ ਬਹੁਤ ਚੰਗਾ ਲੱਗਦਾ ਹੁੰਦਾ ਲੇਕਿਨ ਹੁਣ ਮਾਨ ਸਾਹਿਬ ਜਦੋਂ ਜ਼ਿੰਮੇਵਾਰ ਤੁਸੀਂ ਕਹਿੰਦੇ ਹੋ ਕਿ ਮੈਂ ਹੈਗਾ ਰਿਸਪਾਂਸਿਬਲ ਸੀਐਮ ਐ ਤਾਂ ਆ ਬਲੰਡਰ ਜਿਹੜਾ ਹੈਗਾ ਤੇ ਇੱਕ ਘੰਟੇ ਜਿਹੜਾ ਇੰਟਰਵਿਊ ਹੈ ਨਾ ਜਿਹੜਾ ਆ ਇੰਟਰਵਿਊ ਹੈ ਹੋ ਸਕਦਾ ਇੰਟਰਰਪਟ ਮਾੜਾ ਮोटा ਹੋ ਜੇ ਕੋਈ ਇੰਟਰਨੈਟ ਵਰਕ ਕਰਕੇ ਕੋਈ ਇੰਟਰਵਿਊ ਆ ਕੋਈ ਇੰਟਰਨੈਟ ਕਰਕੇ ਲੇਕਿਨ ਜਿਹੜਾ ਫੋਸਿਬਿਲਿਟੀ ਦੀ ਤਾਂ ਗੱਲ ਕਰ ਰਹੇ ਨੇ ਐਸ ਪਰ ਵਿਧਾਨ ਸਭਾ ਚ ਉਹਨਾਂ ਨੇ ਕਿਹਾ ਜਦੋਂ ਬਾਜਵਾ ਸਾਹਿਬ ਦੇ ਨਾਲ ਉਹਨਾਂ ਦੀ ਟਸਲ ਕਹਿ ਸਕਦੇ ਆ ਜਾਂ ਖਿੱਚੋ ਤਾਨ ਸ਼ਬਦੀ ਇੱਕ جنگ ਹੋਈ ਹੈ ਤੇ ਉਹਨਾਂ ਨੇ ਕਿਹਾ ਇਸ ਚੀਜ਼ ਨੂੰ ਵੀ ਹੁਣ ਕੋਈ ਬੱਚਾ ਨਹੀਂ ਹੈਗਾ 3 ਸਾਲ ਦਾ ਮੈਂ ਤਾਂ ਇੱਕ ਰਿਸਪਾਂਸਿਬਲ 3 ਸਾਲ ਦਾ ਸੀਐਮ ਹੈਗਾ ਹੁਣ ਮੈਂ ਬੱਚਾ ਨਹੀਂ ਹੈਗਾ ਕੋਈ ਇੱਕ ਤਾਂ ਜੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਇੱਕ ਰਿਪੋਰਟ ਆਈ ਹੈ ਪੰਜ ਟਾਪ ਮੁੱਖ ਮੰਤਰੀਆਂ ਚ ਮੇਰਾ ਤੇ ਕੇਜੀ ਵੈਲ ਸਾਹਿਬ ਦਾ ਨਾਮ ਹੈ ਮੈਂ ਬੇਨਤੀ ਕਰੂੰਗਾ ਮੈਂ ਤਾਂ ਬੜੀ ਭਾਲੰਦੀ ਕੋਸ਼ਿਸ਼ ਕੀਤੀ ਮੈਨੂੰ ਮਿਲੀ ਨਹੀਂ ਰਿਪੋਰਟ ਮੈਨੂੰ ਵੀ ਦੱਸ ਦੇ ਮਾਨ ਸਾਹਿਬ ਦੂਜੀ ਗੱਲ 3 ਸਾਲ ਦੇ ਮੁੱਖ ਮੰਤਰੀ ਹੈਗੇ ਹੂੰ BMW ਦਾ ਯੂਨਿਟ ਗੋਲਡੀ ਬਰਾ ਡਟੇਨ ਨੋ ਇੰਟਰਵਿਊ ਆਫ ਫਲੋਰੈਂਸ ਬਿਸ਼ਨੋਈ ਇਨ ਪੰਜਾਬ ਇਹ ਤਿੰਨ ਬਿਆਨ ਐਕਸਪੀਰੀਅੰਸ ਦੱਸ ਰਹੇ ਨੇ ਕਿ ਇਨਐਕਸਪੀਰੀਅੰਸ ਦੱਸ ਰਹੇ ਨੇ ਤੇ ਜਿਹੜੀ ਮੈਂ ਗੱਲ ਕੀਤੀ ਹੈ ਇਹ ਬਲੰਡਰ ਹੋ ਗਿਆ ਹਾਈ ਕੋਰਟ ਦੇ ਵਿੱਚੋਂ ਰਿਪੋਰਟ ਆ ਗਈ ਹੈ ਪਤਾ ਲੱਗ ਗਿਆ ਸਭ ਨੂੰ ਵੀ ਇੰਟਰਵਿਊ ਹੈਪਨਡ ਇਨ ਪੰਜਾਬ ਜ਼ਿੰਮੇਵਾਰੀ ਫਿਕਸ ਹੋਣੀ ਜ਼ਰੂਰੀ ਹੈ ਆ ਹੁਣ ਪਰਸੋ 4 ਤਰੀਕ ਸੀਗੀ ਹਾਈ ਕੋਰਟ ਚ ਵੀ ਡੀਜੀਪੀ ਯਾਦਵ ਸਾਹਿਬ ਹੋਮ ਸੈਕਟਰੀ ਸਾਹਿਬ ਏਡੀਜੀਪੀ ਸਾਹਿਬ ਏਜੀ ਸਾਹਿਬ एवरीवन ਵਾਸ देयर ਤੇ ਡੀਜੀਪੀ ਸਾਹਿਬ ਨੂੰ ਵੀ ਸਵਾਲ ਹੋਏ ਤੇ ਇੱਕ ਸਵਾਲ ਇਹ ਵੀ ਹੋਇਆ ਸੀਗਾ ਜਦੋਂ ਵੀ ਡੀਜੀਪੀ ਸਾਹਿਬ ਤੁਸੀਂ ਤਾਂ ਪ੍ਰੈਸ ਕਾਨਫਰੈਂਸ ਦੇ ਵਿੱਚ ਇਨ ਇਨ ਦਾ ਕੋਰਟ ਰੂਮ ਕਿ ਡੀਜੀਪੀ ਸਾਹਿਬ ਤੁਸੀਂ ਤਾਂ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾ ਸੀਗਾ ਕਿ ਪੰਜਾਬ ਦੀ ਜੇਲ੍ਹ ਚ ਇੰਟਰਵਿਊ ਨਹੀਂ ਹੋਇਆ ਤੇ ਫਿਰ ਕਿਵੇਂ ਤੇ ਇਹ ਚੀਜ਼ ਨਾ ਜੀ ਮਤਲਬ ਕਿ ਜੇ ਅਥਾਰਟिटीज ਅਫੀਸ਼ੀਅਲਸ ਇਹ ਚੀਜ਼ ਕਹਿਣਗੇ ਜੇ ਸੱਚ ਨਹੀਂ ਦੱਸਣਗੇ ਫਿਰ ਅਸੀਂ ਐਕਸਪੈਕਟ ਕੀ ਤੋਂ ਕਰਾਂਗੇ ਸੱਚ ਫਿਰ ਮੀਡੀਆ ਨੂੰ ਆਮ ਆਦਮੀ ਪਾਰਟੀ ਆਰਮ ਟਵਿਸਟ ਕਰਦੀ ਹੈ ਵਿਚ ਇਜ਼ ਦੀ ਆਈਜ਼ ਐਂਡ ਈਅਰਜ਼ ਆਫ ਪੀਪਲ ਉਧਰ ਅਫੀਸ਼ੀਅਲਸ ਆ ਉਧਾਰਨ ਤੁਸੀਂ ਦੇਖ ਲਿਆ ਫਿਰ ਮੀਡੀਆ ਦੇ ਆਰਮ ਟਵਿਸਟਿੰਗ ਦੇਖ ਲਈ ਲੋਕਾਂ ਨੂੰ ਸੱਚ ਪਤਾ ਕਿਵੇਂ ਲੱਗੂਗਾ ਜੀ ਇੱਕ ਨਾ ਹੋਰ ਗੱਲ ਤੇ ਮੈਨੂੰ ਆਈਏ ਪੁੱਛਣ ਦਾ ਦਿਲ ਕਰ ਰਿਹਾ ਤੁਹਾਡੇ ਨਾਲ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਬਾਗਏ ਨੇ ਲਾਅ ਮੇਕਰਸ ਨੂੰ ਲਗਾਤਾਰ ਉੱਥੇ ਮਿਲ ਰਹੇ ਨੇ ਤੇ ਤੁਸੀਂ ਲਾਅ ਨੁਲੇਕ ਕੋਰਟਾਂ ਦੇ ਵਿੱਚ ਤਕਰੀਰਾਂ ਕਰਦੇ ਹੋ ਸਭ ਕੁਝ ਕਰਦੇ ਹੋ ਜੇ ਆਪਾਂ ਪੋਲਿਟਿਕਸ ਨੂੰ ਇਕ ਪਾਸੇ ਰੱਖਦੀ ਏ ਔਰ ਦੇਸ਼ ਦੇ ਹਾਲਾਤ ਨੂੰ ਦੇਖੀਏ ਸੂਬਿਆਂ ਦੇ ਹਾਲਾਤ ਨੂੰ ਦੇਖੀਏ ਪੰਜਾਬ ਦੇ ਆਪਣੇ ਸੂਬੇ ਦੇ ਹਾਲਾਤ ਨੂੰ ਦੇਖੀਏ ਬਹੁਤ ਸਾਰੀਆਂ ਐਸੀਆਂ ਪ੍ਰੋਬਲਮਸ ਟਸਲਸ ਨੇ ਜਿਹੜੀਆਂ ਕਿ ਕੋਟਾਂ ਦੇ ਵਿੱਚ ਮੁੱਦੇ ਚਾਹੇ ਪੋਲਿਟੀਕਲ ਐਰੀਡਾ ਤੋਂ ਆਏ ਹੋਣ ਚਾਹੇ ਲੋਕਾਂ ਦੇ ਇੰਡੀਵਿਜੂਅਲ ਹੋਣ ਜਾਂ ਔਰਤਾਂ ਤੇ ਸ਼ੋਸ਼ਣ ਦੀ ਗੱਲ ਹੋਵੇ ਬੱਚਿਆਂ ਤੇ ਸ਼ੋਸ਼ਣ ਦੀ ਗੱਲ ਹੋਵੇ ਜਾਂ ਫਿਰ ਫ੍ਰੀडम ਆਫ ਸਪੀਚ ਦੀ ਗੱਲ ਹੋਵੇ ਜਾਂ ਫਿਰ ਰੋਜ਼ਗਾਰ ਨਾਲ ਮਤਲਬ ਡਿਫਰੈਂਟ ਟਾਈਪ ਦੇ ਪ੍ਰੋਬਲਮਸ ਡਿਫਰੈਂਟ ਸਟ੍ਰੀਮਸ ਤੋਂ ਜਿਹੜੇ ਲੋਕ ਨੇ ਉਹ ਜਦੋਂ ਕੋਰਟਾਂ 'ਚ ਜਾਂਦੇ ਆ ਜਾਂ ਦੇਸ਼ ਤੇ ਪੋਲਿਟਿਕਸ ਜੜੀਏ ਉਹ ਹਰ ਸਾਰੇ ਦੇ ਸਾਰੇ ਚੱਕੇ ਨੂੰ ਘੁਮਾਉਂਦੀ ਹੈ ਤੁਰੇ ਨੂੰ ਘੁਮਾਉਂਦੀ ਹੈ ਤੇ ਕੀ ਕੋਰਟਸ ਨੇ ਵੈਸਾ ਬਹੁਤ ਐਸੇ ਓਕੇਸ਼ਨਸ ਆਏ ਨੇ ਜਦੋਂ ਉਹਨਾਂ ਨੂੰ ਸੂਮੋਟੋ ਲੈਨੇ ਪਰ ਕੀ ਜੁਡੀਸ਼ਰੀ ਜਿਹੜਾ ਹੈਗਾ ਉਹ ਕਿਸੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਫਿਕਸ ਕਰਨ ਦੇ ਵਿੱਚ ਥੋੜਾ ਪਿੱਛੇ ਨਹੀਂ ਜਾਂ ਉਹ ਕੋਈ ਹੋਰ ਜ਼ਿਆਦਾ ਇਸ ਤਰੀਕੇ ਨੂੰ ਫਰਮਲੀ ਅੱਗੇ ਲੈ ਕੇ ਆ ਸਕਦੀ ਹੈ ਤਾਂ ਜੋ ਕਿ ਥੋੜੇ ਜਿਹਾ ਸੁਧਾਰ ਹੋ ਲॉ मेकर्स অর ਐਗਜ਼ੀਕਿਊਸ਼ਨ ਕਿਉਂਕਿ ਥੋੜਾ ਜਿਹਾ ਫਰਕ ਪਰ ਐਗਜ਼ੀਕਿਊਟਰਸ ਕੋਲ ਮੇਰੇ ਖਿਆਲ ਜ਼ਿਆਦਾ ਫਿਰ ਉਸ ਟਾਈਮ ਪਾਵਰ ਆ ਜਾਂਦੀ ਜਦੋਂ ਲਾ ਇੱਕ ਵਾਰੀ ਬਣ ਜਾਂਦਾ ਹੈ ਹਿੰਦੁਸਤਾਨ ਚ ਨਾ ਜੀ ਸੈਪਰੇਸ਼ਨ ਆਫ ਪਾਵਰਸ ਫੋਲੋ ਦਾ ਜੁਡੀਸ਼ਰੀ ਐਗਜ਼ੀਕਟਿਵ ਲੈਜਿਸਲੇਚਰ ਤੇ ਜੇ ਜੁਡੀਸ਼ਰੀ ਕੋਈ ਐਕਟਿਵਿਜ਼ਮ ਕਰਦੀ ਹੈ ਸੂਮੋਟੋ ਕਾਗਨਿਸੈਂਸ ਲੈ ਕੇ ਕਿਤੇ ਕੁਝ ਗਲਤ ਹੋਇਆ ਉਥੇ ਆਰਡਰ ਕਰਦੀ ਹੈ ਥੈਟ ਇਸ ਕਾਲਡ ਜੁਡੀਸ਼ੀਅਲ ਐਕਟਿਵਿਜ਼ਮ ਥੈਟ ਇਸ கரெக்ட் தட் ஷட் ஹப்பன் தே ਉਹ ਜੁਡੀਸ਼ਰੀ ਕਰਦੀ ਵੀ ਹੈ ਲੇਕਿਨ ਇੱਕ ਦਾ ਜੁਡੀਸ਼ੀਅਲ ਓਵਰਰੀਚ ਓਵਰਰੀਚ ਸ਼ੁੱਡ ਨਾਟ ਬੀ ਡਨ ਆਈਡੀਲੀ ਤੇ ਇਹ ਜਿਹੜੀ ਇੱਕ ਥਿਨ ਲਾਈਨ ਡਿਫਰੈਂਸ ਹੈ ਜੋ ਲਾਅ ਹੈ ਕਾਨੂੰਨ ਹੈ ਸਾਡੇ ਕਨਸਟੀਟਿਊਸ਼ਨ ਹੈ ਸੈਪਰੇਸ਼ਨ ਆਫ ਪਾਵਰਸ एवरीथिंग ਉਹਨੂੰ ਸਾਰਾ ਮੱਦੇ ਨਜ਼ਰ ਰੱਖਦੇ ਹੋਏ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਲੇਕਿਨ ਔਨੇਬਲ ਸੁਪਰੀਮ ਕੋਰਟ ਨੇ ਜਿਹੜੀ ਆ ਤੋਤੇ ਵਾਲਾ ਸੀਬੀਆਈ ਮਤਲਕ ਬਿਆਨ ਦਿੱਤਾ ਹੈ ਤੇ ਉਸ ਤੋਂ ਪਹਿਲਾਂ ਚੰਡੀਗੜ੍ਹ ਮੇਅਰਪੂਲ ਚ ਬਿਆਨ ਦਿੱਤਾ ਸੀਗਾ ਆਨਰੇਬਲ ਸੁਪਰੀਮ ਕੋਰਟ ਨੇ ਵੀ ਐ ਲੋਕਤੰਤਰ ਦਾ ਕਤਲ ਹੋ ਗਿਆ ਹੁੰਦਾ ਐ ਲੱਗਦਾ ਤੇ ਤੁਸੀਂ ਦੇਖੋ ਕਿ ਇਥੋਂ ਇੱਕ ਚੀਜ਼ ਪਤਾ ਲੱਗ ਜਾਂਦੀ ਹੈ ਕਿ ਬੀਜੇਪੀ ਦੀ ਵੀ ਜਿਹੜੀ ਸੈਂਟਰ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਹੈ ਇਹ ਦੋਵੇਂ ਜਿਹੜੇ ਨੇ ਇਹ ਪੰਜਾਬ ਲਈ ਪੰਜਾਬ ਦੇ ਵੈਲਫੇਅਰ ਲਈ ਕੰਮ ਕੱਟ ਕਰ ਰਹੇ ਨੇ ਜਿੰਨਾ ਨੂੰ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਨੇ ਤਾਂ ਐਸੇ ਐਸੇ ਵਾਅਦੇ ਕਰਕੇ ਮੁਕਰੇ ਨੇ ਤੇ ਆਮ ਆਦਮੀ ਪਾਰਟੀ ਦੀ ਤਾਂ ਹੀ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਗ੍ਰਾਫ ਹੈ ਡਿੱਗਦਾ ਜਾ ਰਿਹਾ ਹੈ ਤੇ ਇਹਨਾਂ ਨੂੰ ਜੇ ਲੱਗਦਾ ਹੈ ਕਿ ਅਸੀਂ ਆਈ ਝੂਠ ਬੋਲ ਬੋਲ ਕੇ ਇੰਟਰਵਿਊ ਨਹੀਂ ਹੋਇਆ ਜੀ ਉਸ ਤੋਂ ਬਾਅਦ ਉਹ ਤੇ ਕਪੜਾ ਪਾਤਾ ਗਲਤੀ ਆਪ ਕੀਤੀ ਪੰਚਾਇਤ ਿਸੋਲਵ ਕਰਕੇ ਤੇ ਉਸ ਤੋਂ ਬਾਅਦ ਆਈਐਸ ਅਫਸਰ ਸਾਰੇ ਸਸਪੈਂਡ ਕਰਤੇ ਦੋ ਤੇ ਹੋਰ ਐਸੀ ਚੀਜ਼ਾਂ ਵੀ ਅਸੀਂ ਲੋਕਾਂ ਦੇ ਬਲੇਮ ਮੜਦੇ ਰਵਾਂਗੇ ਆਪ ਬਚਦੇ ਰਵਾਂਗੇ that will not happen ਤੇ ਲੋਕਾਂ ਨੇ ਜਿਵੇਂ ਇਹਨਾਂ ਨੂੰ ਜਵਾਬ ਦਿੱਤਾ ਇੱਕ ਨਫਰਤ ਦੀ ਦੁਕਾਨ ਬੰਦ ਕੀਤੀ ਇੱਕ ਝੂਠ ਦੀ ਦੁਕਾਨ ਲੂਕ ਜਿਹੜੇ ਐ ਉਹ ਤੁਹਾਡੇ ਨਾਲ ਇਨਸਾਫ ਕਰਨਗੇ ਤੇ ਕਰਨਗੇ ਵੀ ਉਸ ਤਰੀਕੇ ਨਾਲ ਜਿਵੇਂ ਆਮ ਆਦਮੀ ਪਾਰਟੀ ਨੂੰ ਯਾਦ ਰਹੂਗਾ ਜਿਵੇਂ ਫੋਰ ਐਗਜ਼ਾਮਪਲ ਇਟ ਹੈਪਨਡ ਇਨ ਰਾਜਸਥਾਨ ਛੱਤੀਸਗੜ੍ਹ ਐਂਡ ਐਮਪੀ ਤੁਸੀਂ ਬੀਜੇਪੀ ਦਾ ਵੀ ਇੱਕ ਦੇਖੋ ਬੀਜੇਪੀ ਕੋਲੇ ਇੱਕ ਵਾਸ਼ਿੰਗ ਮਸ਼ੀਨ ਐ ਇੱਕ ਸਰਫਐਕਸਲ ਐ ਜੇ ਕਿਸੇ ਲੀਡਰ ਤੇ ਕਰਾਪਸ਼ਨ ਕੇਸ ਪੈਂਡਿੰਗ ਐ ਜੋ ਬੀਜੇਪੀ ਚਲਾ ਜਾਵੇ ਤੇ ਸਾਰੇ ਦਾਗ ਧੁੱਲ ਜਾਂਦੇ ਨੇ ਉਹ ਸਰਫਐਕਸਲ ਦੀ ਨਹੀਂ ਉਹ ਦਾਗ ਅੱچھے ਐ ਲਾਈਨ ਐ ਉਮੀਦਵਾਰ ਚੰਗੇ ਨੇ ਜੇ ਬਾਹਰ ਤੋਂ ਤੁਸੀਂ ਬੀਜੇਪੀ ਦੇ ਬੀਜੇਪੀ 'ਚ ਨਹੀਂ ਹੋ ਕਿਸੇ ਹੋਰ ਪਾਰਟੀ 'ਚੋਂ ਬੀਜੇਪੀ 'ਚ ਆ ਗਏ ਫੇਰ ਜਿਉ ਸਾਰੇ ਦਾਗ ਧੁੱਲ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਸੁਵਿੰਦੂ ਅਧਿਕਾਰੀ ਦਾ ਐਗਜ਼ਾਮਪਲ ਲੈ ਲਓ ਤੁਸੀਂ ਮੁਕਲ ਰੌਏ ਦਾ ਲੈ ਲਓ ਨਰਾਇਣ ਰਾਣੇ ਦਾ ਲੈ ਲਓ ਹਿਮੰਤਾ ਬੀਸੋ ਸ਼ਰਮਾ ਦਾ ਲੈ ਲਓ ਹੋਰ ਬਹੁਤ ਸਾਰੇ ਲੀਡਰਸ ਹੈ ਕੈਪਟਨ ਸਾਹਿਬ ਦੇ ਜਿਹੜੇ ਬੇਟੇ ਨੇ ਉਹਨਾਂ ਤੇ ਕੇਸ ਚੱਲਦਾ ਸੀਗਾ ਸੋ ਆਈਟੀਡੀ ਅੱਛਾ ਜਦੋਂ ਇਹਨਾਂ ਨੇ ਚੰਡੀਗੜ੍ਹ ਇਨਸੀਡੈਂਟ ਹੋਇਆ ਚੰਡੀਗੜ੍ਹ ਬੋਮ ਇਨਸੀਡੈਂਟ ਜਿਹੜਾ ਹੋਇਆ ਉਸ ਤੋਂ ਬਾਅਦ ਇਹਨਾਂ ਦੇ ਕੁਝ ਲੀਡਰ ਨੇ ਕੀ ਕਿਹਾ ਜੀ ਤਾਰਾਂ ਜੁੜ ਰਹੀਆਂ ਜੀ ਆਹ ਹੋ ਰਿਹਾ ਜੀ ਉਹ ਹੋ ਰਿਹਾ ਹੈ ਪੁਲਿਸ ਵੀ ਆਪ ਬਣ ਗਏ ਇਨਵੈਸਟੀਗੇਟਿੰਗ ਆਫੀਸਰ ਵੀ ਆ ਫੋਰੈਂਸਿਕ ਟੀਮ ਵੀ ਆਪ ਬਣ ਗਏ ਜੱਜ ਜੂਰੀ ਨੇ ਐਗਜ਼ੀਕਿਊਸ਼ਨ ਬਣ ਕੇ ਫੈਸਲਾ ਸੁਣਾਤਾ ਇੱਕ ਪਾਸੇ ਕਹਿੰਦੇ ਇਨਕੁਆਇਰੀ ਚੱਲ ਰਹੀ ਹੈ ਦੂਜੇ ਪਾਸੇ ਕਹਿੰਦੇ ਹਾਸੇ ਨਾਲ ਬਿਆਨ ਦਿੱਤਾ ਵੀ ਜੀ ਤੁਸੀਂ ਬਿਆਨ ਦਿੱਤਾ ਉਸ ਤੋਂ ਬਾਅਦ ਆ ਚੀਜ਼ ਹੋ ਗਈ ਕਿ 1% 1% ਕੋਈ ਸਬੂਤ ਜਾਂ ਕੋਈ ਲੌਜੀਕ ਦੂਰ ਦੂਰ ਤੱਕ ਨਜ਼ਰ ਆ ਰਿਹਾ ਇਹਦੇ ਚ ਕਿ ਰਾਹੁਲ ਜੀ ਨੇ ਕਿਹਾ ਸੀਗਾ ਵੀ ਆ ਕਰ ਦੋ ਜਾਂ ਉਹ ਕਰ ਦੋ ਜਾ ਮਤਲਬ 1% ਦਾ ਲੌਜੀਕ ਤਾਂ ਹੋਵੇ ਉਹ ਹਾਸੋਏ ਨਾ ਬਹਿਣਾ ਲੋਕਾਂ ਨੇ ਇਹਨਾਂ ਨੂੰ ਇਹਨਾਂ ਦਾ ਮਜ਼ਾਕ ਬਣਾਇਆ ਉਹਦੇ ਬਾਅਦ ਜਦੋਂ ਇਹਨਾਂ ਨੇ ਇਹ ਗੱਲ ਕੀਤੀ ਤੇ ਲੋਕਾਂ ਨੇ ਇਹਨਾਂ ਨੂੰ ਸਵਾਲ ਕੀਤਾ ਵੀ ਇੱਥੇ ਤਾਂ ਕੜੀ ਕੋਈ ਜੁੜਦੀ ਨਜ਼ਰ ਆ ਨਹੀਂ ਰਹੀ ਇੱਥੇ ਤਾਂ ਡਾਟਸ ਕੋਈ ਕਨੈਕਟ ਹੋ ਨਹੀਂ ਰਹੇ ਇਹ ਤਾਂ ਲੱਗ ਰਿਹਾ ਵੀ ਪ੍ਰੋਪਗੈਂਡਾ ਹੈ ਤੇ ਲੋਕ ਕਹਿੰਦੇ ਤੁਸੀਂ ਦੱਸੋ ਜੋ ਕੰਗਰਾਂ ਨੇ ਬਿਆਨ ਦਿੱਤਾ ਸੀਗਾ ਵੀ ਪੰਜਾਬ 'ਚ ਟੈਰਰਿਜ਼ਮ ਵਧ ਰਿਹਾ ਹੈ ਖਾਲਿਸਤਾਨੀ ਕਾ ਸਿੱਖਾਣੂ ਉਹਦੇ ਬਾਅਦ ਹਮਲੇ ਹੋਏ ਸਿੱਖਾਂ ਦੇ ਸਿੱਖਾਨੀਆਂ ਗੱਡੀਆਂ ਵੀ ਤੂਣੀਆਂ ਭੰਨੀਆਂ ਗਈਆਂ ਉਹਨਾਂ ਤੇ ਅਟੈਕ ਵੀ ਹੋਇਆ ਵੀ ਹੁਣ ਇਹ ਦੱਸਣ ਕਿ ਇੱਥੇ ਕੜੀ ਨਾ ਕੜੀ ਜੁੜ ਰਹੀ ਹੈ ਕਿ ਨਹੀਂ ਡਾਟਸ ਕਨੈਕਟ ਹੋ ਰਹੀ ਹੈ ਕਿ ਨਹੀਂ ਤੇ ਜੇ ਹੋ ਰਹੀ ਹੈ ਤੇ ਕਾਰਵਾਈ ਕਿਉਂ ਨਹੀਂ ਕਰਦੇ ਪਏ ਤੁਸੀਂ ਤੇ ਜਦੋਂ ਕਾਰਵਾਈ ਨਹੀਂ ਕਰਦੇ ਨਾ ਤੁਸੀਂ ਉਹਦੇ ਨਾਲ ਖੜੇ ਹੋ ਜਾਂਦੇ ਹੋ ਮਾਨਸਿਕਤਾ ਨੂੰ ਸਪੋਰਟ ਕਰਦੇ ਹੋ ਤੇ ਦੈਟ ਇਜ਼ ਅਨਫੋਰਚੂਨੇਟ ਹੁਣ ਇਹ ਤੁਸੀਂ ਦੇਖੋ ਮਨੀਪੁਰ ਦਾ ਉਦਾਹਰਣ ਲੈ ਲਓ ਜੰਮੂ ਕਸ਼ਮੀਰ ਦਾ ਉਦਾਹਰਣ ਲੈ ਲਓ ਇੰਟਰਨੈਟ ਸਸਪੈਂਸ਼ਨ ਜਿਹੜੀ ਹੈ ਮਾਨੀਪੁਰ ਦੇ ਵਿੱਚ 143 ਦਿਨਾਂ ਦੀ ਹੋਈ ਸੀਗੀ ਬੈਕ ਇਨ ਦਿ ਡੇ which was the second biggest black out of internet ਜਦੋਂ ਇੰਟਰਨੈਟ ਹੀ ਖਤਮ ਕਰਤਾ ਅੱਜ ਦੇ ਟਾਈਮ 'ਚ ਨਾ ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਫਿਰ ਤੁਹਾਡੇ ਆਪਣਾ ਜਿਹੜੇ ਫੋਨ ਵੀ ਚੱਲਣੋਂ ਹਟ ਜਾਂਦੇ ਹੋ ਸਾਰਾ ਕੁਝ ਹੋ ਜਾਂਦਾ 144 ਵੀ ਇੰਪੋਜ਼ ਕਰ ਦਿੰਦੇ ਹੋ ਤੁਸੀਂ ਧੱਜਿਆ ਡਾ ਰਹੇ ਹੋ ਫੰਡਮੈਂਟਲ ਰਾਈਟਸ ਦੀਆਂ ਲੋਕਤੰਤਰ ਦੀਆਂ ਸੰਵਿਧਾਨ ਦੀਆਂ ਮਤਲਬ ਤੁਸੀਂ IPC ਵੀ ਬਦਲਤਾ CRPC ਵੀ ਬਦਲਤਾ ਐਵੀਡੈਂਸ ਐਕਟ ਬਦਲਤਾ ਕਿਹਨੂੰ ਪੁੱਛ ਕੇ ਕਿਹੜੇ ਜੱਜਾਂ ਨੂੰ ਪੁੱਛ ਲਿਆ ਕਿਹੜੇ ਵਕੀਲਾਂ ਨੂੰ ਪੁੱਛ ਲਿਆ ਕਿਹੜੇ ਲਾ ਮੇਕਰਸ ਨੂੰ ਪੁੱਛ ਲਿਆ ਨਾ ਚਰਚਾ ਕੀਤੀ ਨਾ ਕੋ ਉਹ ਮਨਚਾਇਆ ਕਰਤਾ ਡੀਮੋਨਟਾਈਜੇਸ਼ਨ ਮਨਚਾਈ ਕਰਤੀ ਪਹਿਲਾ 1000 ਦਾ ਨੋਟ ਬੰਦ ਕਰਤਾ ਚਲੋ ਠੀਕ ਹੈ ਮਾੜਾ ਜੀ ਨੋਟ ਫਿਰ 2000 ਦਾ ਨੋਟ ਲਿਆਏ ਉਹ ਬੰਦ ਕਰਤਾ ਮਾੜਾ ਜੀ ਨੋਟ ਵੀ ਜੇ ਮਾੜਾ ਫਿਰ ਲਿਆਏ ਕਿਉਂ ਸੀਗੇ ਇਨ ਦਾ ਫਰਸਟ ਪਲੇਸ ਤੇ 99.3% ਡੀਮੋਨਟਾਈਜ਼ਡ ਕਰੰਸੀ ਨੋਟਸ ਕੇਮ ਬੈਕ ਇਨਟੂ ਦ ਬੈਂਕਸ ਨੋਟ ਜਸ ਥੈਟ ਇਟ ਪ੍ਰੂਵਡ ਆਊਟ ਟੂ ਬੀ ਫੇਟਲ ਫਾਰ ਆ ਇਕਨੋਮੀ 45 ਸਾਲਾਂ ਦੇ ਵਿੱਚ ਅਨਪਲੋਇਮੈਂਟ ਰੇਟ ਇਸ ਅੱਜ ਦੀ ਹਾਈਐਸਟ ਨੋਟ ਜਸ ਥੈਟ ਹਿੰਦੁਸਤਾਨ ਦੀ ਇਕਨੋਮੀ ਸਾਡਾ ਕੰਪੇਅਰ ਦ ਰੁਪੀ ਵਿਦ ਦੀ ਵੈਲਿਊ ਆਫ ਦੀ ਡਾਲਰ ਵੇਅਰ ਆ ਵੀ ਸਟੈਂਡਿੰਗ 83 ਬਾਕਸ ਫॉर 1 ਡਾਲਰ ਤੇ ਮੈਂ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀਗਾ ਜੀ ਸਭਕਾ ਸਾਥ ਸਭਕਾ ਵਿਕਾਸ ਵਿਕਾਸ ਸਿਰਫ ਔਰ ਸਿਰਫ ਬੀਜੇਪੀ ਦਾ ਹੋਇਆ ਲੱਗਦਾ ਕਿਉਂਕਿ ਇਹਨਾਂ ਨੇ ਸਾਰੀਆਂ ਚੀਜ਼ਾਂ ਹੀ ਬੀਜੇਪੀ ਲਈ ਕੀਤੀਆਂ ਆਪਦੇ ਮਨ ਦੀ ਗੱਲ ਤਾਂ ਕਰ ਲੈਂਦੇ ਆ ਲੋਕਾਂ ਦੇ ਮਨ ਦੀ ਗੱਲ ਕਰਦੇ ਨਹੀਂ ਜ਼ਿਆਦਾ ਬੀਜੇਪੀ ਲੀਡਰਾਂ ਦਾ ਵਿਕਾਸ ਹੋਇਆ ਜਾਂ ਕਾਰਪੋਰੇਟ ਕਰਾਉਣਿਆਂ ਦਾ 15 ਲੱਖ ਰੁਪਏ ਦੇਣਗੇ ਜੀ 15 ਰੁਪਏ ਨਹੀਂ ਦਿੱਤੇ 2 ਕਰੋੜ ਜੋਬਸ ਇੱਕ ਸਾਲ ਦੀਆਂ ਦਵਾਂਗੇ ਜੀ 2 ਜੋਬਸ ਨਹੀਂ ਨਾ ਦਿੱਤੀਆਂ ਕੋਹ ਜ਼ਰੂਰ ਲਈਆਂ ਇਹਨਾਂ ਨੇ ਕੋਵਿਡ ਦੇ ਟਾਈਮ ਦੇ ਵਿੱਚ ਕਿੰਨੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਹੋਣੀਆਂ ਬਾਕੀ ਨੇ ਪਰ ਸਾਡਾ ਟਾਈਮ ਜਿਆਦਾ ਖਤਮ ਹੋ ਰਿਹਾ ਇਸ ਕਰਕੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਸ਼ਪ੍ਰੀਤ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਡੀਟੇਲ ਦੇ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਥੈਂਕ ਯੂ ਥੈਂਕ ਯੂ ਫॉर ਹੈਵਿੰਗ ਮੀਟਲੀ ਤੁਹਾਡਾ ਜੋ ਮੈਨੂੰ ਸਮਝ ਆਈ ਐਟ ਐਂਡ ਆਫ ਦਿ ਡੇ ਸਾਰੇ ਜਣੇ ਵੀ ਇਹੀ ਚਾਹੁੰਦੇ ਕਿ ਡੈਮੋਕਰੇਸੀ ਵਿਲ ਪ੍ਰਵੇਲ ਆਫਟਰ ਆਲ ਇੱਕ ਪਰ ਹੋਣਾ ਚਾਹੀਦਾ ਪਰ ਹਜੇ ਦੇ ਜੋ ਹਾਲਾਤ ਨੇ ਉਹਦੇ ਵਿੱਚ ਦਿਖਾਈ ਤਾਂ ਨਹੀਂ ਦਿੰਦਾ ਕਿ ਪਾਰਟੀਆਂ ਕੁਝ ਵਾਕਈ ਲੋਕਾਂ ਦੇ ਬਾਰੇ ਸੋਚਣਗੀਆਂ ਪਰ ਤੁਹਾਡਾ ਸਾਡਾਂ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਇਹ ਸਾਡੇ ਨਾਲ ਸੀਗੇ ਆਰਸ਼ਪ੍ਰੀਤ ਖੜਿਆਲ ਜਿਹੜੇ ਕਿ ਮੁੱਖ ਬੁਲਾਰਾ ਨੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰਾ ਨੇ ਪੰਜਾਬ ਸੂਬਾ ਦੇ ਉਹਨਾਂ ਨੇ ਬਹੁਤ ਹੀ ਤਫਸੀਲ ਦੇ ਨਾਲ ਗੱਲਬਾਤ ਕੀਤੀ ਅਸੀਂ ਹਰ ਮੁੱਦੇ ਤੇ ਗੱਲ ਕੀਤੀ ਖਾਸ ਕਰਕੇ ਜੇ ਗੱਲ ਕਰੀਏ ਤਾਂ ਪਾਰਟੀਆਂ ਦੀ ਗੱਲ ਕੀਤੀ ਅਸੀਂ ਲੋਕਾਂ ਦੀ ਗੱਲ ਕੀਤੀ ਅਸੀਂ ਮੁੱਦਿਆਂ ਦੀ ਗੱਲ ਕੀਤੀ ਅਸੀਂ ਪੰਜਾਬ ਦੀ ਗੱਲ ਕੀਤੀ ਬਿਲਕੁਲ ਕਾਂਗਰਸ ਪਾਰਟੀ ਆਪਣੀ ਆਈਡੀਓਲੋਜੀ ਲੈ ਕੇ ਚੱਲ ਰਹੀ ਹੈ ਭਾਜਪਾ ਆਪਣੀ ਆਈਡੀਓਲੋਜੀ ਲੈ ਕੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਆਪਣੀ ਆਈਡੀਓਲੋਜੀ ਲੈ ਕੇ ਚੱਲ ਰਹੀ ਹੈ ਪਰ ਸੱਤਾ ਤੇ ਜਦੋਂ ਕੋਈ ਵੀ ਪਾਰਟੀ ਆ ਜਾਂਦੀ ਹੈ ਉਹ ਲੋਕਾਂ ਤੋਂ ਮੁੱਖਰ ਕਿਉਂ ਹੋ ਜਾਂਦੀ ਹੈ ਪਰੇ ਕਿਉਂ ਹੋ ਜਾਂਦੀ ਹੈ ਲੋਕ ਕਿਉਂ ਭੁੱਲ ਜਾਂਦੇ ਉਹਨਾਂ ਨੂੰ ਕਿਉਂ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਕਿਤੇ ਲੰਬੇ ਹੁੰਦੇ ਨਜ਼ਰ ਆਉਂਦੇ ਹੈ ਪਰ ਫਿਰ ਵੀ ਅਸੀਂ ਇਹੀ ਹੋਪ ਕਰ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇੱਕ ਤਗੜੀ ਕਾਂਗਰਸ ਪਾਰਟੀ ਬਣ ਕੇ ਆਈ ਹੈ ਆਪੋਜੀਸ਼ਨ 'ਚ ਉਸ ਤਰੀਕੇ ਦੇ ਨਾਲ ਕੁਝ ਨਾ ਕੁਝ ਸ਼ਾਇਦ ਬਦਲਾਅ ਦੇਖਣ ਨੂੰ ਅਸਲ ਬਦਲਾਅ ਦੇਖਣ ਨੂੰ ਮਿਲੇਗਾ ਕਿਉਂਕਿ ਇੱਕ ਸਟਰੋਂਗ ਆਪੋਜੀਸ਼ਨ ਜਦੋਂ ਬੈਠਦੀ ਹੈ ਸਾਹਮਣੇ ਸੱਤਾ ਦੇ ਤਾਂ ਉਹ ਘਟੋ ਘਟ ਜੇ ਹੋਰ ਕੁਝ ਨਹੀਂ ਕਰਦੀ ਤੇ ਉਹਨਾਂ ਨੂੰ ਪਟਕੰਤ ਰੋਕਦੀ ਜ਼ਰੂਰ ਹੈ ਔਰ ਉਹ ਡੈਮੋਕ੍ਰੇਸੀ ਦੀ ਸਭ ਤੋਂ ਜ਼ਿਆਦਾ ਜਿਹੜੀ ਹੈ ਖੂਬਸੂਰਤ ਚੀਜ਼ ਦੇਖੀ ਜਾ ਸਕਦੀ ਹੈ ਹੋਪ ਕਰਦੇ ਹਾਂ ਕਿ ਸਾਡਾ ਦੇਸ਼ ਜਿਹੜਾ ਹੈ ਉਹ ਚੰਗੀਆਂ ਪ੍ਰਤਾਂ ਪਾਵੇ ਔਰ ਖਾਸ ਕਰਕੇ ਜਿਹੜੇ ਸਿਆਸੀ ਲੋਗ ਨੇ ਉਹਨਾਂ ਨੂੰ ਇਹ ਸਮਝ ਆਵੇ ਕਿ ਲੋਕ ਹੀ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਉੱਪਰ ਹੁੰਦੇ ਨੇ ਤੇ ਉਹਨਾਂ ਦੀ ਵੈਲਫੇਅਰ ਦੇ ਨਾਲ ਹੀ ਤੁਸੀਂ ਨੇਤਾ ਹੋ ਤੁਸੀਂ ਲੀਡਰ ਹੋ ਮੇਰੇ ਨਾਲ ਕੈਮਰਾ ਟੀਮ ਤੇ ਸੀਗੇ ਸਰਬਜੀਤ ਮੈਨੂੰ ਤੇ ਸਰਬਜੀਤ ਨੂੰ ਤੋਂ ਇਜਾਜ਼ਤ ਬਹੁਤ ਬਹੁਤ ਧੰਨਵਾਦ ਸ਼ੁਕਰੀਆ